ਕਰਤੀ ਜਠਾਣੀਆਂ ਵਾਲੀ ਗੱਲ? ਕਿਉਂ, ਕੀ ਗੱਲ ਹੋ ਗਈ ਜੀ? ਉਹ ਕੁੜੀ ਦੇ ਵਿਆਹ ਨੂੰ ਅਜੇ 6 ਮਹੀਨੇ ਹੋਏ ਨੇ ਤੇ ਤੂੰ ਇਹਨੂੰ ਚੁੱਲ੍ਹੇ 'ਚ ਵੜ ਰੱਖਿਆ। ਚੱਲ ਉੱਠ ਕੁੜੇ, ਤੂੰ ਕਿਉਂ ਚੁੱਲ੍ਹੇ 'ਚ ਹੱਥ ਸਾੜੇ? ਤੂੰ ਐਂ ਕਰ, ਰੋਟੀ ਪਾ ਕੇ ਫੜਾ ਤੇ ਤੇਰੀ ਜਠਾਣੀ ਆਪੇ ਪਕਾਊਗੀ। ਸਿੱਧੀ ਤਰ੍ਹਾਂ ਕਿਉਂ ਨਹੀਂ ਕਹਿੰਦੇ ਬਈ ਛੋਟੀ ਭਰਜਾਈ ਕੋਲੋਂ ਸੇਵਾ ਕਰਾਉਣੀ ਹੈ? ਭਰਜਾਈ? ਨਾ 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 ਨਾ, ਇਹ ਤਾਂ ਮੈਨੂੰ ਮੇਰੀ ਰਾਣੋ ਧੀ ਵਰਗੀ ਹੈ। ਰਣਜੀਤ ਸਿੰਘ 10 ਸਾਲ ਛੋਟਾ ਮੈਥੋਂ, ਮੈਂ ਉਹਨੂੰ ਪੁੱਤਾਂ ਵਾਂਗੂ ਪਾਲਿਆ। ਆ ਦੇਖ ਲਓ ਬਾਪੂ ਜੀ, ਸ਼ਿੰਗਾਰਾ ਮੇਰੀ ਸਾਰੀ ਮੱਖਣੀ ਖਾ ਗਿਆ। ਮੇਰੀ ਰਾਣੀ ਧੀ, ਆ ਲੈ ਤੂੰ ਹੋਰ ਲੈ ਲਾ, ਲੈ ਠੀਕ ਹੈ। ਆ ਦੇਖ ਲਓ ਚਾਚੀ ਜੀ, ਭੁੱਖੜ ਗਿਆ। ਮੈਂ ਕੰਨ ਤੇ ਮਾਰਨੀ ਆ ਤੇਰੇ, ਜਦ ਥੋੜੀ ਜੀ ਖਾ ਲਈ ਫੇਰ ਕੀ ਹੋ ਗਿਆ? ਓਏ ਸ਼ਿੰਗਾਰੇ, ਤੂੰ ਬੰਦਾ ਬਣ ਜਾ। ਬਾਪੂ ਜੀ, ਜੇ ਮੈਂ ਮੱਖਣੀ ਖਾਊਂਗਾ ਤਾਂ ਹੀ ਤਾਂ ਬੰਦਾ ਬਣੂ। ਹਈ ਸ਼ੱਕ ਤੇ ਬੰਦਾ ਬਣ ਕੇ ਆਪਣੇ ਚਾਚੇ ਵਾਂਗੂ ਕੌਡੀ ਖੇਡਿਆ ਕਰੂਗਾ। ਵੇ ਰਣਜੀਤ, ਤੈਨੂੰ ਕੌਡੀ ਤੋਂ ਬਿਨਾ ਹੋਰ ਕੁਝ ਨਹੀਂ ਸੋਚਦਾ? ਭਾਬੀ, ਇਹ ਕੌਡੀ ਨੇ ਤਾਂ ਹੁਣ ਆਪਣੇ ਦਿਨ ਬਦਲ ਦੇਣੇ ਆ। ਆਪਾਂ ਖੇਚ ਬਣਾਉਣੀ ਆ ਕੋਠੀ ਤੇ ਰਸੋਈ ਐਸੀ ਬਣਾ ਕੇ ਦੇਵਾਂਗੇ ਜਿੱਥੇ ਤੂੰ ਤੇ ਤੇਰੀ ਦਰਾਣੀ ਖੜ ਕੇ ਰੋਟੀ ਪਕਾਇਆ ਕਰੂੰਗੀਆਂ। ਤੇ ਆ ਪੁੱਤਰਾਣੋ ਤੇ ਸ਼ਿਗਾਰੇ ਨੂੰ ਆਪਾਂ ਲੈ ਦੇਣਾ ਮੋਟਰਸਾਈਕਲ ਝੂਟੇ ਲੈਣ ਨੂੰ। ਕੋਈ ਕੀ ਗੱਲ, ਕੋਈ ਕਰੂ ਦਾ ਖਜ਼ਾਨਾ ਹੱਥ ਲੱਗ ਗਿਆ? ਬਾਈ, ਤੁਹਾਡਾ ਵੀਰ ਜਾ ਰਿਹਾ ਇੰਗਲੈਂਡ ਕਬੱਡੀ ਖੇਡਣ। ਚਾਚਾ, ਫੇਰ ਤਾਂ ਜਹਾਜ਼ 'ਚ ਬੈਠ ਕੇ ਜਾਏਗਾ। ਹਰ ਕੀ, ਅਜੇ ਆਉਂਦਾ ਰਹੇ ਮੇਰਾ ਸ਼ੇਰ। ਦੇਖ ਵੀ ਰਣਜੀਤ, ਪੂਰੇ ਇਲਾਕੇ ਤਾਂ ਤੇਰੀ ਝੰਡੀ ਹੈਗੀ ਹੋਈ ਆ, ਹੁਣ ਇੰਗਲੈਂਡ ਜਾ ਕੇ ਵੀ ਗੋਰਿਆਂ ਤੇ ਝੰਡੀ ਫੇਰ ਕੇ ਆਉਣੀ ਆ। ਬਾਈ, ਗੋਰਿਆਂ ਤੇ ਕੀ, ਗੋਰੀਆਂ ਤੇ ਵੀ ਝੰਡੀ ਕਰਕੇ ਆਵਾਂਗੇ। ਕੀ ਦੇਖਦੇ ਹੋ? ਜੀ ਕਰਦਾ ਨਿਆਣਾ ਪਾਲਾ। ਜਾਓ, ਜਾ ਕੇ ਮੀਮਾ ਨੂੰ ਨਿਆਣਾ ਪਾਓ। ਇੰਗਲੈਂਡ ਅਜੇ ਪਹੁੰਚੇ ਨੇ, ਲੱਗੇ ਨੇ ਮੀਮਾ ਦੇ ਸੁਪਨੇ ਦੇਖਣ। ਉਹ ਕਮਲੀਏ, ਗੋਰੇ ਤਾਂ ਕਬੱਡੀ ਖੇਡਦੇ ਹੀ ਨਹੀਂ, ਨਾਲੇ ਆਪਾਂ ਤਾਂ ਸ਼ਰੀਫ ਖਿਡਾਰੀ ਆ। ਇੰਗਲੈਂਡ ਜਾ ਕੇ ਵੀ ਸ਼ਰੀਫ ਬਣ ਕੇ ਰਿਹੋ, ਕਿਤੇ ਮੀਮਾ ਨੂੰ ਦੇਖ ਕੇ ਰੇਡਰ ਤੋਂ ਜਾਫੀ ਨਾ ਬਣ ਜਿਓ। ਜੱਫਾ ਤਾਂ ਆਪਾਂ ਬਸ ਇੱਕੋ ਨੂੰ ਲਾਈਦਾ। ਸੁਣੋ ਜੀ, ਛੇਤੀ ਆ ਜਿਓ, ਤੁਹਾਡੇ ਬਿਨਾਂ ਮੇਰਾ ਦਿਲ ਨਹੀਂ ਲੱਗਣਾ। ਗੁਰੀ, ਮੇਰੇ ਨਾਲ ਦੇ ਖਿਡਾਰੀ ਕਹਿੰਦੇ ਆ ਕਿ ਰਣਜੀਤ ਦੀ ਛਾਤੀ 'ਤੇ ਚਾਹੇ ਘਾੜਨਾ ਪੱਥਰ ਭੰਨ ਲਓ, ਪਰ ਤੇਰੇ ਹੰਝੂਆਂ ਨਾਲ ਮੇਰੀ ਛਾਤੀ ਲੂਣ ਦੀ ਡਲੀ ਵਾਂਗੂ ਖੁਰਦੀ ਜਾਂਦੀ ਹੈ। ਕਮਲੀਏ, ਜੇ ਐਂ ਕਰੇਂਗੇ ਤਾਂ ਮੈਂ ਪ੍ਰਦੇਸ਼ ਜਾ ਕੇ ਖੇਡੂੰਗਾ ਕਿਵੇਂ? ਇਹ ਤਾਂ ਖੁਸ਼ੀ ਦੇ ਹੰਝੂ ਨੇ। ਚੰਗਾ ਭਾਬੀ, ਅੱਜ ਆਉਂਦਾ ਰਹਿ ਸ਼ੇਰਾ। ਚਾਚਾ, ਮੇਰੇ ਲਈ ਇੰਗਲੈਂਡ ਤੋਂ ਕੀ ਲੈ ਕੇ ਆਏਗਾ? ਉਹ ਪੁੱਤਰਾ, ਤੇਰੇ ਲਈ ਪੌਂਡਾਂ ਦਾ ਟੈਚੀ ਭਰ ਕੇ ਲਿਆਊ, ਫੇਰ ਭਾਵੇਂ ਸੋਨੇ ਦੇ ਮਹਿਲ ਖੜੇ ਕਰ ਲਿਓ ਬੱਚੂ। ਬਾਈ ਜੀ, ਇਹ ਬੜੀ ਸਾਹਿਬ ਨੇ ਪੰਜਾਬ 'ਚ ਇਹਨਾਂ ਨਾਲ ਦੀ ਕਬੱਡੀ ਦੀ ਕਮੈਂਟਰੀ ਕੋਈ ਨਹੀਂ ਕਰ ਸਕਦਾ। ਇਹ ਚਾਹੁਣ ਤਾਂ ਹੱਲਾਸ਼ੇਰੀ ਦੇ ਕੇ ਮਾੜੇ ਖਿਡਾਰੀ ਤੋਂ ਵੀ ਜੱਫਾ ਲਵਾ ਦਿੰਦੇ ਆ। ਬੜੀ ਸਾਹਿਬ, ਨਾਂ ਤਾਂ ਬਹੁਤ ਸੁਣਿਆ ਸੀ ਤੁਹਾਡਾ, ਪਰ ਦਰਸ਼ਨਾਂ 'ਚ ਪਹਿਲੀ ਵਾਰੀ ਹੋਏ ਨੇ। ਬਾਈ ਜੀ,
ਇਹਨਾਂ ਦੀ ਬਦੌਲਤੀ ਮੈਂ ਇੰਗਲੈਂਡ ਜਾ ਰਿਹਾ ਖੇਡਣ। ਇਹਨਾਂ ਨੇ ਮੇਰਾ ਨਾਂ ਲਿਆ ਸੀ ਅਕੈਡਮੀ ਵਾਲਿਆਂ ਕੋਲ। ਬੜੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਦੀ ਇਹਦੇ 'ਚ ਕੀ ਗੱਲ ਹੈ, ਰਣਜੀਤ ਇਲਾਕੇ ਦਾ ਚੋਟੀ ਦਾ ਖਿਡਾਰੀ ਹੈ। ਤੁਹਾਡਾ ਆਸ਼ੀਰਵਾਦ ਚਾਹੀਦਾ ਬੜੀ ਸਾਹਿਬ। ਮੈਂ ਪੂਰੀ ਦੁਨੀਆ 'ਚ ਆਪਣੀ ਮਾਂ ਖੇਡ ਕਬੱਡੀ ਦਾ ਨਾਂ ਰੋਸ਼ਨ ਕਰੂੰਗਾ। ਪ੍ਰੀਤਮ ਗੁਰੇ ਬਈ ਰੋਟੀ ਬਣ ਛੇਤੀ, ਖੇਤ ਦਿਹਾੜੀ ਉਡੀਕਦੇ ਹੋਣੇ ਆ। ਪਹਿਲਾਂ ਇਹਨੂੰ ਤਾਂ ਖਵਾ ਲਵਾਂ, ਰੁੱਸੀ ਬੈਠੀ ਹੈ। ਆਖੇ ਰਣਜੀਤ ਸਿੰਘ ਨੂੰ ਮਹੀਨਾ ਹੋ ਗਿਆ ਗਏ ਨੂੰ, ਕੋਈ ਚਿੱਠੀ ਤੱਕ ਨਹੀਂ ਪਾਈ। ਲੈ ਹੈ ਸੋਰੀ ਕਮਲੀ, ਓਏ ਉਹਨੂੰ ਤਾਂ ਉੱਥੇ ਸਿਰ ਕੁਰਕਣ ਦਾ ਵੇਲ ਨਹੀਂ ਹੋਣਾ। ਪਹਿਲਾਂ ਕਸਰਤ ਕਰਨੀ, ਫਿਰ ਖੇਡਣਾ, ਨਾਲੇ ਕੁੜੇ ਤੂੰ ਚੰਗੀ ਤਰ੍ਹਾਂ ਤਾਂ ਜਾਣਦੀ ਹੈ ਵੀ ਉਹਨੂੰ ਤਾਂ ਕੌਡੀ ਦਾ ਉਈ ਚੱਲ ਚੜ ਜਾਂਦਾ। ਇਹਦਾ ਮਤਲਬ ਇਹ ਥੋੜ੍ਹੀ ਆ ਕਿ ਪਿਛਲਾਂ ਨੂੰ ਉਈ ਭੁੱਲੀ ਜਾਓ। ਜੇ ਚਿੱਠੀ ਲਿਖਣ ਦਾ ਟਾਈਮ ਨਹੀਂ ਸੀ ਤਾਂ ਘੱਟੋ ਘੱਟ ਦੇਸ ਹਲਵਾਈ ਦੀ ਹੱਟੀ 'ਤੇ ਫੋਨ ਹੀ ਕਰ ਦਿੰਦੇ। ਉਹ ਸੌਰੀਏ ਚਿੰਤਾ ਨਾ ਕਰ, ਸਭ ਠੀਕ ਠਾਕ ਹੀ ਹੋਣਾ ਉੱਥੇ। ਨਾਲੇ ਉੱਧਰ ਦੇ ਬੰਦੇ ਤਾਂ ਖਿਡਾਰੀਆਂ ਦੀ ਕਦਰ ਹੀ ਬਹੁਤ ਕਰਦੇ ਆ, ਮੋਢਿਆਂ ਤੇ ਚੱਕੀ ਫਿਰਦੇ ਹੋਣਗੇ ਉਹਨੂੰ। ਬਾਪੂ ਜੀ, ਬਾਪੂ ਜੀ, ਬਾਪੂ ਜੀ, ਬਾਪੂ ਜੀ, ਬਾਹਰ ਗੱਡੀ ਆਈ ਹੈ, ਲੱਗਦਾ ਚਾਚਾ ਆ ਗਿਆ। ਲੈ ਆ ਗਿਆ ਦਿਓਰ, ਹੁਣ ਕਰ ਲਈ ਆਪਣੇ ਗਿਲੇ ਸ਼ਿਕੇ ਪੂਰੇ। ਨਹੀਂ ਲੈ ਦੇਖ ਕੁੜੀ ਕਿੰਨਾ ਚਾਹ ਚੜਿਆ, ਤੰਗੇ ਪੈਰੀ ਵੱਜ ਗਈ ਸੌਰੀ। ਤੁਸੀਂ ਬਾਹਰ ਜਾ ਕੇ ਉਹਨੂੰ ਰੋਕੋ, ਮੈਂ ਤੇਲ ਚੋ ਕੇ ਅੰਦਰ ਲਿਆਉਂ ਆਪਣੇ ਦਿਓਰ ਨੂੰ। ਕੀ ਹੋਇਆ ਗੁੰਮਸੁੰਮ ਚ ਦੇਖ, ਤੇਰੀਆਂ ਅੱਖਾਂ ਚ ਅੱਥਰੂ ਕਿਉਂ ਨੇ? ਹੋਇਆ ਕੀ ਆ, ਗੱਲ ਕਿਉਂ ਨੀ ਦੱਸਦਾ ਤੂੰ? ਬੜੀ ਮੇਰਾ ਰਣਜੀਤ ਸਿੰਘ ਕਿੱਥੇ? ਓਏ ਕੋਈ ਕੁਛ ਬੋਲਦਾ ਕਿਉਂ ਨੀ? ਕਿੱਥੇ ਮੇਰਾ ਸ਼ੇਰ?
ਤੁਹਾਡੇ ਅੱਗੇ ਕਿਹਦਾ ਜ਼ੋਰ ਹੈ? ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਹ ਪਾਲ ਸਾਹਿਬ ਨੇ, ਯੂਕੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ, ਇੰਗਲੈਂਡ ਤੋਂ ਸਪੈਸ਼ਲ ਚੱਲ ਕੇ ਆਏ ਨੇ ਰਣਜੀਤ ਦਾ ਅਫਸੋਸ ਕਰਨ ਲਈ। ਬਹੁਤ ਅਫਸੋਸ ਮਨਾਇਆ ਦੁਨੀਆ ਭਰ ਦੇ ਖਿਡਾਰੀਆਂ ਨੇ ਰਣਜੀਤ ਦੇ ਜਾਣ ਦਾ। ਅਸੀਂ ਸੋਚਿਆ ਜਾਣ ਵਾਲਾ ਤਾਂ ਚਲਾ ਹੀ ਗਿਆ, ਉਹਦੇ ਪਿਛਲਿਆਂ ਦੀ ਹੀ ਕੋਈ ਮਦਦ ਕਰੀਏ। ਬਾਕੀ ਗੱਲ ਤੁਹਾਨੂੰ ਬੜੀ ਸਾਹਿਬ ਨੇ ਸਮਝਾਈ ਦਿੱਤੀ ਹੋਣੀ ਹੈ। ਪਾਲ ਸਾਹਿਬ 20,000 ਪਾਉਂਡ ਦਾ ਡਰਾਫਟ ਲੈ ਕੇ ਆਏ ਨੇ ਫੈਡਰੇਸ਼ਨ ਵੱਲੋਂ। ਪਾਲ ਸਾਹਿਬ, ਉਹ ਮਨਜ਼ੂਰ ਕਰੋ। ਵੱਡੀਆਂ ਵੱਡੀਆਂ ਕੋਠੀਆਂ ਪਾਉਣ ਦੀਆਂ ਗੱਲਾਂ ਕਰਦਾ ਗਿਆ ਸੀ, ਕੋਠੀਆਂ ਤਾਂ ਬਹਿ ਜਾਣਗੀਆਂ, ਪਰ ਉਹਨੇ ਮੁੜ ਕੇ ਦੇਖਣ ਨਹੀਂ ਆਉਣਾ। ਕੌਂਡੀ 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 ਰਾਤ ਨੂੰ ਦੱਸਾਂ ਬਾਪੂ, ਤੂੰ ਇਸ ਘਰ ਚ ਕੌਂਡੀ ਖੇਡੇਗਾ? ਬਾਪੂ ਮੈਂ ਹੀ ਇੱਥੇ ਬਾਪੂ ਜੀ, ਬਾਪੂ ਜੀ, ਬਾਪੂ ਜੀ, ਨਾ ਬਾਪੂ ਜੀ, ਇਸ ਘਰ ਚ ਸੱਤ ਉੱਤੇ ਨੂੰ ਚਾਰ ਦਿਨ ਨਹੀਂ ਹੋਏ ਤੇ ਤੂੰ ਕੌਂਡੀ ਕੌਂਡੀ ਭੰਪਾ ਲੱਗ ਪਿਆ। ਆਏ ਪਾਗਲ ਹੋ ਗਏ ਤੁਸੀਂ? ਹਾਂ ਮੈਂ ਪਾਗਲ ਹੋ ਗਿਆ, ਇਸ ਕੌਂਡੀ ਨੇ ਮੇਰਾ ਕੜੀ ਵਰਗਾ ਜਵਾਨ ਭਰਾ ਖਾ ਲਿਆ। ਓਏ ਮੈਂ ਕਿੱਟੇ ਵੜ ਦੂੰ ਤੇਰੇ ਜੇ ਕਦੇ ਕੌਂਡੀ ਖੇਡਿਆ ਤਾਂ। ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ, ਇਸ ਉਮਰ ਵਿੱਚ ਤਾਂ ਰੱਬ ਵੀ ਆਪਣਾ ਕਾਨੂੰਨ ਬੱਚਿਆਂ ਤੇ ਲਾਗੂ ਨਹੀਂ ਕਰਦਾ। ਰੱਬ ਹੁੰਦਾ ਤਾਂ ਹੁੰਦਾ ਸਾਡੇ ਨਾਲ। ਰੋਣਾ ਨਹੀਂ ਮੇਰੇ ਸ਼ੇਰ ਪੁੱਤ, ਤੇਰੇ ਬਾਪੂ ਜੀ ਦਿਲੋਂ ਬਹੁਤ ਚੰਗੇ ਨੇ, ਤੇਰਾ ਚਾਚਾ ਤੇਰੇ ਬਾਪੂ ਜੀ ਦਾ ਛੋਟਾ ਲਾਡਲਾ ਵੀਰ ਸੀ ਨਾ, ਤੇਰਾ ਚਾਚਾ ਕੋਠੀ ਕਰਕੇ ਮਰ ਗਿਆ ਨਾ। ਰੋਣਾ ਨੀ ਚਾਚੀ, ਬਾਪੂ ਜੋ ਮਰਜੀ ਗਏ, ਮੈਂ ਵੱਡਾ ਹੋ ਕੇ ਚਾਚੇ ਵਾਂਗੂ ਜ਼ਰੂਰ ਕੋਠੀ ਦਾ ਖਿਡਾਰੀ ਬਣੂੰਗਾ। ਜੀ ਮੇਰੇ ਲਾਲ, ਤੂੰ ਆਪਣੇ ਚਾਚੇ ਦਾ ਸੁਪਨਾ ਜ਼ਰੂਰ ਪੂਰਾ ਕਰੀ, ਤੂੰ ਕੋਠੀ ਖੇਡ, ਮੈਂ ਤੇਰੇ ਨਾਲ। ਸੁਣ ਦਿਓ ਜੀ, ਸ਼ਿੰਗਾਰਾ ਕੀ ਕਹਿ ਰਿਹਾ, ਇੱਕ ਦਿਨ ਮੇਰਾ ਪੁੱਤ ਇੰਗਲੈਂਡ ਤੋਂ ਜਿੱਤ ਕੇ ਆਏਗਾ, ਸ਼ਿੰਗਾਰਾ ਕਰੇਗਾ ਤੁਹਾਡਾ ਸੁਪਨਾ ਪੂਰਾ। ਇਹ ਬਣੇਗਾ ਦੁਨੀਆ 'ਚ ਕਬੱਡੀ ਦਾ ਚੋਟੀ ਦਾ ਖਿਡਾਰੀ। ਸ਼ੁਭ ਕਰ ਮਨ ਤੇ ਕਬਹੂ ਨਾ ਡਰੋ, ਨਾ ਡਰੋ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ।
ਕਬੱਡੀ ਸਾਡੇ ਲੋਨ ਚ ਕਬੱਡੀ ਸਾਡੀ ਮਿੱਟੀ ਚ ਕਬੱਡੀ ਸਾਡੇ ਖੂਨ ਚ ਕਬੱਡੀ ਸਾਡੀ ਹਵਾ ਚ ਕਬੱਡੀ ਸਾਡੇ ਲੋਨ ਚ ਕਬੱਡੀ ਸਾਡੀ ਮਿੱਟੀ ਚ ਕਬੱਡੀ ਸਾਡੇ ਖੂਨ ਚ ਕਬੱਡੀ ਸਾਡੇ ਰੰਗਲੇ ਪੰਜਾਬ ਦਾ ਨਿਸ਼ਾਨ ਏ ਕਬੱਡੀ ਲੱਤਾਂ ਛੋਟੀਆਂ ਤੇ ਪਲਾਂਘ ਵੱਡੀ ਐਵੇਂ ਨਹੀਂ ਬੇਬੇ ਨੇ ਨਾਂ ਰੱਖਿਆ ਸੁੱਚਾ ਸਿੰਘ ਕੋਚ ਕਬੱਡੀ ਲਓ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣਾ ਤਾਰਫ ਕਰਾ ਦਿਆਂ ਕਿ ਗੋਤ ਮੇਰਾ ਸੰਧੂ ਆ ਅਤੇ ਨਾਂ ਮੇਰਾ ਸੁੱਚਾ ਸ਼ਾਨ ਏ ਪੰਜਾਬ ਕਬੱਡੀ ਫੈਡਰੇਸ਼ਨ 'ਚ ਮੇਰਾ ਰੁਤਬਾ ਬੜਾ ਉੱਚਾ ਜਾਣੀ ਕਿ ਜਨਾਬ ਹੋਣੀ ਕੋਚ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੀ ਫੈਡਰੇਸ਼ਨ ਸਾਰੇ ਪੰਜਾਬ 'ਚੋਂ ਚੋਟੀ ਦੇ ਖਿਡਾਰੀ ਚੁਣ ਕੇ ਇੰਟਰਨੈਸ਼ਨਲ ਲੈਵਲ 'ਤੇ ਮੈਚ ਕਰਵਾਉਂਦੀ ਰਹਿੰਦੀ ਹੈ ਅਤੇ ਇਸ ਸਾਲ ਵੀ ਅਸੀਂ ਕਬੱਡੀ ਦੇ ਪ੍ਰੋਫੈਸ਼ਨਲ ਖਿਡਾਰੀਆਂ ਦੀ ਨਵੀਂ ਟੀਮ ਤਿਆਰ ਕਰਨ ਜਾ ਰਹੇ ਹਾਂ ਜਿਹੜੇ ਖਿਡਾਰੀ ਸ਼ੌਕੀਆ ਤੌਰ 'ਤੇ ਕਾਲਜ ਦੀ ਟੀਮ 'ਚ ਖੇਡਦੇ ਨੇ ਅਸੀਂ ਉਹਨਾਂ 'ਚੋਂ ਚੁਣਨੇ ਨੇ ਉਹ ਰੇਡਰ ਅਤੇ ਜਾਫੀ ਜਿਹੜੇ ਬੰਦਾ ਤਾਂ ਇੱਕ ਪਾਸੇ ਕੈਂਚੀ ਮਾਰ ਕੇ ਸਿੱਟ ਲੈਣ ਹਾਥੀ ਸੋ ਸਹੀ ਮਾਨੇ 'ਚ ਸਾਨੂੰ ਉਹ ਖਿਡਾਰੀ ਚਾਹੀਦੇ ਨੇ ਜਿਨ੍ਹਾਂ ਵਿੱਚ ਪ੍ਰੋਫੈਸ਼ਨਲ ਖਿਡਾਰੀ ਬਣਨ ਦਾ ਦਮ ਹੋਵੇ ਤਾਂ ਫਿਰ ਸਾਡੇ ਖਿਡਾਰੀਆਂ ਦਾ ਦਮ ਕਿਹੋ ਜਿਹਾ ਲੱਗਾ ਸੰਧੂ ਸਾਹਿਬ ਵੈਸੇ ਟੀਮ ਤਾਂ ਤੁਹਾਡੀ ਸਾਰੀ ਹੈ ਵਧੀਆ ਪ੍ਰਿੰਸੀਪਲ ਸਾਹਿਬ ਪਰ ਉਹ ਲੜਕਾ ਕਾਕਾ ਕੀ ਨਾਂ ਵੀ ਤੇਰਾ ਇਹ ਸ਼ਿੰਗਾਰਾ ਸਿੰਘ ਹੈ ਜੀ ਸਾਡੀ ਟੀਮ ਦਾ ਸ਼ਿੰਗਾਰ ਵਾਹ ਕਿਆ ਦਰਸ਼ਨੀ ਜਵਾਨ ਆ ਪ੍ਰਿੰਸੀਪਲ ਸਾਹਿਬ ਹੁਣ ਇਹ ਇਕੱਲਾ ਤੁਹਾਡੇ ਕਾਲਜ ਦੀ ਟੀਮ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਕਬੱਡੀ ਦਾ ਸ਼ਿੰਗਾਰ ਬਣੇਗਾ ਕਾਕਾ ਮੈਨੂੰ ਤੇਰੇ 'ਚ ਕਬੱਡੀ ਦਾ ਫਿਊਚਰ ਨਜ਼ਰ ਆ ਰਿਹਾ ਥੈਂਕ ਯੂ ਸਰ ਇੱਕ ਲੜਕਾ ਹੋਰ ਸੀ ਹਾਂ ਆ ਜਾਫੀ ਵੀ ਬਹੁਤ ਕਮਾਲ ਦਾ ਕੌਣ ਕਲੱਚ ਇਹਦਾ ਨਾਂ ਕਲੱਚ ਹੈ ਹਾਂਜੀ ਬਾਈ ਕਮਾਲ ਹੈ ਆ ਗੱਡੀ 'ਚ ਤਾਂ ਕਲੱਚ ਸੁਣਿਆ ਸੀ ਇਹ ਕਬੱਡੀ 'ਚ ਵੀ ਕਲੱਚ ਹੁੰਦਾ ਨਹੀਂ ਜੀ ਨਾਂ ਤਾਂ ਮੇਰਾ ਕਿਰਪਾਲ ਸਿੰਘ ਹੈ ਜੀ ਬਸ ਸਾਰੀ ਟੀਮ ਵਾਲੇ ਪਿਆਰ ਨਾਲ ਮੈਨੂੰ ਕਲੱਚ ਕਲੱਚ ਕਹਿੰਦੇ ਆ ਜੀ ਕਲੱਚ ਕਿਉਂ ਕਹਿੰਦੇ ਆ ਆਪਾਂ ਰੇਡਰ ਦੀ ਗੱਡੀ ਗੇਅਰ 'ਚ ਪੈਣੀ ਨਹੀਂ ਦੇਈਦੀ ਜੀ ਉੱਥੇ ਕੈਂਚੀ ਮਾਰ ਕੇ ਨਿਉਲੀ ਜਿੰਦਾ ਲਾ ਦੀ ਜਾਫੀ ਤਾਂ ਇਹ ਅੱਵਲ ਨੰਬਰ ਹੈ ਜੀ ਵੈਸੇ ਭਾਵੇਂ ਹਰ ਕਲਾਸ 'ਚ ਇੱਕ ਇੱਕ ਦੋ ਦੋ ਸਾਲ ਲਾ ਹੀ ਜਾਂਦਾ ਬਸ ਸਰ ਜਾਫੀ ਜੋ ਹੋਇਆ ਕਲਾਸ ਨੂੰ ਵੀ ਜੱਫਾ ਹੀ ਪਾ ਲਈਦਾ ਪ੍ਰਿੰਸੀਪਲ ਸਾਹਿਬ ਮੇਰੇ ਵੱਲੋਂ ਇਹ ਦੋਵੇਂ ਖਿਡਾਰੀ ਸਿਲੈਕਟਡ ਨੇ ਚਾਚੀ ਜੀ ਬਾਪੂ ਜੀ ਕਿੱਥੇ ਨੇ ਉਹ ਤਾਂ ਖੇਤ ਗਏ ਨੇ ਚਾਚੀ ਜੀ ਬੜਾ ਖੁਸ਼ ਲੱਗਦਾ ਗੱਲ ਤਾਂ ਦੱਸ ਕੀ ਆ ਚਾਚੀ ਜੀ ਬਹੁਤ ਖੁਸ਼ੀ ਦੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਕਿਵੇਂ ਦੱਸਾਂ ਭਲਾ ਬੁੱਝੋ ਵੇ ਤੇਰੇ ਲਈ ਕਬੱਡੀ ਤੋਂ ਬਿਨਾਂ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਜ਼ਰੂਰ ਕੋਈ ਮੈਚ ਜਿੱਤ ਕੇ ਆਇਆ ਹੋਵੇਗਾ ਮੈਚ ਤਾਂ ਅਜੇ ਹੋਣਾ ਵੀ ਜੀ ਮੈਂ ਸ਼ਾਨੇ ਪੰਜਾਬ ਕਬੱਡੀ ਫੈਡਰੇਸ਼ਨ ਦੀ ਟੀਮ 'ਚ ਸਿਲੈਕਟ ਹੋ ਗਿਆ ਵਧਾਈਆਂ ਭੈਣ ਜੀ ਵਧਾਈਆਂ ਦੀ ਅਸਲੀ ਹੱਕਦਾਰ ਤਾਂ ਤੂੰ ਹੀ ਹੈ ਭੈਣੇ ਤੂੰ ਹੀ ਇਹਨੂੰ ਦੁੱਧ ਮੱਖਣਾਂ ਨਾਲ ਪਾਲ ਕੇ ਕਬੱਡੀ ਦਾ ਖਿਡਾਰੀ ਬਣਾਇਆ
ਬੀਜੀ ਕਾਲਜ ਤੋਂ ਬਾਅਦ ਫੈਡਰੇਸ਼ਨ ਜਾਣਾ ਪਿਆ ਗੁਰੂ ਕਬੱਡੀ ਦੀ ਪ੍ਰੈਕਟਿਸ ਕਰਨ ਦੀ, ਲੇਟ ਹੋ ਜਾਇਆ ਕਰੂੰਗਾ। ਕੋਈ ਨਾ, ਡਰਦਾ ਆ ਕਿਤੇ ਬਾਪੂ ਜੀ ਨੂੰ ਪਤਾ ਹੀ ਨਾ ਲੱਗ ਜੇ। ਅੱਛਾ, ਬਾਪੂ ਜੀ ਨੂੰ ਤਾਂ ਮੈਂ ਦੱਸੂਗੀ। ਤੂੰ ਦੱਸ ਕੇ ਤਾਂ ਦੇਖੀ ਬੀਜੀ, ਇਹਦਾ ਫਾਹਾ ਨਹੀਂ ਵੱਢ ਸਕਦੇ ਛੇਤੀ ਛੇਤੀ, ਜਦ ਦੇਖੋ ਬਾਪੂ ਜੀ ਨੇ ਧਮਕੀਆਂ ਦਿੰਦੀ ਰਹਿੰਦੀ ਆ। ਫਾਹਾ ਪਹਿਲਾਂ ਤੇਰਾ ਵੱਢਿਆ ਜਾਣਾ, ਮੈਂ ਤਾਂ ਛੋਟੀ ਆ ਤੇਰੇ ਤੋਂ। ਮੇਰਾ ਫਾਹਾ ਨਹੀਂ, ਵਿਆਹ ਹੋਊ ਸੱਜ ਤੱਜ ਕੇ, ਪਹਿਲਾਂ ਕੋ ਕਾਲਾ ਪੀਲਾ ਲੱਭ ਕੇ ਤੈਨੂੰ ਕਰੂੰ ਕੱਢਾਂ। ਬੀਜੀ ਆ ਦੇਖ ਲੋ, ਹੜਦਾ ਨਹੀਂ ਬਕਵਾਸ ਕਰ ਲੋ, ਕਾਲੀ ਪੀਲੀ ਤੈਨੂੰ ਤੈਨੂੰ ਲੱਭ ਕੇ ਦੇਣੀ ਆ। ਤੈਨੂੰ ਕਿਉਂ ਬੜੀ ਕਰਦੇ ਹੋ, ਇੰਨੇ ਵੱਡੇ ਹੋ ਗਏ ਹੋ ਤੁਸੀਂ, ਅਜੇ ਵੀ ਨਿਆਣਿਆਂ ਵਾਂਗੂ ਲੜਨੋਂ ਨਹੀਂ ਹੜਦੇ। ਬਾਪੂ ਜੀ ਮੈਂ ਕੁਛ ਨਹੀਂ ਕਿਹਾ, ਪਹਿਲਾਂ ਇਹੀ ਪੰਗੇ ਲੈਂਦੀ ਆ। ਅੱਛਾ, ਮੈਂ ਪੰਗੇ ਲੈਣੀ ਆ, ਦੱਸੋ ਹੁਣੇ ਸਭ ਕੁਝ ਬਾਪੂ ਜੀ ਨੂੰ। ਰਾਣਾ ਪੁੱਤ, ਵੀਰਾ ਤਾਂ ਮਜ਼ਾਕ ਕਰਦਾ ਸੀਗਾ। ਰਾਣਾ ਕੀ ਹੋਇਆ ਬੇਟੇ? ਬਾਪੂ ਜੀ ਇਹ ਕਾਲਜ ਚ ਪੜਦਾ ਪੜਦਾ ਕੋਈ ਨਹੀਂ, ਜੇ ਪੜਦਾ ਹੋਵੇ ਤਾਂ ਫਿਰ ਟਿਊਸ਼ਨ ਰੱਖਣ ਦੀ ਕੀ ਲੋੜ ਹੈ। ਟਿਊਸ਼ਨ? ਹੁਣੇ ਤਾਂ ਕਹਿ ਰਿਹਾ ਸੀ ਆਖੇ ਮੈਂ ਕਾਲਜ ਤੋਂ ਨਾ ਲੇਟ ਆਇਆ ਕਰੂੰ, ਟਿਊਸ਼ਨ ਪੜਨ ਜਾਣਾ। ਜੇ ਬੰਦਾ ਕਾਲਜ ਚ ਧਿਆਨ ਨਾਲ ਪੜਿਆ ਹੋਵੇ ਤਾਂ ਟਿਊਸ਼ਨ ਰੱਖਣ ਦੀ ਕੀ ਲੋੜ ਹੈ। ਧਿਆਨ ਪਤਾ ਨਹੀਂ ਕਿੱਥੇ ਰਹਿੰਦਾ ਇਹਦਾ। ਬਾਪੂ ਜੀ ਅੰਗਰੇਜ਼ੀ ਚੋਂ ਨੰਬਰ ਘੱਟ ਆਏ ਨੇ ਜ਼ਰਾ। ਚੱਲ ਕੋਈ ਗੱਲ ਨਹੀਂ, ਰੱਖ ਲੈ ਟਿਊਸ਼ਨ, ਪਰ ਪਾਸ ਚੰਗੇ ਨੰਬਰ ਲੈ ਕੇ ਆਉਣਾ, ਐਵੇਂ ਨਾ ਲੜਿਆ ਕਰੋ। ਠੀਕ ਹੈ ਬਾਪੂ ਜੀ। ਰਾਣੋ ਥੈਂਕਸ ਭੈਣ, ਅੱਜ ਸੱਚੀ ਤੇਰਾ ਸਿਰ ਪਲੋਸਣ ਨੂੰ ਜੀ ਕਰਦਾ। ਲੈ ਵੀ ਕਲਚਿਆ, ਹੁਣ ਪੈ ਗਈ ਆਪਣੀ ਗੱਡੀ ਗੇਅਰ 'ਚ। ਪਹਿਲਾਂ ਜਿੱਤਾਂਗੇ ਫੈਡਰੇਸ਼ਨ ਵਾਲਾ ਮੈਚ, ਫਿਰ ਜਾਵਾਂਗੇ ਇੰਗਲੈਂਡ, ਉੱਥੇ ਜਾ ਕੇ ਕਮਾਵਾਂਗੇ ਪੌਂਡ, ਤੇ ਥੱਲੇ ਰੱਖਾਂਗੇ ਵੱਡੀ ਸਾਰੀ ਗੱਡੀ। ਕਮਾਲ ਹੈ, ਗੱਡੀ ਹਜੇ ਲਈ ਨਹੀਂ, ਹਾਰਨ ਪਹਿਲਾਂ ਹੀ ਵੱਜੀ ਜਾਂਦੇ ਆ। ਰੱਬਾ ਮਾਰਤਾ ਓਏ ਤੇਰੀ, ਉਹ ਕਿਰਨ ਤੂੰ ਹਜੇ LLB ਕਰ ਰਹੀ ਹੈ, ਵਕੀਲ ਨਹੀਂ ਬਣੀ, ਪਹਿਲਾਂ ਵਕੀਲ ਬਣ ਜਾ, ਫੇਰ ਦੇ ਲਈ ਬੰਦੇ ਗੱਡੀ ਥੱਲੇ। ਓਏ ਸ਼ੁਕਰ ਹੈ ਪਰਮਾਤਮਾ ਦਾ, 60 ਫੇਟ ਨਹੀਂ ਲੱਗੀ ਕਿਤੇ। ਚੱਲ ਜੇ ਕਿਤੇ 60 ਫੇਟ ਲੱਗ ਵੀ ਜਾਂਦੀ ਤਾਂ ਤੇਰੀ ਕਿਹੜੀ ਪੇਪਰਾਂ ਦੀ ਤਿਆਰੀ ਰਹਿ ਜਾਣੀ ਸੀ, ਬਸ ਤਾਂ ਤੂੰ ਵੈਸੇ ਵੀ ਨਕਲ ਮਾਰ ਗਈ ਹੁਣ। ਕਿਉਂ ਤੂੰ ਪੇਪਰਾਂ ਦੇ ਮਾਰ ਗੋਲੀ, ਇਹ ਤਾਂ ਸ਼ੁਕਰ ਕਰ ਤੂੰ 60 ਫੇਟ ਨਹੀਂ ਲੱਗੀ, ਨਹੀਂ ਤਾਂ ਕਰਤਾ ਸੀ ਨਾ ਇੰਟਰਨੈਸ਼ਨਲ ਖਿਡਾਰੀ ਡੁੱਡਾ। ਇੰਟਰਨੈਸ਼ਨਲ ਖਿਡਾਰੀ ਹੈ? ਕਾਲਜ ਵਿੱਚ ਕਬੱਡੀ ਤੇ ਇੱਕ ਦੋ ਮੈਚ ਕੀ ਖੇਡ ਲੈ, ਆਪਣੇ ਆਪ ਨੂੰ ਇੰਟਰਨੈਸ਼ਨਲ ਖਿਡਾਰੀ ਸਮਝਣ ਲੱਗ ਪਿਆ। ਕਾਲਜ ਦੇ ਮੈਚ ਨਹੀਂ, ਇੰਗਲੈਂਡ ਜਾ ਕੇ ਇੰਟਰਨੈਸ਼ਨਲ ਕਬੱਡੀ ਕੱਪ ਜਿੱਤਣਾ ਹੁਣ ਅਸੀਂ। ਹੈਲੋ ਜਨਾਬ, ਸੁਪਨਿਆਂ ਦੀ ਦੁਨੀਆ ਚੋਂ ਬਾਹਰ ਆਓ, UK ਕੋਈ ਲਾਡੋਵਾਲ ਨਹੀਂ, ਜਿੱਥੇ ਜਦ ਮਰਜ਼ੀ ਦਿਲ ਕੀਤਾ ਤੁਰ ਪਏ, ਉੱਥੇ ਜਾਣ ਲਈ ਵੀਜ਼ਾ ਚਾਹੀਦਾ ਵੀਜ਼ਾ। ਤੇ ਫੋਰ ਯੂਰ ਕਾਈਂਡ ਇਨਫੋਰਮੇਸ਼ਨ, ਉਹ ਇੰਟਰਨੈਸ਼ਨਲ ਤਦੇ ਖੇਡ ਸਕਦੇ ਆ ਜੇ ਆਪਣੀ ਪੰਜਾਬ ਦੀ ਟੀਮ ਵਾਸਤੇ ਖੇਡਿਆ ਹੋਵੇ। ਕਮਾਲ ਦੀ ਗੱਲ ਆ, ਤੂੰ ਮੈਨੂੰ ਝੁੱਡੀ ਸਮਝਦੀ ਆ, ਉਹ ਮੰਨਿਆ ਮੇਰਾ ਪੜ੍ਹਾਈ ਲਿਖਾਈ ਚੋਂ ਹੱਥ ਤੰਗ ਹੈ, ਪਰ ਊਂ ਤਾਂ ਆਪਾਂ ਫੱਟੇ ਚੱਕਦੀ ਨੇ ਫੱਟੇ। ਕੱਲ ਨਾ ਸ਼ਾਨ ਨੇ ਪੰਜਾਬ ਕਬੱਡੀ ਫੈਡਰੇਸ਼ਨ ਦਾ ਕੋਚ ਆਇਆ ਸੀ ਸਾਡੇ ਟ੍ਰਾਇਲ ਲੈਣ ਵਾਸਤੇ, ਉਹਦੇ 'ਚ ਮੈਂ ਅਤੇ ਸ਼ਿੰਗਾਰਾ ਸਿਲੈਕਟ ਹੋ ਗਏ, ਹੁਣ ਅਸੀਂ ਪ੍ਰੋਫੈਸ਼ਨਲ ਖਿਡਾਰੀ ਬਣ ਗਏ, ਪ੍ਰੋਫੈਸ਼ਨਲ। ਕਬੱਡੀ 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 ਕਬੱਡੀ, ਐਂ ਚਾਲਾਂ ਚਕਾਵਾਂਗੇ ਉੱਥੇ। ਇਟਸ ਅ ਗ੍ਰੇਟ ਨਿਊਜ਼। ਸ਼ਿੰਗਾਰਾ ਕਿੱਥੇ ਹੈ? ਯਾਰ ਮੈਂ ਕਦ ਕਿਹਾ ਮੈਂ ਪਾਰਟੀ ਨਹੀਂ ਦੇਣੀ, ਚਲੋ ਕੈਂਟੀਨ 'ਚ ਜੋ ਮਰਜ਼ੀ ਖਾ ਲਓ। ਜੋ ਮਰਜ਼ੀ ਕਹਿ, ਅਸੀਂ ਕਾਲਜ ਕੈਂਟੀਨ 'ਚ ਪਾਰਟੀ ਨਹੀਂ ਲੈਣੀ। ਠੀਕ ਹੈ, ਫਿਰ ਦੇਖਾਂਗੇ ਜਦ ਮੇਰੇ ਕੋਲ ਰੈਸਟੋਰੈਂਟ ਲਿਜਾਣ ਜੋਗੇ ਪੈਸੇ ਹੋਣਗੇ। ਬਈ ਸ਼ਿੰਗਾਰੇ, ਇਹ ਗੱਲ ਬਹੁਤ ਗਲਤ ਹੈ, ਪਾਰਟੀ ਤਾਂ ਤੈਨੂੰ ਦੇਣੀ ਪਊ। ਬੱਲੇ ਉਹ ਤੇਰੇ ਲੋਹੜੀ ਅੱਜ ਤੇ ਭੂਤ ਪਿੰਨੇ, ਕੱਲ ਨੂੰ ਇਹ ਕਿੱਥੇ ਲਿਖਿਆ ਪਾਰਟੀ ਤੇ ਚੁੱਪ ਕਰਕੇ ਕਮਾਲ ਕਰਦਾ। ਅੱਛਾ ਤੂੰ ਵੀ ਇਹਨਾਂ ਨਾਲ ਰਲ ਗਿਆ।
ਤੂੰ ਵੀ ਤਾਂ ਸਿਲੈਕਟ ਹੋਇਆ, ਪਹਿਲਾਂ ਤੂੰ ਦੇ ਪਾਰਟੀ। ਮੈਂ ਕੀ ਲਈ ਸ਼ਾਹਰੁਖ ਖਾਨ ਵਾਂਗੂ ਹੈ, ਪਾਰਟੀ ਤਾਂ ਮੈਨੂੰ ਵੀ ਦੇਣੀ ਪਊ, ਹੈ ਨਾ ਗਾਇਸ? ਯੈਸ। ਤੇ ਪਾਰਟੀ ਵੀ ਉੱਥੇ ਹੀ ਹੋਏਗੀ ਜਿੱਥੇ ਲਾਸਟ ਟਾਈਮ ਮੈਂ ਆਪਣੇ ਬਰਥਡੇ ਦੀ ਟ੍ਰੀਟ ਦਿੱਤੀ ਸੀ, ਯਾਦ ਹੈ ਨਾ? ਹਿਲ ਗਾਰਡਨ ਰੈਸਟੋਰੈਂਟ। ਹਰਜੀਤ ਸਿੰਘ ਤੂਫਾਨ, ਮੈਂ ਰੇਡਰ ਹਾਂ ਜੀ। ਸ਼ਾਬਾਸ਼, ਬੈਠ ਕੇ ਦੱਸੀ ਚੱਲੋ। ਮੈਂ ਚਕਰਾਲੇ ਤੋਂ ਰਾਜਾ ਰੇਡਰ। ਲਖਾ ਪਰਸ ਰਾਮਪੁਰੀਆ ਜਾਫੀ। ਬਲਰਾਜ ਸਿੰਘ ਬੱਲਾ ਜੀ ਰੇਡਰ। ਬਿੱਟੂ ਜਸਪਾਲ ਬਾਂਗਰ ਰੇਡਰ। ਸਾਧੂ ਪਰਸ ਰਾਮਪੁਰੀਆ ਜਾਫੀ। ਭੁਪਿੰਦਰ ਸਿੰਘ ਭਿੰਦਾ ਭੰਬਲੰਡੇ ਜਾਫੀ। ਮੋਨੂ ਪਰਸ ਰਾਮਪੁਰੀਆ ਰੇਡਰ। ਗੁਰਦੀਸ਼ ਦਿਸ਼ਾ ਰੇਡਰ। ਤੇ ਇਹ ਆ ਜੀ ਸਤਨਾਮ ਸਿੰਘ ਸੱਤਾ ਜਾਫੀ।
ਸੋ ਪ੍ਰਧਾਨ ਜੀ, ਇਸ ਵਾਰ ਮੈਂ ਪੂਰੇ ਪੰਜਾਬ 'ਚੋਂ ਚੋਟੀ ਦੇ ਖਿਡਾਰੀ ਚੁਣੇ ਆ। ਸੰਧੂ ਸਾਹਿਬ, ਉਹ ਖਾਲਸਾ ਕਾਲਜ ਵਾਲੇ ਮੁੰਡੇ ਨਹੀਂ ਆਏ? ਇਹੀ ਮੈਂ ਸੋਚ ਰਿਹਾ ਸੀ ਵੀ ਅਜੇ ਤੱਕ ਆ ਗਏ ਜੀ ਖਾਲਸਾ ਕਾਲਜ ਵਾਲੇ ਵੀ। ਸਤਿ ਸ਼੍ਰੀ ਅਕਾਲ ਜੀ। ਪਹਿਲੇ ਦਿਨ ਹੀ ਲੇਟ, ਅਜੇ ਤਾਂ ਸਿਰ 'ਚੋਂ ਪੂਣੀ ਨਹੀਂ ਕੱਤੀ। ਸੌਰੀ ਸਰ, ਜ਼ਰਾ ਕਾਲਜ 'ਚ ਲੇਟ ਹੋ ਗਈ। ਸੋ ਬੀ ਪੰਕਚੁਅਲ ਇਨ ਫਿਊਚਰ। ਅਤੇ ਪ੍ਰਧਾਨ ਜੀ, ਜਿਹੜੇ ਮੁੰਡੇ ਬਾਰੇ ਮੈਂ ਦੱਸ ਰਿਹਾ ਸੀ ਨਾ, ਇਹ ਆ ਕਲੱਚ। ਨਾਂ ਤਾਂ ਮੇਰਾ ਕਿਰਪਾਲ ਸਿੰਘ ਹੈ ਜੀ, ਬਸ ਸਾਰੇ ਪਿਆਰ ਨਾਲ ਮੈਨੂੰ ਕਲੱਚ ਕਲੱਚ ਕਹਿੰਦੇ ਆ ਜੀ। ਮੈਂ ਜਾਫੀ ਹਾਂ ਜੀ। ਅਤੇ ਮੈਂ ਸ਼ਿੰਗਾਰਾ ਸਿੰਘ। ਅਸੀਂ ਦੋਨੇ ਇੱਕੋ ਕਾਲਜ 'ਚ ਪੜ੍ਹਦੇ ਹਾਂ ਜੀ, ਅਤੇ ਇੱਕੋ ਪਿੰਡ ਦੇ ਹਾਂ ਜੀ। ਪ੍ਰਧਾਨ ਜੀ, ਮੁੰਡਾ ਪਿੰਡ 'ਤੇ ਮੱਖੀ ਨਹੀਂ ਬੈਠਣ ਦਿੰਦਾ। ਆਇਆ ਪ੍ਰੀਤਾ, ਗਿਆ ਪ੍ਰੀਤਾ ਵਾਲੀ ਗੱਲ ਆ। ਮੁੰਡਿਆ ਜ਼ਰਾ ਦਰਸ਼ਨ ਕਰਾ ਸਰੀਰ ਦੇ ਪ੍ਰਧਾਨ ਜੀ ਨੂੰ। ਡੋਲਾ ਕਿੰਨਾ ਵੀ ਪ੍ਰਧਾਨ ਜੀ, ਤੁਹਾਡੇ ਪੱਟ ਜਿੱਡਾ ਤਾਂ ਹੋਣਾ ਹੀ ਆ। ਨਾਲੇ ਪ੍ਰਧਾਨ ਜੀ, ਸਭ ਤੋਂ ਵੱਡੀ ਗੱਲ ਇਹ ਆ ਕਿ ਮੁੰਡਾ ਪੜ੍ਹਿਆ ਲਿਖਿਆ ਵੀ ਆ। ਨਹੀਂ, ਆਮ ਤੌਰ 'ਤੇ ਕਬੱਡੀ ਦੇ ਖਿਡਾਰੀ ਪੜ੍ਹਾਈ ਲਿਖਾਈ 'ਚ ਸੁੱਖ ਨਾਲ ਪੈਦਲ ਹੀ ਹੁੰਦੇ ਆ। ਸਰ, ਇੰਟਰਨੈਸ਼ਨਲ ਖਿਡਾਰੀ ਬਣਦਾ ਸੁਪਨਾ ਹੈ ਜੀ ਮੇਰਾ। ਜ਼ਰੂਰ ਬਣੇਗਾ ਸ਼ੇਰਾ, ਸਾਡੀ ਟੀਮ ਹਰ ਸਾਲ ਇੰਟਰਨੈਸ਼ਨਲ ਕਬੱਡੀ ਕੱਪ ਖੇਡਣ ਜਾਂਦੀ ਹੈ। ਪ੍ਰਧਾਨ ਜੀ, ਮੈਂ ਚਾਹੁੰਦਾ ਕਿ ਸ਼ਿੰਗਾਰੇ ਨੂੰ ਆਪਣੀ ਟੀਮ ਦਾ ਕੈਪਟਨ ਬਣਾਇਆ ਜਾਵੇ। ਕਿਉਂ ਵੀ ਮੁੰਡੇ, ਮਨਜ਼ੂਰ ਆ ਤੁਹਾਨੂੰ? ਮਨਜ਼ੂਰ ਆ ਜੀ। ਠੀਕ ਆ ਫਿਰ, ਹੁਣ ਆਪਸ ਵਿੱਚ ਤੁਹਾਡੀ ਇੰਟਰੋਡਕਸ਼ਨ ਹੋ ਗਈ, ਕੱਲ੍ਹ ਤੋਂ ਪ੍ਰੈਕਟਿਸ ਸ਼ੁਰੂ। ਸਾਰੇ ਟਾਈਮ 'ਤੇ ਆ ਜਿਓ, ਅਤੇ ਸ਼ਿੰਗਾਰੇ ਤੂੰ ਅਤੇ ਕਲੱਚ ਆਪਣੇ ਪ੍ਰਿੰਸੀਪਲ ਕੋਲੋਂ NOC ਲੈ ਕੇ ਆਇਓ। ਕੌਣ? ਗੈਸ ਕਰ। ਖਾਸ ਫਰੈਂਡ? ਖਾਸ ਫਰੈਂਡ ਤਾਂ ਹੈ, ਪਰ ਖਾਸ ਫਰੈਂਡ ਦਾ ਕੋਈ ਨਾਂ ਵੀ ਹੋਣਾ? ਸੂਰਜ ਦੀ ਬੇਟੀ ਕਿਰਨ। ਆਏ ਹਾਏ, ਮਰ ਜਾਵਾਂ, ਕੀ ਐਕਸਪ੍ਰੈਸ਼ਨ ਦਿੱਤਾ ਹੈ। ਹਾਂ, ਪਰ ਇੱਕ ਸੈਕਿੰਡ, ਤੇਰੇ ਚਿਹਰੇ 'ਤੇ ਇੰਜ 12 ਕਿਉਂ ਵੱਜੇ ਨੇ? ਓਏ ਸੰਧੂ ਸਾਹਿਬ ਨੇ ਕਿਹਾ ਕਾਲਜ ਤੋਂ NOC ਲੈ ਕੇ ਆਓ। ਤੂੰ ਚੱਲ ਹੁਣੇ ਮੇਰੇ ਨਾਲ, ਅਸੀਂ ਪ੍ਰਿੰਸੀਪਲ ਕੋਲ ਚੱਲਦੇ ਹਾਂ। ਮੈਂ ਜਾ ਕੇ ਆਇਆ। ਪ੍ਰਿੰਸੀਪਲ ਸਾਹਿਬ ਕਹਿੰਦੇ ਆ ਕਾਲਜ ਆਪਣੇ ਫਾਦਰ ਨੂੰ ਲੈ ਕੇ ਆਓ, NOC ਵਾਸਤੇ ਪੇਰੈਂਟਸ ਦਾ ਕੰਸੈਂਟ ਹੋਣਾ ਜ਼ਰੂਰੀ ਹੈ। ਅਤੇ ਸ਼ਿੰਗਾਰੇ ਤਾਂ ਲੈ ਕੇ ਆ ਜਾਣ ਆਪਣੇ ਪਾਪਾ ਨੂੰ ਕੱਲ੍ਹ। ਕਿਰਨ, ਤੂੰ ਨਹੀਂ ਜਾਣਦੀ, ਜੇ ਮੇਰੇ ਬਾਪੂ ਜੀ ਨੂੰ ਪਤਾ ਲੱਗ ਗਿਆ ਨਾ ਮੈਂ ਕਾਲਜ 'ਚ ਕਬੱਡੀ ਖੇਡਦਾ, ਤਾਂ ਉਹਨਾਂ ਨੇ ਮੈਨੂੰ ਕਾਲਜ ਤੋਂ ਪੜ੍ਹਨੋਂ ਹਟਾ ਲੈਣਾ। ਬਟ ਵਾਈ, ਕਿਉਂ? ਐਕਚੁਅਲੀ ਮੇਰੇ ਚਾਚਾ ਜੀ ਕਬੱਡੀ ਦੇ ਬਹੁਤ ਵੱਡੇ ਪਲੇਅਰ ਸੀ। ਮੈਚ ਖੇਡਦੇ ਹੋਏ ਉਹਨਾਂ ਦੀ ਹਾਰਟ ਅਟੈਕ ਨਾਲ ਡੈਥ ਹੋ ਗਈ। ਬਸ ਉਸੇ ਦਿਨ ਤੋਂ ਬਾਪੂ ਜੀ ਕਬੱਡੀ ਦੇ ਬਹੁਤ ਖਿਲਾਫ ਨੇ। ਪਰ ਸ਼ਿੰਗਾਰੇ, ਇਹ ਤਾਂ ਸਿਰਫ ਇੱਕ ਐਕਸੀਡੈਂਟ ਸੀ, ਇਸ ਵਿੱਚ ਕਬੱਡੀ ਦਾ ਤਾਂ ਕੋਈ ਕਸੂਰ ਹੈ ਨਹੀਂ। ਪਰ ਇਹ ਗੱਲ ਬਾਪੂ ਜੀ ਨੂੰ ਕੌਣ ਸਮਝਾਵੇ? ਘਰ 'ਚੋਂ ਤਾਂ ਸਾਰੇ ਮੇਰੇ ਨਾਲ ਨੇ, ਪਰ ਬਾਪੂ ਜੀ ਨੂੰ ਮਨਾਉਣਾ ਬਹੁਤ ਹੀ ਮੁਸ਼ਕਲ। ਆਈ ਨੋ, ਪ੍ਰੋਬਲਮ ਸੱਚਮੁੱਚ ਬਹੁਤ ਵੱਡੀ ਹੈ, ਪਰ ਤੂੰ ਫਿਕਰ ਨਾ ਕਰ, ਅਸੀਂ ਕੁਛ ਸੋਚਦੇ ਇਸ ਬਾਰੇ। ਆਈਡੀਆ। ਜ਼ਿਆਦਾ ਵੀ ਓਵਰ ਐਕਟਿੰਗ ਨਾ ਕਰ, ਮਰਵਾਏਗਾ ਤੂੰ। ਆ ਜਾ। May I come in, sir? Yes, come in. ਸਤਿਕਾਲ ਜੀ। ਸਤਿਕਾਲ ਜੀ। ਸਰ, ਇਹ ਕਿਰਪਾਲ ਸਿੰਘ ਕਲੱਚ ਦੇ ਫਾਦਰ ਨੇ ਜੀ, ਤੁਸੀਂ ਬੁਲਾਇਆ ਸੀ ਨਾ ਸਰ? ਓ ਹਾਂ, ਬੈਠੋ ਬਜ਼ੁਰਗੋ। ਮਿਹਰਬਾਨੀ ਜੀ। ਵੈਸੇ ਤੁਹਾਡੀ ਸ਼ਕਲ ਕਲੱਚ ਨਾਲ ਕਾਫੀ ਮਿਲਦੀ ਆ। ਲਓ ਦੱਸੋ ਬਈ, ਕਲੱਚ ਮੇਰਾ ਮੁੰਡਾ, ਮੇਰੀ ਸ਼ਕਲ ਉੱਥੇ ਨਹੀਂ ਜਾਊ ਤਾਂ ਹੋਰ ਕਿਤੇ ਜਾਊਗੀ ਬਈ। ਓ ਚਾਚਾ ਜੀ, ਉਹਦੀ ਸ਼ਕਲ ਤੁਹਾਡੇ ਤੇ ਗਈ ਹੈ, ਤੁਹਾਡੀ ਉਹਦੇ ਤੇ ਨਹੀਂ। ਉਹ ਇੱਕੋ ਗੱਲ ਹੈ ਮੱਲਾ, ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਇੱਕ ਨਹੀਂ ਜੀ। ਅੱਛਾ, ਮੈਨੂੰ ਕਲੱਚ ਕਹਿੰਦਾ ਸੀ ਵੀ ਤੁਸੀਂ ਖੇਡਣ ਖੁਡਣ ਵਾਸਤੇ ਕੋਈ ਕਾਗਜ਼ ਕੂਗਜ਼ ਦਿਖਾਉਣੇ ਨੇ, ਕੁਛ ਲਿਖਾਉਣਾ ਉੱਤੇ। ਹਾਂਜੀ,
ਇੱਥੇ ਦਸਖਤ ਕਰ ਦਿਓ। ਇੱਥੇ ਲਿਖਿਆ ਕੀ ਹੋਇਆ ਜੀ? ਇੱਥੇ ਲਿਖਿਆ ਜੀ ਵੀ ਜੇ ਕਲੱਚ ਕਾਲਜ ਦੀ ਟੀਮ ਤੋਂ ਬਾਹਰ ਕਿਸੇ ਹੋਰ ਟੀਮ ਵਿੱਚ ਖੇਡਣਾ ਚਾਹੇ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਲੈ ਕਰਤੀ ਗੱਲ, ਸਾਨੂੰ ਕਾਹਦਾ ਇਤਰਾਜ਼ ਹੈ ਜੀ? ਉਹ ਮੁੰਡਾ ਖੇਡਣ ਹੀ ਚੱਲਿਆ, ਕੋਈ ਨਸ਼ਾ ਪੱਤਾ ਤਾਂ ਨਹੀਂ ਕਰਨ ਚੱਲਿਆ? ਪਰ ਇੱਕ ਗੱਲ ਹੈ ਜੀ, ਮੈਂ ਅੰਗੂਠਾ ਛਾਪ ਹਾਂ, ਅੰਗੂਠਾ ਲਵਾ ਲਓ, ਦੱਸੋ ਕਿੱਥੇ ਲਾਉਣਾ ਜੀ? ਹੈਲੋ, ਕਿੱਥੇ ਲਾਉਣਾ ਜੀ? ਇੱਥੇ ਲਾ ਦਿਓ। ਇੱਥੇ ਜੀ? ਹਾਂਜੀ। ਇਹ ਆ ਲਓ ਜੀ, ਕਲੱਚ ਨਹੀਂ ਆਇਆ ਤੁਹਾਡੇ ਨਾਲ? ਕਲੱਚ ਜੀ, ਉਹ ਬਸ ਐਂ ਜੀ, ਉਹ ਕਹਿੰਦਾ ਦੇਖ ਬਾਪੂ ਤੂੰ ਵੱਡੇ ਮਾਸਟਰ ਜੀ ਕੋਲੇ ਅੰਗੂਠਾ ਲਾ ਕੇ ਕਰਾਏਗਾ ਮੇਰੀ ਬੇਇੱਜ਼ਤੀ, ਬਸ ਉਹੀ ਹੈ, ਘੋਲ ਜੀ ਕਰ ਗਿਆ ਜੀ। ਸੱਚੀ ਗੱਲ ਹੋਰ ਦੱਸਣੀ ਸੀ ਮੈਂ, ਸ਼ਿੰਗਾਰੇ ਦਾ ਬਾਪੂ ਗਿਆ ਹੋਇਆ ਅੱਜ ਮੰਡੀ, ਉਹਨੂੰ ਜ਼ਰੂਰੀ ਕੰਮ ਸੀ, ਉਹ ਕਹਿੰਦਾ ਸ਼ਿੰਗਾਰੇ ਵਾਲੇ ਕਾਗਜ਼ਾਂ 'ਤੇ ਵੀ ਤੂੰ ਹੀ ਅੰਗੂਠਾ ਲਾਏ। ਇਹ ਕਿਵੇਂ ਹੋ ਸਕਦਾ ਜੀ, ਉਹਨਾਂ ਦੀ ਰਜ਼ਾਮੰਦੀ ਤੋਂ ਬਗੈਰ? ਹੈ, ਤੁਸੀਂ ਆਹ ਕੀ ਗੱਲ ਕਰਤੀ, ਰਜ਼ਾਮੰਦੀ ਆਪਾਂ ਹੁਣੇ ਕਰਾ ਦਿੰਦੇ ਹਾਂ, ਇਹਦੇ ਬਾਪੂ ਨਾਲ ਹੁਣੇ ਗੱਲ ਕਰਾਉਣਾ ਤੁਹਾਡੀ ਮੈਂ, ਆਹ ਲਓ। ਪਰ ਤੁਸੀਂ ਤਾਂ ਕਹਿ ਰਹੇ ਸੋ ਤੁਸੀਂ ਅਨਪੜ੍ਹ ਹੋ, ਫਿਰ ਵੀ ਇਹ ਮੋਬਾਈਲ? ਮੈਂ ਇੰਨਾ ਵੀ ਅਨਪੜ੍ਹ ਨਹੀਂ ਜੀ, ਏਕਾ ਦੂਆ ਤੀਆ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਆਉਂਦਾ, ਕਿਹੜੀ ਗੱਲ ਕਰਤੀ ਤੁਸੀਂ। ਹੈਲੋ, ਹਾਂ ਪ੍ਰੀਤਮ ਕੁਰੇ ਭਾਈ, ਮੈਂ ਬੋਲਦਾ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਅੱਛਾ, ਨਛੱਤਰ ਸਿੰਘ ਦੇ ਨਾਲ ਹੀ ਹੈ? ਹਾਂ, ਮੈਂ ਇੱਧਰ ਆਇਆ ਸੀ ਨਾ, ਲਾਣੇਦਾਰ ਕਹਿੰਦਾ ਸੀ ਵੀ ਸ਼ਿੰਗਾਰੇ ਵਾਲੇ ਕਾਗਜ਼ ਤੇ ਵੀ ਤੂੰ ਹੀ ਅੰਗੂਠਾ ਲਾਏ, ਪਰ ਵੱਡੇ ਮਾਸਟਰ ਜੀ ਤਵਾਰ ਹੀ ਨਹੀਂ ਕਰਦੇ ਜੀ। ਸ਼ਿੰਗਾਰੇ ਦੇ ਬਾਪੂ ਤੇ ਆਪਣਾ ਮੋਬਾਈਲ ਲਗਾਰੇ ਭੁੱਲ ਗਏ। ਹੈ, ਮੋਬਾਈਲ ਘਰੇ ਭੁੱਲ ਗਏ? ਵੇ ਐ ਕਰ, ਤੂੰ ਆਪੇ ਸਮਝਾ ਦੇ ਭਰਜਾਈ। ਭਰਜਾਈ ਆ ਕਰੋ ਗੱਲ ਜੀ। ਹੈਲੋ ਜੀ, ਜੀ ਕੌਣ ਬੋਲਦਾ? ਜੀ ਮੈਂ ਪ੍ਰਿੰਸੀਪਲ ਅਮਰੀਕ ਸਿੰਘ ਧਨੋਆ ਬੋਲ ਰਿਹਾ। ਜੀ ਸ਼ਿੰਗਾਰੇ ਦੇ ਬਾਪੂ ਤਾਂ ਮੰਡੀ ਗਏ ਆ ਜੀ, ਉਹ ਤੇ ਆਪਣਾ ਮੋਬਾਈਲ ਵਾਲੇ ਕਾਰ ਹੀ ਭੁੱਲ ਗਿਆ। ਪਾਜੀ ਤੁਸੀਂ ਜਿਹੜੇ ਦਸਖਤ ਦਸਖਤ ਕਰਾਣੇ ਕਲੱਚ ਦੇ ਬਾਪੂ ਕੋਲੋਂ ਕਰਾ ਲਓ। ਚੰਗਾ ਜੀ, ਸਤਿ ਸ਼੍ਰੀ ਅਕਾਲ ਪਾਜੀ, ਸਤਿ ਸ਼੍ਰੀ ਅਕਾਲ। ਇਹ ਆ ਲਓ ਜੀ, ਇਜਾਜ਼ਤ ਹੈ ਸਾਨੂੰ ਫਿਰ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਚੱਲ ਮਲਾ ਕਲੱਚ। ਯੈਸ ਸਰ। ਐਕਟਿੰਗ ਚੰਗੀ ਕਰ ਲੈਣਾ, ਪਰ ਬੇਟਾ ਮੈਂ ਤੁਹਾਡਾ ਪ੍ਰਿੰਸੀਪਲ ਹਾਂ। ਟੀਚਰ ਮਾਂ ਬਾਪ ਵਾਂਗ ਹੁੰਦੇ ਨੇ, ਉਹਨਾਂ ਨਾਲ ਇਸ ਤਰ੍ਹਾਂ ਦਾ ਮਜ਼ਾਕ ਕਦੇ ਨਹੀਂ ਕਰਨਾ ਚਾਹੀਦਾ। ਸੋਰੀ ਸਰ। ਤੁਸੀਂ ਦੋਵੇਂ ਸਾਡੇ ਕਾਲਜ ਦਾ ਮਾਣ ਹੋ ਅਤੇ ਹੁਣ ਕਬੱਡੀ ਨੂੰ ਪ੍ਰੋਫੈਸ਼ਨ ਦੇ ਤੌਰ 'ਤੇ ਅਪਣਾਉਣ ਜਾ ਰਹੇ ਹੋ। ਬੈਸਟ ਆਫ ਲੱਕ। ਥੈਂਕ ਯੂ ਸਰ। ਥੈਂਕ ਯੂ ਸਰ। ਓ ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ, ਜੇ ਸਾਡੇ ਵਰਗਾ ਕੋਈ ਹੋਰ ਜੰਮੇ ਫਿਰ ਸੰਧੂ ਨੂੰ ਕੌਣ ਬੁਲਾਵੇ? ਓਏ ਮੈਂ ਤਾਂ ਦਾਤਣ ਕਰਦਾ ਕਰਦਾ ਪਹੁੰਚ ਜਾਂਦਾ ਸੀ ਘੋਲੀਏ ਤੋਂ ਕਬੱਡੀ, ਐਵੇਂ ਨਹੀਂ ਬੇਬੇ ਨੇ ਨਾਂ ਰੱਖਿਆ ਸੁੱਚਾ ਸੀ ਕੋਚ ਕਬੱਡੀ। ਹਾਲੇ ਉਹ ਖਿੱਚਦੇ ਹੋ, ਗੱਲਾਂ ਆਉਂਦੀਆਂ ਤੁਹਾਨੂੰ? ਹੁਣ ਤਾਂ ਕੰਮ ਹੀ ਬਾਹਲੇ ਸੌਖੇ ਹੋ ਗਏ, ਰੇਟ ਤਾਂ ਸਾਰੀ 30 ਸੈਕਿੰਡ ਦੀ ਰਹਿ ਗਈ, ਹਜੇ ਵੀ ਰੋਂਦੇ ਹੋ? ਓਏ ਸਾਡੇ ਵੇਲੇ ਤਾਂ ਉੱਚੀ ਉੱਚੀ ਕੌਡੀ ਕੌਡੀ ਬੋਲਣਾ ਪੈਂਦਾ ਸੀ ਤੇ ਸਾਹ ਵੀ ਰੋਕਣਾ ਪੈਂਦਾ ਸੀ। ਆ ਤਾਂ ਫੈਡਰੇਸ਼ਨ ਨੇ ਬਾਹਲਾ ਵਧੀਆ ਕਰਤਾ ਜੀ, ਪਰ ਰੇਡਰ ਤਾਂ ਪਹਿਲਾਂ ਵੀ ਚੋਰੀ ਚੋਰੀ ਸਾਹ ਲੈ ਹੀ ਲੈਂਦੇ ਸੀ। ਕੀ ਕਿਹਾ ਓਏ? ਕਿ ਨਹੀਂ ਤੂਫਾਨ? ਤੂਫਾਨ ਕੀ ਮਤਲਬ ਤੇਰਾ? ਮੈਂ ਚੋਰੀ ਸਾਹ ਲੈਣਾ ਵਾ? ਤੂੰ ਤਾਂ ਗੁੱਸੇ ਹੀ ਕਰ ਗਿਆ, ਮੈਂ ਤਾਂ ਐਗਜ਼ਾਮਪਲ ਦਿੱਤੀ ਹੈ ਯਾਰ। ਐਗਜ਼ਾਮਪਲ ਸ਼ਿੰਗਾਰੇ ਦਾ ਨਾਂ ਲੈ ਕੇ ਵੀ ਦੇ ਸਕਦਾ ਸੀ। ਅੱਛਾ, ਓਏ ਹੁਣ ਜਬਲੀਆਂ ਬੰਦ ਕਰੋ ਤੇ ਸੀਰੀਅਸਲੀ ਪ੍ਰੈਕਟਿਸ ਸ਼ੁਰੂ ਕਰੋ। ਰਾਣੋ! ਓਏ ਰਾਣੋ ਪੁੱਤ, ਉਹ ਕਿੱਧਰ ਗਿਆ ਮੇਰਾ ਸ਼ੇਰ? ਜੀ ਬਾਪੂ ਜੀ। ਉਹ ਪੁੱਤ ਐਂ ਦੱਸ,
ਵੀ ਜਿਹੜਾ ਬਾਹਰਲੇ ਮੁਲਕਾਂ ਜਾਣ ਵਾਸਤੇ ਅੰਗਰੇਜ਼ੀ ਦਾ ਕੋਰਸ ਕਰਦੇ ਹੈ, ਕੀ ਕਹਿੰਦੇ ਉਹਨੂੰ? ਆਈਲੈਟਸ ਬਾਪੂ ਜੀ? ਹਾਂ ਹਾਂ ਉਹੀ ਉਹੀ, ਤੈਨੂੰ ਆ ਕੋਰਸ ਨਾ ਕਰਾ ਦਈਏ। ਕਿਹੜਾ ਕੋਰਸ ਕਰਾਉਣ ਲੱਗੇ ਹੋ ਕੁੜੀ ਨੂੰ? ਮੈਂ ਸੋਚਦਾ ਬਈ ਮੇਰੇ ਸ਼ੇਰ ਨੂੰ ਬਾਹਰਲੇ ਮੁਲਕ ਭੇਜ ਦਈਏ। ਮੈਨੂੰ ਨਾ ਇੱਕ ਰਿਸ਼ਤੇ ਦੀ ਦੱਸ ਪਈ ਹੈ, ਮੁੰਡਾ ਇੰਗਲੈਂਡ ਪੜ੍ਹਦਾ ਹੈ, ਸਾਲ ਛੇ ਮਹੀਨੇ 'ਚ ਪੱਕਾ ਵੀ ਹੋ ਜੂਗਾ। ਬਸ ਉਹਨਾਂ ਦੀ ਇੱਕੋ ਮੰਗ ਹੈ ਵੀ ਕੁੜੀ ਨੇ ਆਈਲੈਟਸ ਕੀਤੀ ਹੋਵੇ। ਨਾ ਆਈਲੈਟਸ ਕਿੱਥੋਂ ਕਰ ਲੂ, ਇਹ ਪਲੱਸ ਟੂ ਤਾਂ ਇਹਨੇ ਮਸਾਂ ਪਾਸ ਕੀਤੀ ਹੈ। ਅੱਛਾ, ਤੇਰੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਆ, ਤੇਰੇ ਵਾਂਗੂ ਕੋਈ ਟਿਊਸ਼ਨ ਨਹੀਂ ਸੀ ਰੱਖੀ, ਤੂੰ ਚੁੱਪ ਕਰ ਜਾ, ਮੇਰੇ ਤਾਂ ਸਭ ਕੁਝ ਬਾਪੂ ਜੀ ਨੂੰ ਦੱਸ ਦੇਣਾ। ਇਹਨਾਂ ਨੂੰ ਤਾਂ ਬਸ ਲੜਨ ਦਾ ਬਹਾਨਾ ਚਾਹੀਦਾ ਹੈ। ਸ਼ਿੰਗਾਰੇ, ਜਦੋਂ ਰਾਣੋ ਸਹੁਰੇ ਚਲੇ ਗਈ ਨਾ, ਫਿਰ ਪਿੱਛੋਂ ਯਾਦ ਕਰ ਕਰਕੇ ਰੋਇਆ ਕਰੇਗਾ। ਮੈਂ ਕੋਈ ਨਹੀਂ ਰੋਂਦਾ ਰਹਿੰਦਾ, ਹਾਂ ਉਹਦਾ ਇਹਨੂੰ ਤੋਰਨ ਵੇਲੇ ਅੱਖਾਂ ਨੂੰ ਥੁੱਕ ਜਾ ਜ਼ਰੂਰ ਲਾਉਣਾ ਪਊ। ਬਾਪੂ ਜੀ ਆਹ ਦੇਖ ਲਓ। ਓਹੋ, ਉਹ ਮੈਨੂੰ ਆਪਣੀ ਗੱਲ ਤਾਂ ਪੂਰੀ ਕਰ ਲੈਣ ਦਿਓ, ਹੋਰ ਹੀ ਰਾਮ ਰੌਲਾ ਪਾ ਕੇ ਬਹਿ ਗਏ। ਉਹ ਆਪਣਾ ਚੰਦ ਸਿਆਉਣਾ ਬੁੱਧੂ ਵਾਲੀਆ, ਉਹ ਕਰਾਉਂਦਾ ਰਿਸ਼ਤਾ। ਹਾਂ, ਮੈਂ ਉਹ ਤੋਂ ਮੁੰਡੇ ਦੇ ਖਾਨਦਾਨ ਬਾਰੇ ਸਾਰਾ ਪਤਾ ਕਰ ਲਿਆ। ਇਹੋ ਜਿਹਾ ਕਾਰੋਬਾਰ ਤਾਂ ਭਾਗਾਂ ਵਾਲੇ ਨੂੰ ਮਿਲਦਾ ਹੁੰਦਾ ਹੈ। ਆਪਾਂ ਐਂ ਕਰਦੇ ਹਾਂ, ਰੋਕ ਕਰ ਰੱਖਦੇ ਹਾਂ, ਜਦੋਂ ਮੁੰਡਾ ਉੱਧਰ ਪੱਕਾ ਹੋ ਗਿਆ ਵਿਆਹ ਦਿਆ। ਕੁੜੀ ਇਹਨਾਂ ਕੱਪੜੇ ਚ ਵੜੀ ਕਿੱਦਾਂ ਹੋਊਗੀ? ਕਿਰਨ ਹੈ, ਮੇਰੇ ਨਾਲ ਕਾਲਜ ਪੜ੍ਹਦੀ ਹੈ। ਸਤਿ ਸ਼੍ਰੀ ਅਕਾਲ। ਜਿਉਂਦੀ ਰਹਿਤੀ ਹੈ। ਤੇ ਇਹ ਮੇਰੇ ਚਾਚੀ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਜਿਉਂਦੀ ਰਹਿ, ਬਿਲਕੁਲ ਚੰਨ ਦਾ ਟੁਕੜਾ ਲੱਗਦੀ ਹੈ। ਥੈਂਕਸ। ਤੇ ਮੈਂ ਰਾਣੋ, ਸ਼ਿੰਗਾਰੇ ਵੀਰ ਦੀ ਛੋਟੀ ਭੈਣ। ਅੱਛਾ ਜੀ, ਤਾਂ ਤੁਹਾਡੀ ਇੰਗੇਜਮੈਂਟ ਹੈ, ਕੰਗਰੈਟਸ। ਥੈਂਕਸ। ਤੁਸੀਂ ਪਹਿਲਾਂ ਕਦੇ ਕਿਉਂ ਨਹੀਂ ਆਏ ਸਾਡੇ ਘਰ? ਐਕਚੁਅਲੀ ਤੁਹਾਡਾ ਵੀਰਾ ਤਾਂ ਚਾਹੁੰਦਾ ਸੀ ਕਿ ਮੈਂ ਅੱਜ ਵੀ ਨਾ ਆਵਾਂ, ਪਰ ਮੈਂ ਜ਼ਬਰਦਸਤੀ ਆਈ ਹਾਂ, ਉਹ ਵੀ ਇੱਕ ਦਿਨ ਪਹਿਲਾਂ। ਐਕਚੁਅਲੀ ਮੈਂ ਕਦੇ ਕੋਈ ਪਿੰਡ ਦਾ ਫੰਕਸ਼ਨ ਨਹੀਂ ਦੇਖਿਆ। ਆਈ ਲਵ ਵਿਲੇਜ ਕਲਚਰ। ਸਿਰਫ ਵਿਲੇਜ ਕਲਚਰ? ਰਾਣੋ ਬੇਟਾ, ਜਾ ਕਿਰਨ ਨੂੰ ਅੰਦਰ ਲਿਜਾ ਕੇ ਚਾਹ ਪਾਣੀ ਪਿਲਾ। ਜੀ ਬੀਜੀ, ਚੱਲ ਕਿਰਨ। ਓਕੇ, ਸੀ ਯਾ। ਚੱਲ ਉੱਥੇ ਬੈਠ ਕੇ ਗੱਲਾਂ ਕਰ। ਭੈਣ ਜੀ, ਮੈਂ ਤਾਂ ਸੋਚਿਆ ਆਪਣਾ ਸ਼ਿੰਗਾਰਾ ਸਿਰਫ ਕਬੱਡੀ ਖੇਡਣੀ ਜਾਣਦਾ। ਬਈ ਵਧਾਈਆਂ ਹੋਣ ਸਭ ਨੂੰ, 75 ਸਾਲ ਵਧਾਈਆਂ ਹੋਣ। ਤੁਸੀਂ ਤੇ ਗੁਰਦਿਆਲ ਸਿੰਘ ਕੁੜਮ ਬਣ ਗਏ ਅੱਜ ਤੋਂ ਬਾਅਦ। ਬਈ ਕੁੜਮਾਂ ਵਾਲੀ ਗੱਲ ਤਾਂ ਜਾਂਦੀ ਰਹੀ ਅੱਜ ਕੱਲ੍ਹ, ਅਸੀਂ ਤਾਂ ਭਰਾਵਾਂ ਵਾਂਗ ਵਰਤਣਾ ਹੀ ਯਾਰ। ਲਹਿਰਾਂ ਨੂੰ ਪੈਣ, ਹੁਣ ਨਹੀਂ ਲੜਿਆ ਕਰਨਾ ਆਪਾਂ। ਜ
ਸ਼ਿੰਗਾਰੇ ਤੂੰ ਰੋ ਰਿਹਾ ਪਾਗਲ ਇਹ ਤਾਂ ਬੜੀ ਖੁਸ਼ੀ ਦਾ ਮੌਕਾ ਹੈ ਤੂੰ ਨਹੀਂ ਜਾਣਦੀ ਕਿਰਨ ਪੇਂਡੂ ਕਲਚਰ ਨੂੰ ਇਹ ਤਾਂ ਭਰਾ ਦਾ ਪਿਆਰ ਆ ਭੈਣ ਦੇ ਲਈ ਜਾਣਦੀਆਂ ਜਾਣਦੀਆਂ ਰਾਣੂ ਨੂੰ ਸਹੁਰੇ ਕਿੰਨੇ ਵਧੀਆ ਮਿਲੇ ਨੇ ਨਾ ਅੱਛਾ ਇੱਕ ਸੈਕਿੰਡ ਮੂੰਹ ਖੋਲ ਮੂੰਹ ਖੋਲ ਪਰ ਜਨਾਬ ਇਹ ਕੀ ਗੱਲ ਹੋਈ ਮੂੰਹ ਤੱਕ ਤੁਸੀਂ ਮੇਰਾ ਮਿੱਠਾ ਕਰਾਉਣਾ ਸੀ ਤੇ ਮੈਂ ਕਰਾ ਰਹੀ ਹਾਂ ਪਰ ਕੋਈ ਗੱਲ ਨਹੀਂ ਅਸੀਂ ਆਪਣਾ ਮੂੰਹ ਆਪੇ ਮਿੱਠਾ ਕਰ ਲਾਂਗੇ so good ਅੱਛਾ ਸੁਣ ਹੁਣ ਰੋਣ ਦੀ ਕੋਈ ਲੋੜ ਨਹੀਂ ਹੱਸ ਕੇ ਵਿਖਾ ਇਹ ਹੋਈ ਨਾ ਗੱਲ ਮੈਂ ਚੱਲਦੀ ਹਾਂ ਓਕੇ ਕਿਉਂ ਤੇਰੇ ਨਾਲ ਤਾਂ ਕੋਈ ਭਰਦੀ ਨਾਲ ਹੀ ਓਏ ਤੂੰ ਹਰੇਕ ਗੱਲ ਦਾ ਪੁੱਠਾ ਮਤਲਬ ਨਾ ਕੱਢਿਆ ਕਰ ਯਾਰ ਮਤਲਬ ਤਾਂ ਤੂੰ ਨਹੀਂ ਸਮਝਿਆ ਉਹ ਅਗਲੀ ਵਿਆਹ ਤੋਂ ਪਹਿਲਾਂ ਸਹੁਰਾ ਘਰ ਦੇਖਣ ਆਈ ਹੈ ਓਏ ਤੂੰ ਜਾ ਆਪਦਾ ਕੰਮ ਕਰ ਜਾ ਕੇ ਸਾਰੀ ਉਮਰ ਰੇਡਰੀ ਬਣਿਆ ਰਹੀ ਉਹ ਕਦੇ ਜਾਫੀ ਬਣ ਕੇ ਦੇਖ ਅਗਲੀ ਸ਼ਰਿਆਮ ਰੇਡ ਪਾ ਗਈ ਤੇਰੇ ਤੇ ਚੱਲ ਹਾਂ ਕਿਰਨ ਕਲੱਚ ਬੋਲਦਾ ਕਲੱਚ ਭਾਜੀ ਸ਼ਿੰਗਾਰਾ ਕਿੱਥੇ ਉਹ ਭਾਜੀ ਮੈਂ ਸ਼ਿੰਗਾਰੇ ਦਾ ਇੱਕ ਮਿੰਟ ਉਹ ਸ਼ਿੰਗਾਰੇ ਭਾਈ ਤੇਰਾ ਫੋਨ ਹੈ ਕਿਰਨ ਦਾ ਫੋਨ ਹੈ ਨਾਲੇ ਉਹਨੂੰ ਸਮਝਾ ਦੇ ਮੈਂ ਉਹਨੂੰ ਭਾਬੀ ਬਣਾਉਣ ਨੂੰ ਫਿਰਦਾ ਉਹ ਭਾਜੀ ਭਾਜੀ ਕਹੀ ਜਾਂਦੀ ਹੈ ਯਾਰ ਓਏ ਤੂੰ ਚੁੱਪ ਰਿਹਾ ਕਰ ਯਾਰ ਹੈਲੋ ਹਾਂ ਕਿਰਨ ਓਏ ਸ਼ਿੰਗਾਰੇ ਲੱਗਦਾ ਤੂੰ ਸਾਨੂੰ ਭੁੱਲ ਗਿਆ ਇੰਨੇ ਦਿਨ ਕਾਲਜ ਕਿਉਂ ਨਹੀਂ ਆਇਆ ਭੁੱਲਣ ਵਾਲੀ ਤਾਂ ਕੋਈ ਗੱਲ ਨਹੀਂ ਸਾਡਾ ਮੈਚ ਹੈ ਅਗਲੇ ਹਫ਼ਤੇ ਪ੍ਰੈਕਟਿਸ ਜ਼ੋਰਾਂ 'ਤੇ ਚੱਲ ਰਹੀ ਹੈ ਕੀ ਗੱਲ ਕੋਈ ਜ਼ਰੂਰੀ ਕੰਮ ਹੈ ਕੰਮ ਤਾਂ ਹੈ ਪਰ ਮੈਂ ਤੈਨੂੰ ਫੋਨ 'ਤੇ ਨਹੀਂ ਦੱਸ ਸਕਦੀ ਮੈਨੂੰ ਜਲਦੀ ਮਿਲਾ ਕੇ ਤੂੰ ਦੱਸ ਤਾਂ ਸਹੀ ਗੱਲ ਕੀ ਹੈ ਉਹ ਬੋਲਿਆ ਕੁੜੀਆਂ ਤੋਂ ਕੰਮ ਨਹੀਂ ਪੁੱਛੀਦੇ ਹੁੰਦੇ ਪਿੱਛੇ ਕੌਣ ਬੋਲਦਾ ਕਲੱਚ ਆ ਅੱਛਾ ਸੁਣ ਸ਼ਿੰਗਾਰੇ ਕੱਲ੍ਹ ਆਪਣੇ ਨਾਲ ਨਾ ਕਲੱਚ ਨੂੰ ਨਾ ਲੈ ਕੇ ਆਏ ਮੈਂ ਤੇਰੇ ਨਾਲ ਇਕੱਲੇ ਨਾਲ ਗੱਲ ਕਰਨੀ ਹੈ ਇਕੱਲੇ ਨਾਲ ਪਰ ਗੱਲ ਕੀ ਹੈ ਬਸ ਹੈ ਕੋਈ ਖਾਸ ਗੱਲ ਸਮਝ ਲੈ ਮੈਂ ਆਪਣੀ ਜ਼ਿੰਦਗੀ ਦਾ ਇੰਪੋਰਟੈਂਟ ਡਿਸੀਜਨ ਲੈਣ ਜਾ ਰਹੀ ਹਾਂ ਤੇ ਤੂੰ ਮੇਰਾ ਖਾਸ ਦੋਸਤ ਹੈ ਬਸ ਕੱਲ 10 ਵਜੇ ਆ ਕੇ ਮੈਨੂੰ ਮਿਲ ਉਹ ਵੀ ਹਿਲ ਗਾਰਡਨ ਰੈਸਟੋਰੈਂਟ ਤੇ ਓਕੇ ਬਾਏ ਕਮਾਲ ਹੈ ਕਹਿੰਦੀ ਕੱਲ 10 ਵਜੇ ਹਿਲ ਰੈਸਟੋਰੈਂਟ ਤੇ ਤੇਰਾ ਇੰਤਜ਼ਾਰ ਕਰੂੰਗੀ ਕੱਲਾ ਹੀ ਕੱਲੇ ਤੋਂ ਕੀ ਕਰਾਉਣਾ ਤੇਰੇ ਰੱਖੜੀ ਬੰਨਣੀ ਹੋਣੀ ਹੈ ਤੂੰ ਵੀ ਯਾਰ ਮੰਗੇ ਵਾਲੀ ਹੈ ਨਾਲੇ ਗੱਲ ਸੁਣ ਕੱਲ ਨੂੰ ਪੂਰੀ ਟੌਰ ਟੂਰ ਕੱਢ ਕੇ ਜਾਈ ਸੈਂਟ ਸੁੰਟ ਲਾ ਕੇ ਥੈਂਕ ਯੂ
ਸੁਪਨਾ ਪੂਰਾ ਹੋਣਾ ਨਾਲੇ ਬਾਰ ਬਾਰ ਉਧਰ ਕੀ ਦੇਖੀ ਜਾਂਦੀ ਹੈ, ਆਉਣਾ ਕਿਸੇ ਨੇ? ਆਉਣਾ ਕੀ ਆ ਗਿਆ? ਹਾਏ ਹਾਏ
ਇਹ ਕੌਣ ਹੈ ਬਈ? ਮੇਰਾ ਬੁਆਏਫ੍ਰੈਂਡ ਸੰਦੀਪ। ਕਮ। ਹਾਏ ਕਿਰਨ। ਹਾਏ। ਲੁਕਿੰਗ ਗ੍ਰੇਟ ਹੈ। ਥੈਂਕਸ। ਸੰਦੀਪ, ਇਹ ਮੇਰਾ ਬੈਸਟ ਫਰੈਂਡ ਸ਼ਿੰਗਾਰਾ। ਓ ਸ਼ਿੰਗਾਰੇ ਬਾਈ, ਕੀ ਹਾਲ ਚਾਲ ਨੇ? ਠੀਕ ਬਾਈ। ਕਿਰਨ ਬੜੀਆਂ ਤਾਰੀਫਾਂ ਕਰਦੇ ਤੇਰੀਆਂ ਹੈ, ਕਹਿੰਦੀ ਆਪਣੀ ਇੰਗੇਜਮੈਂਟ ਤੋਂ ਪਹਿਲਾਂ ਤੈਨੂੰ ਮਿਲਾਉਣਾ ਜ਼ਰੂਰ ਹੈ। ਇੰਗੇਜਮੈਂਟ? ਹਾਂ ਬਈ, ਬਹੁਤ ਛੇਤੀ ਸਾਡੀ ਇੰਗੇਜਮੈਂਟ ਹੋਣ ਵਾਲੀ ਹੈ। ਤੈਨੂੰ ਪਤਾ ਸ਼ਿੰਗਾਰੇ, ਇਹ ਵੀ ਸਪੋਰਟਸਮੈਨ ਆ। ਸ਼ਿੰਗਾਰੇ ਨੇ ਪੁੱਛਿਆ ਨਹੀਂ ਵੀ ਮੈਂ ਕਿਹੜੀ ਗੇਮ ਖੇਡਦਾ। ਗੇਮ ਜਿਹੜੀ ਮਰਜ਼ੀ ਖੇਡਦਾ ਹਾਂ ਬਾਈ, ਬਾਜ਼ੀ ਤਾਂ ਮਾਰੀ ਗਿਆ। ਕ੍ਰਿਕਟ ਖੇਡਦਾ, ਤੈਨੂੰ ਪਤਾ ਰਣਜੀ ਟਰੋਫੀ ਵੀ ਖੇਡ ਚੁੱਕਿਆ ਤੇ ਜਲਦੀ ਟੀਮ ਇੰਡੀਆ ਵੀ ਖੇਡਾਂਗੇ। ਬੈਸਟ ਆਫ ਲੱਕ ਬਾਈ। ਥੈਂਕਸ ਯਾਰ। ਸ਼ਿੰਗਾਰੇ ਇੱਕ ਗੱਲ ਦੱਸਾਂ, ਤੈਨੂੰ ਵੀ ਨਾ ਕੋਈ ਇਸ ਤਰ੍ਹਾਂ ਦੀ ਗੇਮ ਖੇਲਣੀ ਚਾਹੀਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਪੈਸੇ ਹੋਣ। ਆਈ ਮੀਨ ਕਬੱਡੀ ਕਿਹੋ ਜਿਹੇ ਪਿੰਡੂ ਜੀ ਖੇਡ ਹੈ ਗਰੀਬਾਂ ਦੀ। ਕਬੱਡੀ ਹੁਣ ਗਰੀਬਾਂ ਦੀ ਖੇਡ ਨਹੀਂ ਰਹੀ ਕਿਰਨ, ਲੱਖਾਂ ਰੁਪਇਆ ਲੱਗਦਾ ਰੇਡਾਂ ਤੇ। ਪਰ ਸ਼ਿੰਗਾਰੇ, ਕ੍ਰਿਕਟ ਤੇ ਕਬੱਡੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਕ੍ਰਿਕਟ ਦੇ ਪਲੇਅਰ ਅੱਜ ਦੇ ਟਾਈਮ 'ਚ ਸਟਾਰ ਨੇ ਸਟਾਰ। ਐਸੀ ਗੱਲ ਨਹੀਂ ਬਾਈ, ਨਾ ਉਹ ਤਾਂ ਕਬੱਡੀ 'ਚ ਹੀ ਬਹੁਤ ਆ। ਬਲਵਿੰਦਰ ਫਿੱਡੂ, ਹਰਜੀਤ ਬਾਜਾ ਖੰਨਾ, ਘਰ ਘਰ ਨਹੀਂ ਜੰਮਦੇ। ਕਬੱਡੀ ਸਾਡੀ ਮਾਂ ਖੇਡ ਹੈ। ਆਈ ਮੀਨ ਪੈਸਾ, ਸ਼ੋਹਰਤ, ਸਟੇਟਸ, ਉਹ ਤਾਂ ਸਿਰਫ ਕ੍ਰਿਕਟ ਵਿੱਚ ਹੀ ਹੈ। ਹਾਂ ਯਾਰ, ਤੁਹਾਡੇ ਖਿਡਾਰੀਆਂ ਦੀ ਫੋਟੋਆਂ ਸਿਰਫ ਪਿੰਡੂ ਖੇਡ ਮੇਲਿਆਂ 'ਚ ਹੀ ਲੱਗਦੀਆਂ ਨੇ, ਪਰ ਕ੍ਰਿਕਟ ਦੇ ਸਟਾਰਸ ਧੋਨੀ, ਸਚਿਨ, ਉਹਨਾਂ ਦੀਆਂ ਤਾਂ ਵੱਡੀਆਂ ਵੱਡੀਆਂ ਹੋਰਡਿੰਗਸ ਲੱਗਦੀਆਂ ਨੇ। ਕਦੇ ਤੁਹਾਡੇ ਖਿਡਾਰੀਆਂ ਦੀ ਲੱਗੀਆਂ ਨੇ? ਇਹ ਕ੍ਰਿਕਟ ਵਾਲੇ, ਦੇ ਆਰ ਸੋ ਰਿਚ, ਦੇ ਆਰ ਸਟਾਰਸ। ਉਹ ਤਾਂ ਐਡਸ ਵਿੱਚੋਂ ਕਰੋੜਾਂ ਰੁਪਏ ਕਮਾ ਲੈਂਦੇ ਨੇ। ਕੋਈ ਗੱਲ ਨਹੀਂ ਕਿਰਨ, ਕਦੇ ਕਬੱਡੀ ਦਾ ਵੀ ਵਕਤ ਆਊਗਾ। ਬਾਈ, ਕੀ ਗੱਲ, ਮਿਲੀ ਨਹੀਂ ਉਹ? ਮਿਲੀ, ਪਰ ਉਹ ਤਾਂ ਕਿਸੇ ਹੋਰ ਨੂੰ। ਯਾਰ, ਮੈਂ ਤਾਂ ਸਿਰਫ ਕਬੱਡੀ ਨੂੰ ਇਸ਼ ਕਰਦਾ ਸੀ, ਇਹ ਕਿਹੜੇ ਰਾਹ ਪਾਤਾ ਤੂੰ ਮੈਨੂੰ? ਦੁਨੀਆ ਪੈਸਾ ਦੇਖਦੀ ਹੈ, ਪੈਸਾ, ਪਿਆਰ ਨੂੰ ਕੋਈ ਨਹੀਂ ਪੁੱਛਦਾ ਅੱਜ ਕੱਲ੍ਹ। ਯਾਰ, ਉਹ ਤਾਂ ਕਿਸੇ ਕ੍ਰਿਕਟ ਖਿਡਾਰੀ ਨੂੰ ਪਿਆਰ ਕਰਦੀ ਹੈ। ਯਾਰਾ, ਕ੍ਰਿਕਟ
ਇੱਥੇ ਵੀ ਸਾਤੋ ਮੂਹਰ ਹੈ। ਦੁੱਖ ਇਸ ਗੱਲ ਦਾ ਨਹੀਂ ਕਿਉਂ ਕਿਸੇ ਹੋਰ ਨੂੰ, ਦੁੱਖ ਤਾਂ ਇਸ ਗੱਲ ਦਾ ਉਹਨੇ ਸਾਡੀ ਮਾਂ ਖੇਡ ਕਬੱਡੀ ਨੂੰ ਬਹੁਤ ਨੀਵਾਂ ਦਿਖਾਇਆ। ਆਖੇ ਕਬੱਡੀ ਤਾਂ ਪੇਂਡੂਆਂ ਦੀ ਖੇਡ ਹੈ, ਗਰੀਬਾਂ ਦੀ। ਕ੍ਰਿਕਟ ਦੇ ਖਿਡਾਰੀਆਂ ਦੇ ਤਾਂ ਵੱਡੇ ਵੱਡੇ ਹੋਰਡਿੰਗ ਲੱਗਦੇ ਨੇ। ਜੋ ਮਰਜ਼ੀ ਹੋ ਜਾਏ ਕਲੱਚ, ਮੈਂ ਉਹਨੂੰ ਹੁਣ ਕਬੱਡੀ ਦਾ ਸਟਾਰ ਬਣ ਕੇ ਦਿਖਾਊਂ, ਸਟਾਰ। ਅਸੀਂ ਆਪਣੀ ਮਾਂ ਖੇਡ ਕਬੱਡੀ ਦਾ ਨਾਂ ਪੂਰੀ ਦੁਨੀਆਂ 'ਚ ਰੋਸ਼ਨ ਕਰਨਾ ਹੈ। ਜੇ ਇਹਦੀ ਖਾਤਰ ਮੈਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਸਰੀਰਾਂ ਦੇ ਪੱਟ ਸਤੀਰਾਂ ਵਗੇ ਡੋਲੇ ਪੰਜ ਵੀਰਾਂ ਦੇ ਭਗਤ ਪਾਕ ਦੀ ਟੱਕਰ ਬਾਬੂ ਭੇਡ ਨੂੰ ਖਾਨਾ ਦਾ।
ਦੇ ਨਾਲ ਹੀ ਰੈਫਰੀ ਵੱਲੋਂ ਹਾਫ ਟਾਈਮ ਦਾ ਇਸ਼ਾਰਾ। ਪ੍ਰਧਾਨ ਦੇ ਮੁੰਡਾ ਇਸ਼ਾਰਾ ਨਾ, ਮੇਰਾ ਹੀਰਾ ਹੈ ਹੀਰਾ ਪੰਜਾਬ ਦੇ ਭਾਈ। ਹਾਫ ਟਾਈਮ ਤੋਂ ਬਾਅਦ ਦੋਨੇ ਟੀਮਾਂ ਦਾ ਮੈਚ ਦੁਬਾਰਾ ਫੇਰ ਸ਼ੁਰੂ ਹੋਣ ਲੱਗਿਆ।
ਕਬੱਡੀ ਦੀ ਦੁਨੀਆ 'ਚ ਤੇਰੇ ਵਰਗਾ ਖਿਡਾਰੀ ਦੇਖਣ ਨੂੰ ਮਿਲਿਆ। ਸ਼ਿੰਗਾਰਾ ਸਿਆਂ, ਤੇਰਾ ਪਿੰਡ ਕਿਹੜਾ ਬਈ? ਜਗਜਰਾਲ। ਤਾਂ ਤੂੰ ਫਿਰ ਰਣਜੀਤ ਸਿੰਘ ਦੇ ਪਿੰਡ ਦਾ। 15 ਵਰੇ ਪਹਿਲਾਂ ਰਣਜੀਤ ਸਿੰਘ ਦੀ ਕਬੱਡੀ ਦੀ ਦੁਨੀਆ 'ਚ ਗਜ਼ਬ ਦੀ ਚੜ੍ਹਾਈ ਹੁੰਦੀ ਸੀ। ਮੈਂ ਇਸੇ ਰਣਜੀਤ ਸਿੰਘ ਦਾ ਸੱਤਾ ਭਤੀਜਾ ਬੜੀ ਸਾਹਿਬ। ਤਾਂ ਹੀ ਤੂੰ ਇੰਨਾ ਵਧੀਆ ਖਿਡਾਰੀ ਹੈ ਕਬੱਡੀ ਦਾ। ਤੇਰਾ ਚਾਚਾ ਕਹਿੰਦੇ ਕਹਾਉਂਦੇ ਜਾਫੀਆਂ ਨੂੰ ਭਗਾ ਕੇ ਇਉਂ ਮਾਰਦਾ ਸੀ ਜਿਵੇਂ ਪਿੰਡੇ ਤੋਂ ਖੇਸੀ ਲਾ ਕੇ ਸੁੱਤੀ ਦੀ। ਮਾਲਕ ਦੀ ਹੋਣੀ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਉਸ ਮੈਚ ਦੀ ਵੀ ਸ਼ਿੰਗਾਰਾ ਸਿੰਘ ਮੈਂ ਹੀ ਕਮੈਂਟਰੀ ਕੀਤੀ ਸੀ, ਜਿਹਦੇ 'ਚ ਤੇਰਾ ਚਾਚਾ ਰੱਬ ਨੂੰ ਪਿਆਰਾ ਹੋ ਗਿਆ ਸੀ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਬੜੀ ਸਾਹਿਬ, ਮੈਂ ਉਸ ਵੇਲੇ 10 ਸਾਲ ਦਾ ਸੀਗਾ ਜਦੋਂ ਤੁਸੀਂ ਚਾਚਾ ਜੀ ਨੂੰ ਲੈਣ ਸਾਡੀ ਘਰ ਆਏ ਸੀ। ਤਾਂ ਮੈਂ ਵੀ ਸ਼ਿੰਗਾਰਾ ਸਿੰਘ ਤੇਰੇ ਚਾਚੇ ਦੀ ਥਾਂ ਹੀ ਲੱਗਿਆ। ਜਦੋਂ ਕਦੇ ਵੀ ਕਿਸੇ ਗੱਲੋਂ ਮੇਰੀ ਲੋੜ ਪਵੇ ਨਾ, ਮੈਨੂੰ ਆਪਣਾ ਚਾਚਾ ਸਮਝ ਕੇ ਕਹਿ ਦੀ, ਠੀਕ ਹੈ ਨਾ ਚਾਚਾ ਜੀ? ਦੋਸਤੋ, ਸ਼ਾਰੇ ਪੰਜਾਬ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜੀ ਵੱਲੋਂ ਇੱਕ ਖਾਸ ਅਨਾਉਂਸਮੈਂਟ ਕਿ ਸ਼ਾਰੇ ਪੰਜਾਬ ਕਬੱਡੀ ਫੈਡਰੇਸ਼ਨ ਦੀ ਜੋ ਟੀਮ ਅੱਜ ਇਹ ਫਾਈਨਲ ਮੈਚ ਜਿੱਤੀ ਆ, ਉਹੀ ਟੀਮ ਇੰਗਲੈਂਡ ਵਿੱਚ ਕਬੱਡੀ ਵਰਲਡ ਕੱਪ ਖੇਡਣ ਜਾਏਗੀ। ਹੁਣ ਮੈਂ ਜੇਤੂ ਟੀਮ ਦੇ ਕਪਤਾਨ ਸ਼ਿੰਗਾਰਾ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆ ਕੇ ਸਾਡੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਸੁਰਜਣ ਸਿੰਘ ਚੱਠਾ ਜੀ ਪਾਸੋਂ ਆਪਣਾ ਸਨਮਾਨ ਹਾਸਲ ਕਰਨ। ਕਿਹਾ ਸੀ ਨਾ ਕਿ ਹੁਣ ਤੋਂ ਇਸ ਘਰ 'ਚ ਕੋਈ ਕੌਡੀ ਨਹੀਂ ਖੇਡੂਗਾ। ਮੈਨੂੰ ਅੱਜ ਪਤਾ ਲੱਗਿਆ ਕਿ ਤੁਸੀਂ ਵੀ ਇਹਦੇ ਨਾਲ ਮਿਲੀਆਂ ਹੋਈਆਂ। ਸਾਰੇ ਟੱਬਰ ਨੇ ਇੰਨੇ ਸਾਲ ਮਿਲ ਕੇ ਮੈਨੂੰ ਨੇਰੇ 'ਚ ਰੱਖਿਆ। ਪਰ ਬਾਪੂ ਜੀ, ਖਬਰਦਾਰ ਜੇ ਮੈਨੂੰ ਬਾਪੂ ਕਹੇ ਤਾਂ ਟਿਊਸ਼ਨ ਦਾ ਬਹਾਨਾ ਕਰਕੇ ਚੋਰੀ ਚੋਰੀ ਕੌਡੀ ਖੇਡਦਾ। ਕੌਡੀਆਂ ਖੇਡਦਾ ਬਾਪੂ ਜੀ, ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ? ਆਖਿਰ ਤੁਸੀਂ ਕਬੱਡੀ ਦੇ ਇਹਨੇ ਖਿਲਾਫ਼ ਕਿਉਂ? ਮੇਰਾ ਚਾਚਾ ਰਣਜੀਤ ਸਿੰਘ ਤਾਂ ਕਬੱਡੀ ਖੇਡਦਾ ਸੀ। ਇਹ ਮਹਿਲ ਵਰਗੀ ਕੋਠੀ ਵੀ ਤਾਂ ਉਸੇ ਕਬੱਡੀ ਦੀ ਕਮਾਈ ਦੀ ਬਣੀ ਹੈ। ਓਏ, ਇਸ ਮਹਿਲ ਵਰਗੀ ਕੋਠੀ ਨੂੰ ਮੈਂ ਅੱਗ ਲਾ ਕੇ ਰੋਕ ਸਕਦਾ। ਬਸ ਕੋਈ ਮੇਰੇ ਪੁੱਤਾਂ ਵਰਗੇ ਭਰਾ ਨੂੰ ਮੋੜ ਲਿਆਵੇ। ਇਹ ਕੋਠੀ ਕਬੱਡੀ ਦੀ ਕਮਾਈ ਨਾਲ ਨਹੀਂ, ਤੇਰੇ ਚਾਚੇ ਦੀ ਲਾਸ਼ ਤੇ ਬਣੀ ਹੈ, ਲਾਸ਼ ਤੇ। ਦੇਖ ਐਸ ਨਿਮਾਣੀ ਵੱਲ ਦੇਖ, ਭਰੀ ਜਵਾਨੀ ਚ ਵਿਧਵਾ ਕਰਤਾ ਕੌਡੀ ਦੇ ਨੂੰ, ਤੇ ਤੂੰ ਕੰਜਰਾ ਆਪਣੇ ਚਾਚੇ ਦੀ ਮੌਤ ਨੂੰ ਭੁੱਲ ਕੇ ਪੱਟਾਂ ਤੇ ਥਾਪੀਆਂ ਮਾਰਦਾ ਫਿਰਦਾ। ਚੰਮਣਾ ਮਰਨਾ ਤੇ ਰੱਬ ਦੇ ਹੱਥ ਹੈ ਬਾਪੂ ਜੀ, ਇਹਦੇ ਚ ਕਬੱਡੀ ਦਾ ਕੀ ਕਸੂਰ ਹੈ? ਓਏ, ਕਸੂਰ ਕਬੱਡੀ ਦਾ ਨੀ ਪੁੱਤਰਾ, ਕਸੂਰ ਉਹਨਾਂ ਦਾ ਹੈ ਜਿਨ੍ਹਾਂ ਨੇ ਇਹਨੂੰ ਵਪਾਰ ਬਣਾ ਰੱਖਿਆ। ਮੈਚ ਜਿੱਤਣ ਖਾਤਰ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਾਉਂਦੇ ਨੇ, ਡਰੱਗਾਂ ਦੇ ਟੀਕੇ ਲਾਉਂਦੇ ਨੇ, ਲੱਖਾਂ ਡਾਲਰ ਕਮਾਉਂਦੇ ਨੇ ਉਹ, ਤੇ ਮੌਤ ਦੇ ਮੂੰਹ ਜਾਂਦੇ ਨੇ ਤੇਰੇ ਵਰਗੇ ਖਿਡਾਰੀ। ਓਏ, ਤੁਸੀਂ ਤਾਂ ਕਠਪੁਤਲੀ ਉਹਨਾਂ ਦੇ ਹੱਥਾਂ ਦੀਆਂ। ਉਹਨਾਂ ਨੇ ਤੇਰੇ ਚਾਚੇ ਨੂੰ ਵੀ ਡਰੱਗ ਦਿੱਤਾ ਸੀ ਤਾਂ ਕਿ ਆਪਣੀ ਜਾਨ ਤੇ ਖੇਡ ਕੇ ਮੈਚ ਜਿੱਤੇ ਰਣਜੀਤ ਸਿੰਘ, ਤੇ ਡਾਲਰਾਂ ਨਾਲ ਜੇਬਾਂ ਭਰ ਜਾਣ ਉਹਨਾਂ ਪੁੱਛਣਾ ਦੀਆਂ। ਇਹ ਕੀ ਕਹਿ ਰਹੇ ਵੀਰ ਜੀ ਤੁਸੀਂ? ਤੁਸੀਂ ਸੱਚ ਨਹੀਂ ਜਾਣਦੇ, ਉਹਨਾਂ ਨੇ ਡਾਕਟਰ ਤੋਂ ਝੂਠੀ ਰਿਪੋਰਟ ਲਿਖਵਾਈ ਸੀ। ਰਣਜੀਤ ਸਿੰਘ ਨੂੰ ਹਾਰਟ ਅਟੈਕ ਆਇਆ,
ਨਾ ਨਾ ਅਸਲ ਗੱਲ ਤਾਂ ਕੋਈ ਹੋਰ ਹੀ ਸੀ। ਬਾਈ ਨਛੱਤਰ ਚਿਆਂ, ਜਿਹੜੇ ਲੋਕ ਲੱਖਾਂ ਡਾਲਰ ਕਬੱਡੀ 'ਤੇ ਲਾਉਂਦੇ ਨੇ ਮੈਚ ਜਿੱਤਣ ਲਈ, ਉਹ ਕੁਝ ਵੀ ਕਰ ਸਕਦੇ ਨੇ। ਰਣਜੀਤ ਚੰਗਾ ਖੇਡੇ, ਉਹਨਾਂ ਨੇ ਉਹਨੂੰ ਡਰੱਗ ਦੇ ਤੀ। ਡਰੱਗ ਉਹ ਕੀ ਹੁੰਦੀ ਹੈ? ਨਸ਼ੇ ਦੀ ਦਵਾਈ ਹੈ ਜਿਹਨੂੰ ਦੇ ਤੀ, ਇੱਕ ਵਾਰ ਤਾਂ ਸਾਹ ਜਿੰਨੀ ਤਾਕਤ ਆ ਜਾਂਦੀ ਹੈ, ਪਰ ਡਰੱਗ ਲੈਣ ਵਾਲਾ ਬਹੁਤਾ ਚਿਰ ਜਿਉਂਦਾ ਨਹੀਂ ਰਹਿੰਦਾ। ਉਹਨਾਂ ਨੂੰ ਕੀ, ਉਹਨਾਂ ਨੂੰ ਤਾਂ ਮੈਚ ਜਿੱਤਣ ਤੱਕ ਮਤਲਬ ਹੈ। ਖਿਡਾਰੀ ਮਰ ਜੂ, ਕੋਈ ਹੋਰ ਆ ਜੂਗਾ। ਉਹਨਾਂ ਨੇ ਰਣਜੀਤ ਨੂੰ ਲੋੜ ਤੋਂ ਵੱਧ ਡਰੱਗ ਦੇ ਤੀ, ਕੌਡੀ ਪਾਉਂਦਾ ਪਾਉਂਦਾ ਹੀ ਮੈਦਾਨ 'ਚ ਢੇਰ ਹੋ ਗਿਆ। ਕੌਡੀ ਕਾਤਲ ਬਣ ਗਈ ਮੇਰੇ ਪੁੱਤਾਂ ਵਰਗੇ ਭਰਾ ਦੀ। 20,000 ਪਾਉਂਡ ਉਹਨਾਂ ਨੇ ਕੋਈ ਸਾਡੀ ਮਦਦ ਲਈ ਥੋੜ੍ਹੀ ਦਿੱਤਾ ਸੀ, ਸਗੋਂ ਸਾਡਾ ਮੂੰਹ ਬੰਦ ਕੀਤਾ ਸੀ। ਹੁਣ ਸਮਝ ਗਿਆ ਪੁੱਤਰਾ, ਕਿਹਾ ਕੋਠੀ ਕਿਵੇਂ ਬਣੀ ਹੈ। ਪਰ ਮੈਂ ਕੀ ਕਰਾਂ ਬਾਪੂ ਜੀ, ਮੇਰੇ ਰਗ ਰਗ 'ਚ, ਮੇਰੇ ਹਰ ਸਾਹ 'ਚ ਕਬੱਡੀ ਵਸੀ ਹੈ ਮੇਰੇ ਚਾਚੇ ਵਾਂਗੂ। ਕਬੱਡੀ ਤਾਂ ਮੇਰੀ ਜਾਨ ਹੈ ਬਾਪੂ ਜੀ। ਉਹ ਇੱਕ ਦਿਨ ਇਸੇ ਕੌਡੀ ਨੇ ਤੇਰੀ ਜਾਨ ਲੈ ਲੈਣੀ ਹੈ। ਜੇ ਤੈਨੂੰ ਕੁਛ ਹੋ ਗਿਆ ਪੁੱਤ, ਤੁਸੀਂ ਕੀ ਬੋਲੀ ਜਾਂਦੇ ਹੋ? ਨਾਲੇ ਵੀਰ ਜੀ, ਸਾਰੇ ਬੰਦੇ ਇੱਕੋ ਜਿਹੇ ਤਾਂ ਨਹੀਂ ਹੁੰਦੇ। ਕੁੜੇ ਕੀ ਦੇ ਮੱਥੇ 'ਤੇ ਲਿਖਿਆ ਬਈ ਉਹ ਚੰਗਾ ਹੈ ਜਾਂ ਮਾੜਾ? ਤੁਸੀਂ ਮੇਰੇ ਵੱਲ ਦੇਖੋ ਵੀਰ ਜੀ, ਮੈਂ ਇੰਨੇ ਸਾਲ ਰੰਡੇਪਾ ਕੱਟਿਆ ਸਿਰਫ ਉਹਨਾਂ ਦੀ ਯਾਦ ਦੇ ਸਹਾਰੇ। ਸ਼ਿੰਗਾਰਾ ਜਦੋਂ ਬਚਪਨ 'ਚ ਕਬੱਡੀ ਖੇਡਦਾ ਸੀ, ਮੈਨੂੰ ਲੱਗਦਾ ਸੀ ਜਿਵੇਂ ਉਹਨਾਂ ਦੀ ਰੂਹ ਇਹਦੇ ਵਿੱਚ ਆ ਵਸੀ ਹੋਵੇ। ਤੇ ਜਦ ਸ਼ਿੰਗਾਰਾ ਕੱਪ ਜਿੱਤ ਕੇ ਲਿਆਇਆ, ਮੈਨੂੰ ਲੱਗਿਆ ਜਿਵੇਂ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲ ਗਈ ਹੋਵੇ। ਉਹ ਦੁਨੀਆ ਦੇ ਸਭ ਤੋਂ ਵੱਡੇ ਖਿਡਾਰੀ ਬਣਨਾ ਚਾਹੁੰਦੇ ਸੀ, ਪਰ ਜ਼ਿੰਦਗੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਪਰ ਹੁਣ ਸ਼ਿੰਗਾਰੇ ਨੂੰ ਤਾਂ ਉਹਨਾਂ ਦੇ ਸੁਪਨੇ ਪੂਰਾ ਕਰ ਲੈਣ ਦੇ ਵੀਰ ਜੀ। ਠੀਕ ਹੈ ਜਵਾਨ ਪੁੱਤ, ਮੈਂ ਹੱਥ ਵੀ ਨਹੀਂ ਚੱਕ ਸਕਦਾ। ਪਿਓ ਤੋਂ ਵਾਰਾ ਹੋ ਕੇ ਜੋ ਕਰਨਾ ਕਰੇ, ਪਰ ਮੈਂ ਇਹਦੇ ਕੌਡੀ ਖੇਡਣ ਦੇ ਬਿਲਕੁਲ ਹੱਕ 'ਚ ਨਹੀਂ। ਕੋਈ ਗੱਲ ਨਹੀਂ ਪੁੱਤ, ਤੇਰੇ ਬਾਪੂ ਜੀ ਇੱਕ ਦਿਨ ਜ਼ਰੂਰ ਮੰਨ ਜਾਣਗੇ। ਤੂੰ ਹੌਸਲਾ ਨਾ ਹਾਰੀ। ਤੁਸੀਂ ਫਿਕਰ ਨਾ ਕਰੋ ਚਾਚੀ ਜੀ, ਮੈਂ ਆਪਣੇ ਚਾਚਾ ਜੀ ਦਾ ਸੁਪਨਾ ਇੱਕ ਦਿਨ ਜ਼ਰੂਰ ਪੂਰਾ ਕਰੂੰ। ਹਾਂ ਬਈ, ਪਹੁੰਚ ਗਿਆ ਫਿਰ ਯੂਕੇ। ਉਹ ਐਵੇਂ ਨਹੀਂ ਸਾਡਾ ਨਾਂ ਰੱਖਿਆ, ਇਹਦੇ ਪਿੱਛੇ ਬੜੀ ਲੰਬੀ ਕਹਾਣੀ ਹੈ। ਉਹ ਮਾਂ ਮੇਰੀ ਚਾਹੁੰਦੀ ਸੀ ਮੁੰਡਾ ਲੰਮਾ ਜੰਮੇ, ਅਤੇ ਪਿਓ ਮੇਰਾ ਚਾਹੁੰਦਾ ਸੀ ਮੁੰਡਾ ਜੰਮੇ ਮਧਰਾ। ਬਸ ਜੀ, ਫਿਰ ਇਸੇ ਗੱਲ 'ਤੇ ਪੈ ਗਈ ਪੀਂਗ, ਮੈਂ ਦੋਹਾਂ ਦੀ ਰੱਖ ਲਈ ਅਤੇ ਨਾ ਰੱਖਣਿਆ ਨਿੱਕਾ ਸਿੰਘ ਲਮਟੀਂਗ।
ਕੀ ਗੱਲ ਵੀ ਹਾਸਾ ਨਹੀਂ ਆਇਆ? ਹਾਸਾ ਤੁਹਾਨੂੰ ਹਾਸੇ ਸੁਝਦੇ ਨੇ? ਅਸੀਂ ਰੋਣਾ ਕੇ ਹੋਏ ਪਏ ਹਾਂ ਤੁਹਾਡੇ ਦਫ਼ਤਰ ਦੇ ਗੇੜੇ ਮਾਰਦਿਆਂ ਦੀਆਂ ਸਾਡੇ ਦੋਹਾਂ ਪਿਓ ਪੁੱਤਾਂ ਦੀਆਂ ਜੁੱਤੀਆਂ ਘਸ ਗਈਆਂ। ਉਹ ਕੀ ਗੱਲਾਂ ਕਰਦਾ ਜੈਲੀ ਬਾਈ, ਅੱਧਾ ਪੰਜਾਬ ਯਾਰ ਮੈਂ ਯੂਕੇ ਢੋਤਾ, ਨਾਲੇ ਮਾਰਕੀਟ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਓ, ਜਿਹੜਾ ਬੰਦਾ ਇੱਕ ਵਾਰ ਨਿੱਕਾ ਸਿੰਘ ਲਮਟੀਂਗ ਦੇ ਟਰੈਵਲ ਦਫ਼ਤਰ ਦੇ ਵਿੱਚ ਵੜ ਗਿਆ, ਸਮਝ ਲਓ ਯੂਕੇ ਵਾਲਾ ਜਹਾਜ਼ ਚੜ ਗਿਆ। ਬਾਕੀ ਇਹੋ ਜਿਹੇ ਕੰਮਾਂ 'ਚ ਮਾੜੀ ਮੋਟੀ ਦੇਰ ਸਵੇਰ ਹੋ ਹੀ ਜਾਂਦੀ ਹੈ। ਅਜੇ ਮਾੜੀ ਮੋਟੀ? ਇੱਕ ਸਾਲ ਹੋ ਗਿਆ 5 ਲੱਖ ਰੁਪਏ ਦਿੱਤਿਆਂ ਨੂੰ, ਸਾਲ 'ਚ 5 ਲੱਖ ਦਾ ਵਿਆਜ ਲਾ ਲਓ ਕਿੰਨਾ ਹੁੰਦਾ। ਓ ਬਜ਼ੁਰਗੋ, ਸਿਆਣੀ ਗੱਲ ਕਰੋ, ਲੰਬੀ ਸੋਚੋ। ਜਿੱਦੇ ਤੁਹਾਡਾ ਮੁੰਡਾ ਯੂਕੇ ਚਲਿਆ ਗਿਆ, ਫਿਰ ਫੋੜਿਆਂ ਦੇ ਨਾਲ ਪੌਣ ਇਕੱਠੇ ਕਰਿਆ ਕਰੂ। ਤੁਹਾਡੇ ਪੈਸੇ ਪਏ ਆ ਲਮਟੀਂਗ ਕੋਲ, ਸਮਝ ਲਓ ਬੈਂਕ ਦੇ ਵਿੱਚ ਪਏ ਆ। ਹਾਂ ਭਾਈ, ਜੇ ਬੇਤਵਾਰੀ ਹੈ ਕੱਲ੍ਹ ਨੂੰ ਆਓ ਅਤੇ ਆ ਕੇ ਆਪਣੇ ਪੈਸੇ ਲੈ ਜਾਓ। ਜਿੱਥੇ ਇੰਨੇ ਬੰਦੇ ਕੱਢਤੇ, ਮੇਰੀ ਵਾਰੀ ਨੂੰ ਕੀ ਪੰਗਾ ਪੈ ਗਿਆ ਹੈ? ਤੇਰੀ ਵਾਰੀ ਨੂੰ ਪਤੀਲਾ ਖੜਕ ਗਿਆ। ਗੱਲ ਆਇਆ ਵੀ ਪਹਿਲਾਂ ਤਾਂ ਬੰਦੇ ਕੱਢੇ ਆਪਾਂ ਗਾਉਣ ਵਾਲਿਆਂ ਨਾਲ, ਢੋਲਕੀਆਂ ਵਾਲੇ ਛੈਣੇ ਵਾਲੇ ਬਣਾ ਕੇ, ਫਿਰ ਫਿਲਮਾਂ ਵਾਲਿਆਂ ਨਾਲ ਕੱਢੇ। ਹੌਲੀ ਹੌਲੀ ਭਾਈ ਅੰਬੈਸੀਆਂ ਨੂੰ ਲੱਗ ਗਿਆ ਪਤਾ ਅਤੇ ਕੰਮ ਇਹ ਹੋ ਗਿਆ ਬੰਦ। ਫਿਰ ਮੈਨੂੰ ਕਿਵੇਂ ਕੱਢੋਗੇ? ਸਾਰੇ ਰਾਹ ਤਾਂ ਪਹਿਲੀ ਬੰਦ ਕਰੀ ਫਿਰਦਾ ਹੈ। ਮੇਰਾ ਨਾਂ ਵੀ ਲਮਟੀਂਗ ਹੈ, ਜੇ ਇੱਕ ਰਾਹ ਬੰਦ ਹੁੰਦਾ ਤਾਂ ਮੈਂ 20 ਰਾਹ ਖੋਲ੍ਹ ਵੀ ਲੈਂਦਾ। ਅਗਲੇ ਮਹੀਨੇ ਹੋ ਰਿਹਾ ਕਬੱਡੀ ਦਾ ਵਰਲਡ ਕੱਪ, ਲੈ ਕਬੱਡੀ ਦਾ ਨਾਂ ਲਿਆ ਤੇ ਸੰਧੂ ਸਾਹਿਬ ਆ ਗਏ। ਹੋਏ ਲਮਟੀਂਗ ਬੁਲਾਵੇ ਤੇ ਸੰਧੂ ਨਾ ਆਵੇ, ਇਹ ਹੋ ਸਕਦਾ? ਵਾਹ ਜੀ ਵਾਹ, ਇਹ ਨੇ ਜੀ ਸੁੱਚਾ ਸਿੰਘ ਸੰਧੂ, ਕਬੱਡੀ ਦੇ ਮੰਨੇ ਪਰਮੰਨੇ ਕੋਚ। ਇਹਨਾਂ ਨੇ ਕਰਨਾ ਤੁਹਾਡਾ ਕੰਮ। ਹੁਣ ਚਲੋ ਕੱਲ ਨੂੰ ਮਿਲਦੇ ਆ, ਸਮਝ ਲਓ ਹੋ ਗਿਆ ਕੰਮ। ਲਮਟੀਂਗ ਸਾਹਿਬ, ਹੈ ਇਹ ਕਿਹਨਾਂ ਨੂੰ ਲੱਕੜ ਦੇ ਮੁੰਡੇ ਵੰਡੀ ਜਾਂਦੇ ਹੋ? ਸੰਧੂ ਸਾਹਿਬ ਬਸ ਤੁਹਾਡੇ ਸਿਰ ਤੇ ਛਾਲ ਮਾਰਤੀ। ਨਾ ਮੇਰੇ ਸਿਰ ਤੇ ਛਾਲ ਮਾਰ ਨੂੰ ਮੈਂ ਕਿਹੜਾ ਕੋਈ ਵੀਜ਼ਾ ਅਫਸਰ ਹਾਂ? ਨਾ ਨਾ, ਮੌਕੇ ਦੇ ਅਫਸਰ ਹੋ ਤੁਸੀਂ। ਨਿੱਤ ਅਖਬਾਰਾਂ 'ਚ ਖਬਰਾਂ ਛਪਦੀਆਂ ਕਿ ਸੁੱਚਾ ਸਿੰਘ ਸੰਧੂ ਕਬੱਡੀ ਦੀ ਟੀਮ ਲੈ ਕੇ ਚੱਲਿਆ ਵਰਲਡ ਕੱਪ ਦੇ ਵਿੱਚ। ਮੈਂ ਕਿਹਾ ਤਿੰਨ ਖਿਡਾਰੀ ਸਾਡੇ ਵੀ ਪਾ ਲਓ ਨਾਲ। ਨਾ ਨਾਲ ਪਾਉਣ ਨੂੰ ਇਹ ਸਾਲੇ ਕੱਚੇ ਵੀ ਲੈਣਾ ਨੇ, ਜਿਹੜੇ ਟੱਚ 'ਚ ਪਾ ਲੈਣੇ ਆ। ਅੱਜ ਕੱਲ੍ਹ ਅੰਬੈਸੀ ਵਾਲਿਆਂ ਨੇ ਪਤਾ ਕਿੰਨੀ ਸਖਤਾਈ ਕੀਤੀ ਹੋਈ ਆ। ਉਹ ਸਖਤਾਈਆਂ ਹੁੰਦੀਆਂ ਮਹਾਰਾਜ ਸਾਧਾਂ ਲਈ, ਆਪਣੇ ਵਰਗੇ ਡੱਗਾਂ ਲਈ ਥੋੜ੍ਹਾ ਹੁੰਦੀਆਂ। ਨਾਲੇ ਸੰਧੂ ਤਾਂ ਕੱਢਦੇ ਧਰਤੀ 'ਚੋਂ ਪਾਣੀ ਮਾਰ ਕੇ ਅੱਡੀ, ਉਈ ਤਾਂ ਨਹੀਂ ਮਾਣੇ ਨਾ ਰੱਖਿਆ ਸੁੱਚਾ ਸਿੰਘ ਕੋਚ ਕਬੱਡੀ। ਲਮਟੀਂਗ ਸਾਹਿਬ, ਹੋਰ ਜਿਹੜਾ ਕੰਮ ਮਰਜ਼ੀ ਕਰਨਾ, ਸੰਧੂ ਨੂੰ ਫੂਕ ਨਹੀਂ ਛਕਾਉਣੀ, ਗਲਤੀ ਨਾਲ ਵੀ ਉਹ 'ਚ ਕਦੇ ਪੰਪ ਨਹੀਂ ਭਰਨਾ। ਸਿੱਧਾ ਕਹੋ ਵੀ ਪੁਰਾਣੇ ਰੇਟਾਂ ਨਾਲ ਨਹੀਂ ਸਰਨਾ। ਓਏ ਪੈਸੇ ਕਿਹਨੂੰ ਮਾੜੇ ਲੱਗਦੇ ਆ, ਪਰ ਇਮੀਗ੍ਰੇਸ਼ਨ ਵਾਲੇ ਮੇਰੇ ਸਾਲ ਦੇ ਕੁਛ ਲਏ ਬਿਨਾਂ ਦਿੱਲੀਓਂ ਚੜ੍ਹਨੇ ਨਹੀਂ ਦਿੰਦੇ। ਤੁਸੀਂ ਉਹਦੀ ਚਿੰਤਾ ਨਾ ਕਰੋ, ਆਪਾਂ ਫਲਾਈਟ ਅੰਮ੍ਰਿਤਸਰ ਤੋਂ ਲਵਾਂਗੇ, ਉੱਥੇ ਮੇਰੀ ਫੁੱਲ ਸੈਟਿੰਗ। ਇੱਕ ਪ੍ਰੋਬਲਮ ਹੋਰ ਹੈ, ਹੁਣ ਖਿਡਾਰੀਆਂ ਦੀ ਸਾਰੀ ਲਿਸਟ ਫਾਈਨਲ ਹੋ ਚੁੱਕੀ ਆ। ਤਿੰਨ ਖਿਡਾਰੀ ਡ੍ਰੌਪ ਕਰ ਦਿਓ, ਕੀ ਫਰਕ ਪੈਂਦਾ? ਮੈਨੂੰ ਨਹੀਂ ਨਾ ਫਰਕ ਪੈਂਦਾ, ਪ੍ਰਮੋਟਰ ਕਮੇਟੀ। ਕਮੇਟੀ ਕਿਹੜਾ ਤੁਹਾਡੇ ਤੋਂ ਬਾਹਰ ਹੈ, ਗੱਲ ਸੁਣੋ ਮੇਰੀ, 10 ਲੱਖ ਪਰ ਹੈਡ ਤੁਹਾਡਾ, ਮੈਂ ਉੱਪਰੋਂ ਜਿੰਨੇ ਮਰਜ਼ੀ ਕਮਾਵਾਂ। 10 ਲੱਖ ਨਾਲ ਗੱਲ ਨਹੀਂ ਬਣਨੀ, ਘੱਟੋ ਘੱਟ 20 ਲੱਖ ਲੈਣਾ, ਨਾਲੇ ਸਾਰੇ ਸੰਧੂ ਵਰਗੇ ਇਮਾਨਦਾਰ ਥੋੜ੍ਹਾ, ਇਹ ਸਾਲੇ ਪ੍ਰਮੋਟਰਾਂ ਦਾ ਮੂੰਹ ਮੱਥਾ ਵੀ ਤਾਂ ਝੋਲਸਣਾ ਪੈਣਾ। ਅਚਾਨਕ ਟੀਮ ਦੇ 3 ਖਿਡਾਰੀ ਚੇਂਜ ਕਰਨ ਦਾ ਕਾਰਨ ਮੈਨੂੰ ਸਮਝ ਨਹੀਂ ਆਇਆ ਸਰ। ਕਾਕਾ ਤੂੰ ਆਪਣੀ ਕਬੱਡੀ ਖੇਡ, ਤੈਨੂੰ ਕਮੇਟੀ ਦੇ ਫੈਸਲਿਆਂ ਦੇ ਵਿੱਚ ਟਾਂਗ ਅੜਾਉਣ ਦਾ ਕੋਈ ਹੱਕ ਨਹੀਂ। ਕਿਉਂ ਨਹੀਂ ਹੱਕ? ਮੈਂ ਟੀਮ ਦਾ ਕੈਪਟਨ ਹਾਂ। ਤੇ ਕੈਪਟਨ ਬਣਾਇਆ ਕਿਹਨੇ ਆ? ਜੇ ਕੱਲ ਨੂੰ ਮੈਚ ਹਾਰ ਗਏ ਤੁਸੀਂ ਤਾਂ ਮੈਨੂੰ ਦੋਸ਼ ਦਿਓਗੇ। ਕਿਵੇਂ ਮੈਚ ਹਾਰ ਜਾਓਗੇ, ਨਵੇਂ ਖਿਡਾਰੀ ਵੀ ਤਾਂ ਕਮੇਟੀ ਨੇ ਕੋਈ ਸੋਚ ਕੇ ਪਾਇਆ। ਨਾ ਪਹਿਲਾਂ ਕਿੱਥੇ ਸਨ ਖਿਡਾਰੀ ਜਿਨ੍ਹਾਂ ਦੀ ਮੈਂ ਸ਼ਕਲ ਤੱਕ ਨਹੀਂ ਦੇਖੀ, ਜਿਨ੍ਹਾਂ ਨਾਲ ਪ੍ਰੈਕਟਿਸ ਨਹੀਂ ਕੀਤੀ, ਉਹਨਾਂ ਨਾਲ ਕਿਵੇਂ ਮੈਚ ਖੇਡ ਸਕਦੇ ਆ? ਉਹ ਯੂਕੇ ਜਾਣ ਸਾਰ ਤਾਂ ਨਹੀਂ ਮੈਚ ਖੇਡਣਾ, ਉੱਥੇ ਵੀ ਤਾਂ ਅਸੀਂ ਕੁਝ ਦਿਨ ਦਵਾਂਗੇ ਤੁਹਾਨੂੰ ਪ੍ਰੈਕਟਿਸ ਕਰਨ ਨੂੰ। ਸੋ ਤੂੰ ਘਬਰਾ ਨਾ, ਅਗਲੇ ਵੀ ਪ੍ਰੋਫੈਸ਼ਨਲ ਖਿਡਾਰੀ ਆ। ਨਾ ਪਹਿਲੇ ਖਿਡਾਰੀਆਂ 'ਚ ਕੀ ਕਮੀ ਹੈ, ਸੱਤਾ ਤੇ ਕਲਚ ਸਿਰੇ ਦੇ ਜਾਫੀ ਨੇ, ਤੂਫਾਨ ਟੌਪ ਦਾ ਰੇਡਰ ਹੈ। ਨਾ ਇਹਨਾਂ ਖਿਡਾਰੀਆਂ ਨੂੰ ਯੂਕੇ ਲਿਜਾਣ 'ਚ ਕੀ ਤਕਲੀਫ ਹੈ ਕਮੇਟੀ ਨੂੰ? ਮੈਨੂੰ ਬਹੁਤੀਆਂ ਅੱਖਾਂ ਦਿਖਾਉਣ ਦੀ ਲੋੜ ਨਹੀਂ, ਮੈਂ ਕੁਛ ਨਹੀਂ ਕਰ ਸਕਦਾ, ਇਹ ਸਾਰਾ ਫੈਸਲਾ ਕਮੇਟੀ ਦਾ। ਠੀਕ ਹੈ ਫਿਰ, ਮੇਰਾ ਫੈਸਲਾ ਵੀ ਸੁਣ ਲਓ,
ਜਦ ਤੱਕ ਉਹ ਤਿੰਨ ਖਿਡਾਰੀ ਟੀਮ 'ਚ ਵਾਪਸ ਨਹੀਂ ਲੈ ਜਾਂਦੇ ਨਾ, ਸਾਡੇ 'ਚ ਕੋਈ ਵੀ ਯੂਕੇ ਨਹੀਂ ਜਾਊਗਾ। ਕੀ ਹੋਇਆ ਬਾਈ? ਤੁਸੀਂ ਫਿਕਰ ਨਾ ਕਰੋ, ਮੈਂ ਸਾਫ਼ ਕਹਿਤਾ ਸੰਧੂ ਨੂੰ, ਜਾਵਾਂਗੇ ਤਾਂ ਸਾਰੇ ਹੀ, ਨਹੀਂ ਤਾਂ ਕੋਈ ਨਹੀਂ ਜਾਊਗਾ। ਦੇਖੋ ਪੈਸਾ ਵੱਡੇ ਵੱਡਿਆਂ ਦੀ ਮੱਤ ਮਾਰ ਦਿੰਦਾ, ਉਹਨੂੰ ਬਣਦੀ ਹੱਸਾਪੱਤੀ ਦੇ ਦਿਓ। ਉਹ ਭਰਾਵਾ ਤੂੰ ਆਪਣੀ ਪੁੱਠੀ ਮੱਤ ਆਪਣੇ ਕੋਲ ਹੀ ਰੱਖ, ਹੋਰ ਨਾ ਕੋਈ ਨਵਾਂ ਪੰਗਾ ਖੜਾ ਕਰਾ ਕੇ ਰੱਖ ਦੀ। ਜੇ ਉਹਨੂੰ ਪਤਾ ਲੱਗ ਗਿਆ ਨਾ ਨਾਲ ਕਬੂਤਰ ਲੈ ਕੇ ਜਾ ਰਹੇ ਨੇ, ਉਹਨੇ ਉੱਕਾ ਹੀ ਨਹੀਂ ਮੰਨਣਾ। ਸਾਲਾ ਅਸਲੀ ਖਿਡਾਰੀ ਆ। ਖਿਡਾਰੀ ਤਾਂ ਫਿਰ ਆਪਾਂ ਹੀ ਪੱਕੇ ਹਾਂ ਬਾਬਿਓ। ਤੁਸੀਂ ਐਂ ਕਰੋ, ਕਲੱਚ ਦੀ ਥਾਂ ਕਿਸੇ ਹੋਰ ਖਿਡਾਰੀ ਨੂੰ ਕਰੋ ਡਰੋਪ। ਸ਼ਿੰਗਾਰੀ ਨੂੰ ਕਹੋ ਵੀ ਮਿੱਤਰਾ ਤੇਰੀ ਸਾਰੀ ਟੀਮ ਜਾ ਰਹੀ ਹੈ, ਸਾਡੇ ਵਾਲੇ ਤਾਂ ਬਸ ਐਕਸਟਰਾ ਦੇ ਵਿੱਚ ਜਾ ਰਹੇ ਨੇ, ਬਾਕੀ ਆਪਾਂ ਟਿਕਟਾਂ ਤੇ ਪਾਸਪੋਰਟ ਐਨ ਮੌਕੇ ਤੇ ਜਾ ਕੇ ਏਅਰਪੋਰਟ ਤੇ ਦੇਵਾਂਗੇ। ਤੇ ਜੇ ਸਾਲਾ ਏਅਰਪੋਰਟ ਤੇ ਕੋਈ ਰਫੜ ਪਾ ਕੇ ਬਹਿ ਗਿਆ ਫੇਰ ਸਾਰੇ ਅੰਦਰ ਹੋ ਜਾਵਾਂਗੇ। ਲਮਟੀ ਕਿਸ ਮਰਜ਼ੀ ਦਵਾ ਹੈ, ਸਭ ਤੋਂ ਪਹਿਲਾਂ ਸ਼ਿੰਗਾਰੀ ਨੂੰ ਭੇਜੂਗਾ ਅੰਦਰ, ਸਭ ਤੋਂ ਲਾਸਟ ਦੇ ਵਿੱਚ ਕਲੱਚ ਨੂੰ। ਤੇ ਸ਼ਿੰਗਾਰੀ ਦਾ ਜਹਾਜ਼ ਦੀ ਸੀਟ ਤੇ ਬੈਠੇ ਨੂੰ ਪਤਾ ਲੱਗਣਾ ਕਿਹੜਾ ਚੜ ਗਿਆ ਕਿਹੜਾ ਰਹਿ ਗਿਆ। ਹਾਂ ਦੇਖ ਲੈ ਭਰਾਵਾ, ਕਿਤੇ ਜਹਾਜ਼ ਚੜਾਉਂਦਾ ਚੜਾਉਂਦਾ ਚੜਾ ਨਾ ਦੇਈ ਪੁਲਿਸ ਦੀ ਗੱਡੀ। ਬੇਬੇ ਨੇ ਬੜੇ ਮਾਣ ਨਾਲ ਨਾਂ ਰੱਖਿਆ, ਸੁੱਚਾ ਸਿੰਘ ਖੋਜ ਕਬੱਡੀ। ਲੈ ਤੇਰੇ ਸਿਰ ਤੋਂ ਮਿਰਚਾਂ ਵਾਰਦਿਆ, ਕਿਤੇ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਤੇਰੇ ਚਿਹਰੇ 'ਤੇ ਇੰਨਾ ਜਲਾਲ ਅੱਜ ਮੈਂ ਪਹਿਲੀ ਵਾਰੀ ਦੇਖਿਆ ਹੈ। ਇੱਦਾਂ ਲੱਗਦਾ ਹੈ ਜਿਵੇਂ ਜੰਗ ਜਿੱਤਣ ਚੱਲਿਆ ਹੋਵੇ। ਜੰਗ ਜਿੱਤਣੀ ਤੇ ਚੱਲਿਆ ਮੇਰਾ ਵੀਰ। ਵੀਰੇ ਮੇਰੇ ਲਈ ਕੀ ਲੈ ਕੇ ਆਏਗਾ ਬਾਹਰੋਂ? ਤੂੰ ਘਬਰਾ ਨਾ, ਤੇਰੀ ਸੱਸ ਲਈ ਗਰਮ ਕੋਟ ਜ਼ਰੂਰ ਲੈ ਕੇ ਆਉਂ। ਅੱਛਾ, ਇਹਦੀ ਸੱਸ ਦਾ ਤਾਂ ਹੁਣੇ ਤਾਂ ਫਿਕਰ ਪੈ ਗਿਆ, ਤੇ ਮਾਵਾਂ ਲਈ ਕੀ ਲੈ ਕੇ ਆਵੇਗਾ? ਮਾਵਾਂ ਲਈ ਮਾਣ ਤੇ ਇੱਜ਼ਤ। ਚਾਚੀ ਜੀ ਦੇਖਿਆ ਕਿੰਨੀ ਸੋਹਣੀ ਗੱਲ ਕੀਤੀ ਮੇਰੇ ਸ਼ੇਰ ਪੁੱਤਰ ਨੇ। ਜਾ ਪੁੱਤ, ਆਪਣੇ ਬਾਪੂ ਜੀ ਦੇ ਪੈਰੀ ਹੱਥ ਲਾ ਕੇ ਉਹਨਾਂ ਤੋਂ ਆਸ਼ੀਰਵਾਦ ਲੈ ਲੈ। ਮਾਪੇ ਭਾਵੇਂ ਨਾਰਾਜ਼ ਹੋ ਪਰ ਹਮੇਸ਼ਾ ਬੱਚਿਆਂ ਦਾ ਭਲਾ ਲੋਚਦੇ ਨੇ। ਜਾ ਮੇਰਾ ਸ਼ੇਰ। ਠੀਕ ਹੈ ਜੀ। ਬਾਪੂ ਜੀ ਵੀਰ ਜੀ, ਮੁੰਡਾ ਪਹਿਲੀ ਵਾਰੀ ਬਾਹਰਲੇ ਦੇਸ਼ ਚੱਲਿਆ, ਬਦਸ਼ਗਨੀ ਨਹੀਂ ਕਰੀਦੀ, ਸਿਰ ਤੇ ਹੱਥ ਰੱਖ ਕੇ ਤੋਰੋ ਮੁੰਡੇ ਨੂੰ। ਬਾਪੂ ਜੀ ਤੈਨੂੰ ਪਤਾ ਮੈਂ ਪ੍ਰਮੋਟਰ ਨੂੰ ਕਿਵੇਂ ਮਨਾਇਆ? 100 ਪਾਪੜ ਵੇਲਣੇ ਪੈਂਦੇ ਆ, 3 ਬੰਦੇ ਫਾਲਤੂ ਦਾ ਮਤਲਬ ਪਤਾ ਕੀ ਹੁੰਦਾ, ਪੂਰੇ 3 ਲੱਖ ਨੂੰ ਥੁੱਕ। ਅੰਦਰ ਚੱਲੀਏ ਸਰ। ਕੀ ਗੱਲ ਨੇ ਰਿਹਾ ਹੀ ਆ, ਹੌਸਲਾ ਰੱਖ ਚਲੇ ਚੱਲਦੇ ਆ, ਹੁਣ ਨਹੀਂ ਰਹਿੰਦਾ ਤੂੰ, ਨਾਲੇ ਪਹਿਲਾਂ ਲਮਟੀਨ ਨੂੰ ਤਾਂ ਆ ਲੈਣ ਦੇ, ਪਾਸਪੋਰਟ ਟਿਕਟਾਂ ਤਾਂ ਸਾਰੀਆਂ ਉਹਦੇ ਕੋਲ ਨੇ। ਆਓ ਲਓ, ਲਮਟੀਨ ਸਾਹਿਬ ਵੀ ਆ ਗਏ। ਸੰਧੂ ਸਾਹਿਬ, ਸਾਰੇ ਹੀ ਪਿਆ ਇੰਡੀਆ ਦੇ ਸਿਸਟਮ ਦਾ, ਉਹ ਤਾਂ ਹੀ ਤਾਂ ਮੈਂ ਸਾਰੇ ਬੰਦਿਆਂ ਨੂੰ ਬਾਹਰ ਭੇਜ ਰਿਹਾ ਇਕੱਲੇ ਇਕੱਲੇ ਕਰਕੇ। ਸੰਧੂ ਸਾਹਿਬ ਆ ਜਾਓ, ਲਮਟੀਨ ਸਾਹਿਬ ਤੁਹਾਡੀ ਇਹ ਵੇਟ ਕਰਦੇ ਆ ਸਾਰੇ। ਗੱਲ ਕੀ ਆ ਵੇਟ ਕਰਨ ਦੀ, ਆ ਸਿਸਟਮ ਸਾਰਾ ਡਾਊਨ ਹੋ ਗਿਆ ਏਅਰਲਾਈਨ ਵਾਲਿਆਂ ਦਾ, ਮੈਂ ਫਿਰ ਜਗਾਲ ਆਇਆ ਨਾ, ਤੁਹਾਨੂੰ ਪਤਾ ਮੇਰਾ ਨਿਕਾ ਸਿੰਘ ਲਮਟੀਨ ਕੱਲੀ ਕੱਲੀ ਟਿਕਟ ਦਾ ਇੰਤਜ਼ਾਮ ਕਰਦਾ। ਲੈ ਵੀ ਮੁੰਡਿਓ, ਨਾ ਬੋਲੂੰਗਾ ਹਰੇਕ ਦਾ, ਆਪਣੀਆਂ ਟਿਕਟਾਂ ਫੜੀ ਜਾਇਓ ਤੇ ਅੰਦਰ ਜਾ ਕੇ ਚੈੱਕ ਇਨ ਕਰੀ ਜਾਇਓ।
ਅਗਾਂਹ ਮਿਲਣੀਆਂ ਫਿਰ ਤੁਹਾਨੂੰ ਸੋਹਣੀਆਂ ਸੋਹਣੀਆਂ ਨੱਡੀਆਂ ਏਅਰਲਾਈਨ ਦੀਆਂ, ਉਹਨਾਂ ਨੂੰ ਟਿਕਟਾਂ ਦਿਖਾ ਦਿਓ। ਵੇਖਿਓ ਸਾਲਿਓ, ਕਿਤੇ ਜਾਂਦਾ ਹੀ ਨਾ, ਪਹਿਲਾਂ ਜੱਫਾ ਇੱਥੇ ਹੀ ਪਾ ਲਿਓ। ਲੈ ਵੀ ਸ਼ਿੰਗਾਰਿਆ, ਪਾ ਕਬੱਡੀ ਫਿਰ ਜਾ ਕੇ ਇੱਧਰ ਵੀ ਲੈ ਵੀ ਧੀਰੇ ਜੈਲੀ, ਜਲਦੀ 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 ਲੈ ਬਈ, ਸ਼ਾਬਾਸ਼ ਸ਼ਾਬਾਸ਼। ਲੈ ਵੀ ਭਿੰਦਿਆ, ਤੂੰ ਵੀ ਪਾ ਕਬੱਡੀ ਲੱਗ ਗਿਆ ਵੀਜ਼ਾ ਤੇਰਾ। ਚੱਲ ਫਿਰ ਹੱਟ ਪਰੇ। ਮੇਰਾ ਨਹੀਂ ਲੱਗਿਆ, ਤੇਰਾ ਹੀ ਲੱਗਿਆ, ਜਾ। ਲੈ ਬਈ, ਉਹ ਐਂਡਾ ਲਾ ਲਈ ਅੰਦਰ ਜਾ ਕੇ। ਚਲੋ ਸਰਦਾਰ ਸਾਹਿਬ ਚਲੋ, ਬਾਕੀ ਰਹਿ ਗਏ ਆਪਾਂ ਜੀ ਪੰਜ। ਆ ਲੈ ਵੀ ਤੇਰਾ ਪਾਸਪੋਰਟ। ਭਾਜੀ ਟਿਕਟ ਕਹਿੰਦੀ ਪਾਸ ਹੈ, ਪਾਸ। ਆ ਲੈ ਟਿਕਟ, ਮੰਗਣ ਦੀ ਯਾਦ ਨਹੀਂ ਜਾਂਦੀ। ਅੰਦਰ ਜਾ ਕੇ ਆਪਣਾ ਨਾ ਕਿਰਪਾਲ ਸਿੰਘ ਦੱਸੀ, ਤੂੰ ਨਾ ਕਰੀ ਜਾਈ ਕਲੱਚ ਕਲੱਚ। ਨਾਲੇ ਸ਼ਿੰਗਾਰੇ ਨੂੰ ਇੱਕ ਸੁਨੇਹਾ ਦੇ ਦੀ ਜਾ ਕੇ, ਕਹਿੰਦੀ ਜਿਹੜੇ ਤਿੰਨ ਬੰਦੇ ਰਹਿ ਗਏ ਉਹ ਸੰਧੂ ਸਾਹਿਬ ਨਾਲ ਕੱਲ੍ਹ ਨੂੰ ਹੋਣਗੇ। ਚਾਰ ਟਿਕਟਾਂ ਦਾ ਜੁਗਾੜ ਹੋਇਆ ਨਹੀਂ। ਸੰਧੂ ਸਾਹਿਬ ਵੀ ਰਹਿ ਗਏ? ਪਰ ਸੰਧੂ ਤੋਂ ਕੁਛ ਵੀ ਨਹੀਂ ਪਤਾ ਲੱਗਣਾ, ਸਾਡੇ ਤੋਂ ਤਾਂ ਕਿਸੇ ਨੂੰ ਚੱਜ ਨਾਲ ਅੰਗਰੇਜ਼ੀ ਵੀ ਨਹੀਂ ਬੋਲਣੀ ਆਉਂਦੀ। ਅੰਗਰੇਜ਼ੀ ਬੋਲਣ ਨੂੰ ਸਾਲਿਆ ਸਾਰਕ ਸੰਮੇਲਨ 'ਤੇ ਚੱਲਿਆ, ਕੌਡੀਏ ਪਾਉਣੀ ਆ। ਚਿੰਤਾ ਨਾ ਕਰ, ਉੱਥੇ ਪ੍ਰਮੋਟਰ ਦਾ ਬੰਦਾ ਪਹੁੰਚੂਗਾ ਏਅਰਪੋਰਟ 'ਤੇ ਤੁਹਾਨੂੰ ਲੈਣ। ਨਾ ਹੁਣ ਝਾਕਦਾ ਕੀ ਆ, ਉੜ ਜਾ ਉੜ ਜਾ, ਜੇ ਸੀਟਾਂ ਮਲੱਕੀਆਂ ਗਈਆਂ ਫਿਰ ਖੜ ਕੇ ਜਾਣਾ ਪਊ। ਸੰਧੂ ਸਾਹਿਬ, ਓਏ ਹੁਣ ਕਿਹੜੇ ਸੰਧੂ ਸਾਹਿਬ, ਓਏ ਸੰਧੂ ਤਾਂ ਚਗਾ ਦੇਵੇ ਬਗਲਿਆਂ ਨੂੰ ਮੋਤੀ ਅਤੇ ਹੰਸਾਂ ਨੂੰ ਡੱਡੀ। ਐਵੇਂ ਨਹੀਂ ਬੇਬੇ ਨੇ ਨਾਂ ਰੱਖਿਆ, ਸੁੱਚਾ ਸਿੰਘ ਕੋਚ ਕਬੱਡੀ। ਸੰਧੂ ਸਾਹਿਬ, ਹਾਂਜੀ, ਦੇਖਿਆ ਫਿਲਮ ਢੀਂਗ ਦਾ ਕਾਰਨਾਮਾ, ਤਿੰਨੇ ਜਹਾਜ਼ ਚੜਾ ਦੇ ਅਤੇ ਕਬੂਤਰ ਉਡਾ ਦੇ। ਸ਼ਿੰਗਾਰਿਆ, ਯਾਰ ਹੋ ਕੇ ਯਾਰ ਮਾਰ ਕਰਕੇ ਅਸੀਂ ਤਾਂ ਠੀਕ ਠਾਕ ਪਹੁੰਚ ਗਏ, ਪਰ ਤੁਸੀਂ ਕੌਣ ਹੋ? ਬ੍ਰਦਰ, ਮੇਰਾ ਨਾਮ ਜੈਕੀ ਆ। ਉਹ ਦੇਖੀ ਕਿਤੇ ਵਾਢੀ ਨਾ ਲਈ। ਤੂੰ ਬੜਾ ਜੌਲੀ ਆ ਬ੍ਰਦਰ। ਮੈਂ ਜੌਲੀ ਨਹੀਂ, ਮੈਂ ਕਲੱਚ ਆ। ਵੈਰੀ ਫਨੀ, ਵੈਰੀ ਫਨੀ। ਐਨੀਵੇਜ਼, ਮੈਂ ਤੁਹਾਨੂੰ ਸਾਰਿਆਂ ਨੂੰ ਰਿਸੀਵ ਕਰਨ ਆਇਆ ਆ, ਲੈਟਸ ਗੋ। ਆਜੋ ਵੀ ਆਜੋ। ਆਪਣਾ ਹੀ ਘਰ ਆ, ਸ਼ਾਹੀ ਨਹੀਂ ਕਰਨਾ, ਇਹ ਸਾਰਾ ਆਪਣਾ ਹੀ ਘਰ ਆ।
ਜਿੱਦਾਂ ਕਿ ਨਾਈਸ ਹਾਊਸ ਆ ਨਾ, ਤੁਸੀਂ ਇੱਥੇ ਹੀ ਸਟੇਅ ਕਰਨਾ ਆ ਸਾਰਿਆਂ ਨੇ। ਇਹ ਭਾਜੀ ਆ ਆਪਣੇ। ਵੈਲਕਮ ਮੁੰਡਿਓ, ਠੀਕ ਠਾਕ ਪਹੁੰਚ ਗਏ ਸੀ? ਹਾਂਜੀ ਹਾਂਜੀ, ਮੈਂ ਆ ਤੁਹਾਡਾ ਪ੍ਰੋਮੋਟਰ ਪੌਲ ਸਾਹਿਬ। ਪੌਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਮੈਂ ਸ਼ਿੰਗਾਰਾ ਸਿੰਘ ਸਰ, ਟੀਮ ਦਾ ਕੈਪਟਨ। ਹਾਂ ਸੰਧੂ ਸਾਹਿਬ, ਤੇਰੀ ਬਹੁਤ ਤਾਰੀਫ ਕਰ ਰਹੇ ਸੀ, ਬੜਾ ਟਫ ਖਿਡਾਰੀ ਆ। ਮੈਂ ਕਲਾਚਾਂ ਜੀ ਜਾਫੀ, ਮੇਰੇ ਬਾਰੇ ਨਹੀਂ ਕੁਛ ਕਿਹਾ ਉਹਨਾਂ ਨੇ? ਨਾਈਸ ਟੂ ਮੀਟ ਯੂ। ਮੈਨੂੰ ਲੱਗਦਾ ਜੀ ਇੰਗਲੈਂਡ ਬੋਲਿਆਂ ਦੀ ਧਰਤੀ ਹੈ ਜੀ, ਜਦੋਂ ਦੇ ਆਇਆ ਕੰਨ ਜੇ ਬੰਦ ਹੀ ਹੋਏ ਪਏ ਨੇ। ਉਹ ਜਿੱਦਾਂ ਬ੍ਰਦਰ, ਮੈਨੂੰ ਲੱਗਦਾ ਤੈਨੂੰ ਨਾ ਜੈਟ ਲੈਗ ਹੋ ਗਿਆ ਆ। ਉਹ ਕੀ ਹੁੰਦਾ ਬਾਈ ਜੀ? ਹੋ ਮੈਂ ਸਮਝਾਉਂਦਾ ਆ। ਜਿੱਦਾਂ ਬ੍ਰਦਰ ਆਪਾਂ ਨਾ ਲਗਾਤਾਰ 10-12 ਘੰਟੇ ਐਰੋਪਲੇਨ 'ਚ ਫਲਾਈ ਕਰਕੇ ਆਉਂਦੇ ਹਾਂ ਨਾ, ਤਾਂ ਕੰਨ ਬੰਦ ਹੋ ਜਾਂਦੇ ਆ, ਉਹਨੂੰ ਕਹਿੰਦੇ ਆ ਜੈਟ ਲੈਗ। ਤੁਸੀਂ ਫਰੈਸ਼ ਹੋ ਜਾਓ, ਥੋੜ੍ਹਾ ਆਰਾਮ ਰੂਮ ਕਰ ਲਓ। ਆਰਾਮ ਹੀ ਕਰਦੇ ਹਾਂ ਸਰ, ਫਰੈਸ਼ ਹੋ ਕੇ ਪ੍ਰੈਕਟਿਸ ਕਰਦੇ ਹਾਂ। ਜੈਕੀ ਬਾਈ, ਗਰਾਊਂਡ ਕਿੰਨੀ ਦੂਰ ਹੈ ਇੱਥੇ? ਇੰਨੀ ਕਾਹਲੀ ਕਾਹਦੀ ਹੈ, ਪਹਿਲੀ ਵਾਰੀ ਯੂਕੇ ਆਏ ਹੋ, ਥੋੜ੍ਹਾ ਘੁੰਮ ਕੰਮ ਲਓ, ਨਾਲੇ ਸੰਧੂ ਸਾਹਿਬ ਨੂੰ ਤਾਂ ਆ ਜਾਣ ਦਿਓ। ਜੈਕੀ। ਯੈਸ ਭਾਜੀ। ਮੁੰਡਿਆਂ ਨੂੰ ਜ਼ਰਾ ਥੋੜ੍ਹਾ ਫੰਕਸ਼ਨ ਕਰਵਾ ਦੇ ਬਈ। ਹਾਂ ਠੀਕ ਹੈ ਭਾਜੀ, ਆਲ ਰਾਈਟ ਹੈ। Come on for sure, baby, play some more. Come on for sure, baby, go up. Hit the floor, hit the floor. Come on, all you people, show love to all.
ਨਿਕੇਰਾ ਆ ਜਾ ਨਿਕੇਰਾ ਆ ਜਾ ਆ ਜਾ ਆ ਜਾ ਨਿਕੇਰਾ ਆ ਜਾ ਨਿਕੇਰਾ ਆ ਜਾ ਆ ਜਾ ਓਏ ਤੂੰ ਮੋਟਾ ਜਾ ਹੁਣ ਤੂੰ ਆਟੇ ਕੋ ਨਹੀਂ ਜਾਣਾ ਰੋਟੀ ਕਦੋਂ ਬਣਾਏਗਾ ਬਣਾ ਲੈਣਾ ਰੋਟੀ ਔਖਾ ਜਾ ਨਾ ਹੋ ਚੁੱਪ ਕਰਕੇ ਰੋਟੀ ਬਣਾ ਛੇਤੀ ਕਰਨ ਵਾਲੇ ਬਣਾਉਣਾ ਬਣਾਉਣਾ ਔਖੇ ਦੇਖ ਕਿਵੇਂ ਹੁੰਦੇ ਨੇ ਉਹ ਤੂੰ ਸਾਲਿਆ ਸਦੀਕ ਬਣਿਆ ਖੜਾ ਭਾਂਡੇ ਕੌਣ ਮਾਂਜੂ ਹੈ ਭਾਂਡੇ ਮੈਂ ਕੋਈ ਨਹੀਂ ਮਾਂਜਦਾ ਭਾਂਡੇ ਚੁੱਪ ਕਰਕੇ ਭਾਂਡੇ ਮਾਂਜ ਇੱਥੇ ਕਬੂਤਰ ਬਣ ਕੇ ਆਇਆ ਭਾਂਡੇ ਦਾ ਕੀ ਤੂੰ ਤਾਂ ਸਾਲੇ ਲੈਟਰ ਨਾਲ ਵੀ ਸਾਫ਼ ਕਰਦਾ ਫਿਰੇਗਾ ਕਰਦਾ ਗੱਲਾਂ ਸਾਲੇ ਅੱਖਾਂ ਦੇ ਕਿਵੇਂ ਕੱਢਦੇ ਨੇ ਛੱਡ ਦੇ ਯਾਰ ਆਪ ਨਜ਼ਾਰੇ ਲੈਂਦੇ ਸਾਨੂੰ ਕੰਮਾਂ ਤੇ ਪਾਗਲ ਹੋ ਗਏ ਪਾਗਲ ਹੋ ਗਏ ਮੈਚ ਤੱਕ ਕਿਸੇ ਨੇ ਕੁਛ ਨਹੀਂ ਬੋਲਣਾ ਓਏ ਮੋਟੂ ਇੱਧਰ ਆ ਮੇਰਾ ਨਾਂ ਧੀਰਾ ਓਏ ਹਾਂ ਭੈਣ ਦਿਆ ਵੀਰਾ ਇੱਧਰ ਆ ਰੇਡਰ ਹੈ ਤੂੰ ਆਹੋ ਆ ਦੇਖੀਏ ਤੇਰੀ ਰੇਡ ਪਾਪਾ ਗਾਹਾਂ ਓਕੇ ਆ ਲਾਇਓ ਬਾਈ ਜੱਫਾ ਲਾਇਓ ਕਿਰਾਂ ਅੱਛਾ ਸ਼ਾਬਾਸ਼ ਲਾਤੇ ਲੱਲਰ ਸਾਲਾ ਡੋਕਲ ਜਿਹਾ ਹਿੱਲਿਆ ਜਾਂਦਾ ਨਹੀਂ ਤੇਰੇ ਤੋਂ ਓਏ ਰੇਡਰ ਦਾ ਕੰਮ ਫੁਰਤੀ ਦਾ ਹੁੰਦਾ ਚੰਗੇ ਜਾਫੀ ਨੇ ਵੰਡ ਵੰਡ ਦੇਣੀ ਤੇਰੀ ਕਿੱਦਾਂ ਵੀ ਮੁੰਡਿਓ ਚਲੋ ਮੇਰਾ ਖੇੜਾ ਛੁੱਟਿਆ ਫਿਰ ਚੱਲ ਰਹੀ ਆ ਪ੍ਰੈਕਟਿਸ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆ ਗੁੱਡ ਤਾਂ ਆਪ ਹੀ ਆ ਜੀ ਅਣਜਾਣ ਦਾ ਖੇਡਣਾ ਖੇਡ ਦਾ ਸੱਤਿਆਨਾਸ ਤੁਸੀਂ ਇਹਨੂੰ ਛੱਡੋ ਇਹ ਦੱਸੋ ਕਿ ਦੁੱਧ ਪਥਰੀਆਂ ਦੇ ਦਰਸ਼ਨ ਕਰਿਆ ਮੇਰਾ ਮਤਲਬ ਮੇਮਾ ਸ਼ੇਮਾ ਦੇ ਸੰਧੂ ਸਾਹਿਬ ਕੀ ਗੱਲ ਤੁਸੀਂ ਇਕੱਲੇ ਆ ਰਹੇ ਹੋ ਸੱਤੇ ਹੋਰੀ ਨਹੀਂ ਆਏ ਉਹਨਾਂ ਐਕਚੁਅਲੀ ਉਹਨਾਂ ਦੇ ਆ ਕਾਗਜ਼ ਥੋੜ੍ਹੀ ਜਿਹੀ ਗੜਬੜ ਹੋਈ ਸੀ ਨਾਲੇ ਲਿਫਟਿੰਗ ਤਾਂ ਕਹਿੰਦਾ ਸੀ ਵੀ ਟਿਕਟਾਂ ਨਹੀਂ ਮਿਲੀਆਂ ਐਵੇਂ ਮੇਰੇ ਸਾਲੇ ਦਾ ਟਰੈਵਲ ਏਜੰਟਾਂ ਵਾਲੀ ਗੱਲ ਕਰ ਗਿਆ ਸੱਚ ਤਾਂ ਬਾਅਦ 'ਚ ਸਾਹਮਣੇ ਆਇਆ ਸੱਚ ਤਾਂ ਹੁਣ ਸਾਹਮਣੇ ਆਇਆ ਸੰਧੂ ਸਾਹਿਬ ਕਿਉਂ ਬੇਵਕੂਫ ਬਣਾਉਂਦੇ ਹੋ ਕਬੱਡੀ ਦੀ ਆਰਟ 'ਚ ਉਹ ਤੁਸੀਂ ਕਰ ਰਹੇ ਹੋ ਨਾ ਸਭ ਸਮਝ ਗਿਆ ਮੈਂ ਕੀ ਸਮਝ ਗਿਆ ਕੀ ਸਮਝ ਗਿਆ ਤੈਨੂੰ ਆਪਣੇ ਕੋਚ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਕੱਲ੍ਹ ਅਜੇ ਯੂਕੇ ਆਇਆ ਅਤੇ ਅੱਜ ਤੇਰੇ ਖੰਭ ਨਿਕਲੇ ਮੇਰੇ ਮੂਹਰੇ ਜ਼ਬਾਨ ਲੜਾਉਣਾ ਓਏ ਮੇਰੇ ਮੂਹਰੇ ਤਾਂ ਕਦੇ ਮੇਰੇ ਬੁੜੇ ਨੇ ਆਵਾਜ਼ ਨਹੀਂ ਕੱਢੀ ਐਵੇਂ ਨਹੀਂ ਬੇਬੇ ਨੇ ਨਾਂ ਰੱਖਿਆ ਸੁੱਚਾ ਸਿੰਘ ਕੋਚ ਕਬੱਡੀ ਭਾਈ ਚੱਲ ਭਰਾ ਜਿਹੜਾ ਕੁਛ ਹੋਣਾ ਸੀ ਹੋ ਗਿਆ ਚੱਲ ਆਪਾਂ ਪ੍ਰੈਕਟਿਸ ਕਰਦੇ ਹਾਂ ਮੈਂ ਹੈਗਾ ਨਾ ਤੇਰੇ ਨਾਲ ਹਾਏ ਸੰਧੂ ਵੈਲਕਮ ਵੈਲਕਮ ਪਾਲ ਸਾਹਿਬ ਵੈਲਕਮ ਵੈਲਕਮ ਸੰਧੂ ਸਾਹਿਬ ਕੀ ਹਾਲ ਹੈ ਫਸਟ ਕਲਾਸ ਤੁਹਾਡੀ ਟੀਮ ਦੀ ਯੂਕੇ 'ਚ ਬਹੁਤ ਹਵਾ ਹਵਾ ਕਰਕੇ ਤਾਂ ਯੂਕੇ ਤੱਕ ਪਹੁੰਚ ਕੇ ਨਹੀਂ ਲਾਡੂ ਵਾਲੇ ਨਾਲ ਮੁੜ ਜਾਂਦੇ ਮੈਂ ਸੋਚਿਆ ਮੁੰਡਿਆਂ ਦੀ ਪ੍ਰੈਕਟਿਸ ਹੀ ਦੇਖ ਆਈਏ ਓ ਸ਼ੋਰ ਵਾਈ ਨਾਟ ਹਾਂ ਵੀ ਮੁੰਡਿਓ ਸ਼ਾਬਾਸ਼ ਹੋ ਜਾ ਸ਼ੁਰੂ ਕੁਇਕ ਕੁਇਕ ਗਿੱਟਾ ਚੱਕ ਗਿੱਟਾ ਸੰਧੂ ਸਾਹਿਬ ਗੱਲ ਸੁਣੋ ਹਾਂਜੀ ਤੁਸੀਂ ਸ਼ਾਮੀ ਮੇਰੇ ਘਰੇ ਇਨਵਾਈਟਡ ਹੋ ਜ਼ਰਾ ਨਵਾਜ਼ੀ ਲਈ ਸ਼ੁਕਰੀਆ ਇੱਕ ਗੱਲ ਹੋਰ ਨਾਲ ਆਪਣੇ ਕੈਪਟਨ ਸ਼ਿੰਗਾਰੇ ਨੂੰ ਜ਼ਰੂਰ ਲੈ ਕੇ ਆਉਣਾ ਗਲਾਸੀ ਖੜਕਾਵਾਂਗੇ ਸਰ ਮਿਸਟਰ ਸੰਧੂ ਇਜ਼ ਹੇਅਰ ਟੂ ਮੀਟ ਯੂ ਸੈਂਡ ਹਿਮ ਓਕੇ ਸਰ ਯੈਸ ਪਲੀਜ਼ ਕਮ ਆਓ ਜੀ ਸੰਧੂ ਸਾਹਿਬ ਵੈਲਕਮ 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 ਥੈਂਕ ਯੂ ਸਰ ਕੀ ਹਾਲ ਹੈ ਠੀਕ ਸਰ ਬੈਠੋ ਆਹ
ਪਹਿਲਾਂ ਤਾਂ ਇਹ ਦੱਸੋ ਕੀ ਪੀਓਗੇ, ਵਿਸਕੀ ਜਾਂ ਬੀਅਰ? ਮੈਂ ਪੀਂਦਾ ਨਹੀਂ ਸਰ। ਪਾਲ ਸਾਹਿਬ ਤੁਸੀਂ ਇਹਦੀਆਂ ਗੱਲਾਂ 'ਤੇ ਨਾ ਜਾਓ, ਆ ਬੀਅਰ ਦਾ ਮੱਗ ਮੈਨੂੰ ਫੜਾਓ ਅਤੇ ਇਹਦੇ ਲਈ ਪਾਈਆ ਦੁੱਧ 'ਚ ਪੱਤੀ ਪਾਓ। ਨੋ ਥੈਂਕਸ। ਦੇਖੋ ਸੰਧੂ ਸਾਹਿਬ, ਤੁਹਾਡੀ ਟੀਮ ਦੀ UK 'ਚ ਬਹੁਤ ਵੱਡੀ ਹਵਾ ਅਤੇ ਪਾਲ ਕਦੇ ਘਾਟੇ ਦੀ ਗੇਮ ਨਹੀਂ ਖੇਡਦਾ। ਯੂ ਹੈਵ ਟੂ ਲੂਜ਼ ਦਿਸ ਮੈਚ। ਪਾਲ ਸਾਹਿਬ, ਇਸ ਹਾਰ ਦਾ ਸਾਨੂੰ ਕੀ ਫਾਇਦਾ ਹੋਏਗਾ? ਇੰਨਾ ਪੈਸਾ ਤੁਹਾਨੂੰ ਗੇਮ ਜਿੱਤ ਕੇ ਵੀ ਨਹੀਂ ਮਿਲਣਾ। ਪਾਲ ਸਾਹਿਬ, ਤੁਸੀਂ ਫਿਕਰ ਨਾ ਕਰੋ, ਸਮਝ ਲਓ ਹਾਰ ਗਏ। ਹਾਰ ਗਏ? ਹਾਰ ਕਿੱਦਾਂ ਗਏ ਸੰਧੂ ਸਾਹਿਬ? ਕਬੱਡੀ ਸਾਡੀ ਮਾਂ ਖੇਡ ਹੈ ਤੇ ਪੁੱਤ ਕਦੀ ਆਪਣੀ ਮਾਂ ਦਾ ਸੌਦਾ ਨਹੀਂ ਕਰਦੇ। ਜੇ ਤੈਨੂੰ ਹਾਰਨ ਦੇ ਇੰਨੇ ਪੈਸੇ ਮਿਲ ਰਹੇ ਨੇ ਤਾਂ ਜਿੱਤਣ ਲਈ ਜ਼ਰੂਰ ਹੱਡ ਤੁੜਵਾਉਣੇ ਨੇ। ਸ਼ਾਬਾਸ਼ ਤੁਹਾਡੇ ਕਬੱਡੀ ਦੇ ਵਪਾਰੀਆਂ ਦੇ। ਠੀਕ ਕਹਿੰਦੇ ਸੀ ਬਾਪੂ ਜੀ, ਹੋਏ ਤੁਸੀਂ ਕਬੱਡੀ ਦੇ ਪ੍ਰਮੋਟਰ ਨਹੀਂ, ਵਪਾਰੀ ਹੋ ਵਪਾਰੀ, ਤੇ ਸੰਧੂ ਵਰਗੇ ਕੋਚ ਤੁਹਾਡੇ ਤਲੇ। ਤੁਸੀਂ ਕਬੱਡੀ ਨੂੰ ਪ੍ਰਮੋਟ ਨਹੀਂ ਕਰਦੇ, ਸਗੋਂ ਮੈਚ ਫਿਕਸ ਕਰਕੇ ਆਪਣੀਆਂ ਚਿੱਪਾਂ ਭਰਦੇ ਹੋ। ਤੇ ਤੁਹਾਡੀਆਂ ਗਰਾਊਂਡਾਂ ਕਬੱਡੀ ਦੀਆਂ ਗਰਾਊਂਡਾਂ ਨਹੀਂ, ਸਮਗਲਰਾਂ ਦੇ ਅੱਡੇ ਨੇ ਅੱਡੇ, ਜਿੱਥੇ ਮੈਚ ਜਿੱਤਣ ਖਾਤਰ ਖਿਡਾਰੀਆਂ ਨੂੰ ਨਸ਼ਿਆਂ ਦੇ ਟੀਕੇ ਲਾਏ ਜਾਂਦੇ ਨੇ। ਤੇ ਮੇਰਾ ਚਾਚਾ ਰਣਜੀਤ ਸਿੰਘ ਵੀ ਤੁਹਾਡੇ ਵਰਗਿਆਂ ਹੱਥੋਂ ਆਪਣੀ ਮੌਤ ਦਾ ਸ਼ਿਕਾਰ ਹੋ ਗਿਆ। ਮਿਸਟਰ ਪਾਲ, ਮੈਂ ਇੱਥੇ ਸਿਰਫ ਜਿੱਤਣ ਆਇਆ ਤੇ ਜਿੱਤ ਕੇ ਜਾਊਂਗਾ। ਜਿੱਤ ਕੇ ਤਾਂ ਜਾਏਗਾ ਜੇ ਤੂੰ ਜਿਉਂਦਾ ਬਚੇਗਾ। ਰਣਜੀਤ ਦੀ ਤਰ੍ਹਾਂ ਤੇਰੀ ਲਾਸ਼ ਹੀ ਇੱਥੋਂ ਜਾਏਗੀ। ਤੇਰੀ? ਓਏ ਕਾਕਾ, ਚੱਲ ਤੂੰ ਜਾ ਕੇ ਗੱਡੀ 'ਚ ਬੈਠ, ਤੂੰ ਜਾ ਕੇ ਗੱਡੀ 'ਚ ਬੈਠ, ਚੱਲ ਚੱਲ ਉੱਥੇ। ਪਾਲ ਸਾਹਿਬ ਤੁਸੀਂ ਪਾਗਲ ਹੋ ਗਏ? ਕੂਲ ਡਾਊਨ, ਕੂਲ ਡਾਊਨ। ਮਾਨੀ ਫੂਲ, ਐਡੀ ਵੱਡੀ ਡੀਲ ਠੁਕਰਾ ਦਿੱਤੀ। ਸੰਧੂ ਸਾਹਿਬ, ਮੇਰੇ ਇਸ ਮੈਚ 'ਤੇ ਲੱਖਾਂ ਪਾਉਂਡ ਲੱਗੇ ਹੋਏ ਨੇ, ਅਗਰ ਇਹ ਨਾ ਹਾਰਿਆ। ਆਈ ਵਿਲ ਕਿਲ ਹਿਮ, ਆਈ ਵਿਲ ਕਿਲ ਹਿਮ, ਆਈ ਵਿਲ ਕਿਲ ਹਿਮ। ਕੂਲ ਡਾਊਨ, ਕੂਲ ਡਾਊਨ ਪਾਲ ਸਾਹਿਬ, ਕੂਲ ਡਾਊਨ, ਕੂਲ ਡਾਊਨ, ਸਭ ਠੀਕ ਹੋ ਜਾਏਗਾ। ਸੰਧੂ ਕਿਸ ਮਰਜ਼ ਦੀ ਦੁਆ, ਮੰਨਿਆ ਕਿ ਮਾਇਆ ਨਾਲ ਨਹੀਂ ਜਾਣੀ, ਪਰ ਸੰਧੂ ਦਾ ਸੁਭਾਅ ਇੰਨਾ ਕੁੱਤਾ ਕਿ ਉਹਨੇ ਛੱਡ ਕੇ ਇੱਥੇ ਵੀ ਨਹੀਂ ਜਾਣੀ। ਇਹ ਕਬੱਡੀ ਦੇ ਸਪੌਂਸਰ ਨਹੀਂ, ਥੱਲੇ ਨੇ ਸਾਲੇ, ਕਬੱਡੀ ਨੂੰ ਤਾਂ ਬਿਜ਼ਨਸ ਬਣਾਇਆ ਹੋਇਆ ਇਹਨਾਂ ਨੇ। ਸੌਦੇ ਹੁੰਦੇ ਨੇ ਉੱਤੋਂ ਲੈ ਕੇ ਥੱਲੇ ਤੱਕ, ਜਿੱਤਣ ਦੇ, ਹਾਰਨ ਦੇ, ਟੀਮਾਂ ਇੱਥੋਂ ਤੱਕ ਲਿਆਉਣ ਦੇ, ਤੇ ਟੀਮਾਂ ਵਿੱਚ ਕਬੂਤਰ ਫਿੱਟ ਕਰਨ ਦੇ। ਆਹ ਸਾਲੇ ਕਬੂਤਰ ਬੈਠੇ ਨੇ ਜਿਹੜੇ, ਇਹਨਾਂ ਨਾਲ ਕੱਲ੍ਹ ਮੈਚ ਜਿੱਤਾਂਗੇ ਅਸੀਂ। ਉਹ ਇਹਨਾਂ ਦਾ ਤਾਂ ਅੰਮ੍ਰਿਤਸਰ ਹੀ ਪਤਾ ਲੱਗ ਗਿਆ ਸੀ ਬਾਈ, ਤੂੰ ਕਾਹਨੂੰ ਐਵੇਂ ਦਿਲ ਜਿਹਾ ਸਿੱਟੀ ਬੈਠਾ? ਬਾਈ ਜਿੱਤਾਂਗੇ ਆਪਾਂ। ਬਾਈ ਕਿਵੇਂ ਜਿੱਤਾਂਗੇ ਜਦੋਂ ਸਪੌਂਸਰ ਹੀ ਨਹੀਂ ਚਾਹੁੰਦਾ, ਕੋਚ ਨਹੀਂ ਚਾਹੁੰਦਾ। ਕੀ ਕਿਹਾ? ਕੋਚ ਨਹੀਂ ਚਾਹੁੰਦਾ? ਫਿੱਕ ਗਿਆ ਸਾਰਾ ਬੁੱਕੀਆਂ ਕੋਲ। ਸਪੌਂਸਰ ਕਹਿੰਦੇ ਸਾਡੀ ਟੀਮ 'ਤੇ ਪੈਸਾ ਬਹੁਤ ਲੱਗਿਆ, ਜੇ ਅਸੀਂ ਜਿੱਤ ਗਏ ਤਾਂ ਉਹਨਾਂ ਦਾ ਬਹੁਤ ਨੁਕਸਾਨ ਹੋਣਾ। ਬੁੱਕੀ, ਸਪੌਂਸਰ, ਕੋਚ ਸਭ ਮਿਲੇ ਨੇ ਸਾਲੇ। ਸਾਡਾ ਕੈਪਟਨ ਤਾਂ ਨਹੀਂ ਵਿਖਿਆ ਬਾਈ, ਗੋਲਣੀਆਂ ਲਵਾ ਦਿਆਂਗੇ। ਉਸ ਪਰਮਾਤਮਾ 'ਤੇ ਭਰੋਸਾ ਰੱਖ ਬਾਈ, ਕੱਲ੍ਹ ਨੂੰ ਆਪਾਂ ਕਬੱਡੀ ਦੇ ਮੈਦਾਨ ਵਿੱਚ ਜਿੱਤਣ ਲਈ ਉਤਰਾਂਗੇ। ਓਕੇ, ਸ਼ਾਬਾਸ਼, ਗੁੱਡ ਲੱਕ। ਜਿਹੜਾ ਵੀ ਉੱਤਰਦੀ ਆਵੇ ਮੈਨੂੰ ਧੌਣ ਮਾਰ। ਸ਼ਾਬਾਸ਼, ਆਉਂ ਮੇਰੇ। ਵੇਰੀ ਗੁੱਡ ਗਿਆ ਲੈ, ਵੇਰੀ ਗਿਆ ਜੀ। ਜਿੰਨਾ ਚਿਰ ਮੈਂ ਇੱਥੇ ਕੋਈ ਐਸੀ ਗੱਲ ਨਹੀਂ ਕਰਨੀ ਜਿਹਦੇ ਨਾਲ ਕੋਈ ਪੰਗਾ ਖੜਾ ਹੋਵੇ। ਜੀ ਹਾਂ, ਜੋ ਮੈਂ ਕਹੂੰਗਾ ਉਹੀ ਹੋਣਾ ਚਾਹੀਦਾ, ਸਮਝ ਗਏ ਨਾ? ਕਰਦੇ ਮੁੰਡੇ ਕਾਇਮ। ਹਾਂਜੀ, ਆਲ ਦੀ ਬੈਸਟ।
ਇਹ ਮੈਚ ਤੁਹਾਨੂੰ ਖੇਡ ਕੇ ਜਿੱਤਣਾ ਪੈਣਾ। ਕੀ ਗੱਲ ਸਿੰਗਾਰੇ ਨਾਲ ਸੈਟਿੰਗ ਨਹੀਂ ਹੋਈ? ਬਾਸਟਰਡ ਮਨੀ ਨਹੀਂ, ਹੀ ਇਜ਼ ਬਲੱਡੀ ਰੀਅਲ ਸਪੋਰਟਸਮੈਨ ਪਾਲ ਸਾਹਿਬ। ਸੰਧੂ ਹੁੰਦੇ ਚਿੰਤਾ, ਓਏ ਸੰਧੂ ਤਾਂ ਕੱਢ ਲੈ ਬੋਲ ਲੈ ਚੋ ਹੱਡੀ, ਐਵੇਂ ਨਹੀਂ ਬੇਬੇ ਨੇ ਨਾਂ ਰੱਖਿਆ ਸੁੱਚਾ ਸਿੰਘ ਕੋਚ ਕਬੱਡੀ। ਸੋ ਡੋਂਟ ਵਰੀ, ਹੋਏਗਾ ਉਹੀ ਜੋ ਸਾਡੇ ਪਾਲ ਸਾਹਿਬ ਚਾਹੁਣਗੇ। ਇਹਨਾਂ ਨੂੰ ਰਗੜ ਕੇ ਘੋਡੇ ਤੇ ਲਾਉਣਾ, ਸਾਲੇ ਕਬੂਤਰ ਕਦੋਂ ਕੰਮ ਆਉਣਗੇ। ਲੋ ਜੀ, ਕਬੱਡੀ ਦੇ ਟੀਮ ਨੇ ਮਾਰਤੀ ਸਿਟੀ ਤੇ ਹੋ ਗਿਆ ਵਰਲਡ ਕੱਪ ਦਾ ਪਹਿਲਾ ਮੈਚ ਸ਼ੁਰੂ, ਤੇ ਪਹਿਲਾ ਮੈਚ ਕੈਨੇਡਾ ਤੇ ਇੰਡੀਆ ਦੀ ਟੀਮ ਦੇ ਵਿੱਚ। ਆ ਗਿਆ ਕੈਨੇਡਾ ਵਾਲਾ ਛਿੰਡਾ ਮੱਥਾ ਟੇਕ ਕੇ, ਕੈਨੇਡਾ ਦਾ ਤਾਵੀ ਰੇਡ ਪਾਉਣ ਆ ਗਿਆ। ਦੇਖਦੇ ਹਾਂ ਪੁਆਇੰਟ ਕਿੱਧਰ ਜਾਂਦਾ। ਇਹ ਆ ਪੈ ਗਿਆ ਪੇਚਾ ਕਲੱਚ ਦੇ ਨਾਲ, ਬਾਅਦ ਚ ਟੱਕ ਕੇ ਚਿੰਬੜ ਗਿਆ ਲੱਗ ਨੂੰ ਅੱਜ। ਓਹ ਇਹ ਚੱਕਾ ਕਲੱਚ ਘੁੰਮ ਗਿਆ ਪਾਪਾ ਦੇ ਪਾਰ, ਵਾਪਸ ਆ ਕੇ ਫਿਰ ਜੱਫਾ ਨਾ ਚਲੋ। ਭਾਵੇਂ ਦੇਖਣ ਨੂੰ ਕਲੱਚ ਪਤਲਾ ਪਰ ਹੈ ਚਿੜੀ ਅੱਡੀ ਦਾ, ਇਹ ਨਹੀਂ ਜਾਣ ਦਿੰਦਾ ਪੁਆਇੰਟ। ਆਪਸ ਵਿੱਚ ਸੀ ਵੀ ਨਾ ਪਹਿਲਾ ਪੁਆਇੰਟ ਗਿਆ ਇੰਡੀਆ ਦੀ ਟੀਮ ਨੂੰ। ਆਪਸ ਵਿੱਚ ਕੋਟਾ ਭੰਗੜੇ ਬਿੱਟੂ ਦੇ ਮਾਰਿਆ ਹੱਥ ਵਿੱਚ, ਕਪਤਾਨ ਸਿੰਗਾਰਾ ਸਿੰਘ ਨੇ ਦਰਸ਼ਕਾਂ ਨੇ ਕੀਤਾ ਜ਼ੋਰਦਾਰ ਵੈਲਕਮ ਗੱਭਰੂ ਦਾ, ਪੱਥਰ ਦੀ ਮੂਰਤ ਵਰਗਾ ਸਰੀਰ ਹੈ ਜਵਾਨ ਦਾ, ਸਿੰਗਾਰੇ ਨੇ ਕੀਤਾ ਰੱਬ ਨੂੰ ਯਾਦ। ਮਾਰਤੀ ਥਾਪੀ ਪੱਟੇ, ਕੌਣ ਕਰੂ ਹਿੰਮਤ ਹੱਥ ਲਾਉਣ ਦੀ। ਸਿੰਗਾਰੇ ਦਾ ਸਰੀਰ ਦੇਖ ਕੇ ਸਾਰਿਆਂ ਦੇ ਪਸੀਨੇ ਖੁੱਲ ਰਹੇ ਨੇ। ਸਿੰਗਾਰਾ ਲੈ ਗਿਆ ਸਾਰਿਆਂ ਨੂੰ ਧੱਕ ਕੇ ਪਿੱਛੇ ਨੂੰ, ਦੇਖਦੇ ਹਾਂ ਕੌਣ ਮਾਈ ਦਾ ਲਾਲ ਸਿੰਗਾਰੇ ਨੂੰ ਹੱਥ ਲਾਉਂਦਾ। ਇੰਡੀਆ 2 ਤੇ ਕੈਨੇਡਾ 0। ਇਹ ਆ ਗਿਆ ਕੈਨੇਡਾ ਦਾ ਮਨਜੀਤ ਵਿਕਟ ਰੇਟ ਤੇ, ਜੂੜੇ ਦੇ ਰੁਮਾਲ ਸੋਹਣਾ ਸਰਦਾਰ, ਤੇ ਆਪ ਪੈ ਗਿਆ ਪੇਚਾ ਕਲੱਚ ਦੇ ਨਾਲ ਇੰਡੀਆ ਦਾ ਨੰਬਰ 1 ਸਟਾਪਰ। ਪੂਰਾ ਡਿਫਰੈਂਟ ਸਟਾਈਲ, ਦੇਖਦੇ ਹਾਂ ਕੀ ਬਣਦਾ। ਤੀਰਾ ਜਿਹੜਾ ਦੇ ਰਿਹਾ ਕੈਨੇਡਾ ਦੇ ਚਾਬੀਆਂ, ਦੇਖਦੇ ਹਾਂ ਕਿਹਦੇ ਨਾਲ ਪੇਚਾ ਪੈਂਦਾ ਤੀਰੇ ਦਾ। ਟਰਾਈ ਤੀਰੇ ਵੱਲੋਂ ਆ ਮਾਰੀ ਚੌਣ ਤੋੜ ਦੇ ਉੱਤੇ, ਤੇ ਬੱਕਰੇ ਵਾਂਗੂ ਟਾਲਿਆ ਮੈਦਾਨ ਦੇ ਵਿੱਚ ਕੈਨੇਡਾ ਵਾਲਿਆਂ ਨੇ। ਨਪਲੀ ਕਿੱਚੀ ਤੇ ਪੇਸ ਨਹੀਂ ਜਾਣ ਦਿੱਤੀ ਤੀਰੇ ਦੀ ਕੈਨੇਡਾ ਦੇ ਜਾਫੀ ਨੇ। ਆ ਬੱਚੀ ਸੀਟੀ ਤੇ ਪੁਆਇੰਟ ਦੇ ਦਿੱਤਾ ਗਿਆ ਕੈਨੇਡਾ ਦੀ ਟੀਮ ਨੂੰ। ਚੱਲਾ ਕੈਨੇਡਾ ਵਾਲਾ ਹੈਰੀ ਰੇਡ ਤੇ, ਆ ਦੇਖੋ ਕਿਵੇਂ ਪੰਪਾ ਪਾਰ ਨੱਚਦਾ ਇੰਡੀਆ ਦੇ ਜਾਫੀਆਂ ਦੇ ਵਿੱਚ। ਅਜਲੀ ਨੇ ਲਿਆ ਪੰਗਾ ਤੇ ਮਾਰਿਆ ਗੋਲੀਆਂ ਨੂੰ ਵਗਾ ਕੇ ਮੈਦਾਨ ਦੇ ਵਿੱਚ। ਇੰਡੀਅਨ ਟੀਮ ਦਾ ਕੈਪਟਨ ਆਪਣੀ ਰੈਪੂਟੇਸ਼ਨ ਬਚਾਉਣ ਲਈ ਪੂਰੇ ਜੋਸ਼ ਨਾਲ ਚੱਲਿਆ ਰੇਡ ਪਾਉਣ। ਆ ਦੇਖੋ ਸਿੰਗਾਰਾ ਮੇਲਦਾ ਕੈਨੇਡਾ ਦੇ ਜਾਫੀਆਂ ਦੇ ਵਿੱਚ, ਦੇਖਦੇ ਕੌਣ ਹਿੰਮਤ ਕਰਦਾ ਹੈ। ਰਗਵੀ ਕਿਆ ਘੈਂਟ ਚੀਜ਼ ਬਣਾਈ ਹੈ ਬੰਦੇ ਨੇ।
ਰੱਖ ਸਕਦਾ ਉਹਨਾਂ ਨੇ ਜ਼ਰੂਰ ਡਰਗ ਲਈ ਹੈ ਉਹ ਸਰ ਉਹਨਾਂ ਨੇ ਜਲੀ ਜੁਲਜੀ ਬਾਹਲੀ ਮਲੀ ਹੋਈ ਹੈ ਹਾਥੀ ਕਿੰਨਾ ਤਿਲਕੀ ਜਾਂਦਾ ਹੱਥ ਤਾਂ ਆਪੇ ਤਿਲਕਣਾ ਸੀ ਬਗਾਨੇ ਪੁੱਤਾਂ ਨੇ ਵੀ ਵਲੈਤੀ ਗਾਵਾਂ ਦਾ ਮੱਖਣ ਖਾਧਾ ਹੋਇਆ ਉਹਨਾਂ ਸਾਰਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਸਰ ਓਏ ਹੁਣ ਤੂੰ ਕਬੱਡੀ 'ਚ ਨਵੇਂ ਰੂਲ ਬਣਾਏਗਾ ਹੁਣ ਤੂੰ ਕਬੱਡੀ ਕੋਚ ਸੰਧੂ ਨੂੰ ਸਿਖਾਏਗਾ ਓਏ ਹਾਰ ਨੂੰ ਐਕਸੈਪਟ ਕਰਨਾ ਸਿੱਖੋ ਬੀ ਏ ਸਪੋਰਟਸਮੈਨ ਸੰਧੂ ਸਾਹਿਬ ਘੱਟੋ ਘੱਟ ਤੁਸੀਂ ਤਾਂ ਸਪੋਰਟਸਮੈਨਸ਼ਿਪ ਦੀ ਗੱਲ ਨਾ ਕਰੋ ਆਫ ਟਾਈਮ ਤੋਂ ਬਾਅਦ ਵੀ ਪਹਿਲੀ ਰੇਡ ਪਹੁੰਚ ਚੱਲਿਆ ਜਿੰਦਾ ਸਕੋਰ ਪਹਿਲਾਂ ਹੀ ਬਹੁਤ ਅੱਗੇ ਕੈਨੇਡੀਅਨ ਟੀਮ ਦਾ ਅਗਲਾ ਜਿੰਨ ਪਾਇਆ ਲੱਤ ਨੂੰ ਜੱਪਾ ਤੇ ਜਲੀ ਨੇ ਕੈਸਰ ਦਾ ਡਬਲ ਟੈਚ ਦਾ ਪੌਂਟ ਗੋਸ ਟੂ ਕੈਨੇਡਾ ਗਲਵ ਜਲੀ ਨੇ ਹੱਥ ਭਾਈ ਹੋਣ ਦੇ ਬਸ ਆਪਣਾ ਕਰਕੇ ਮਾਰੀ ਸਾਰਾ ਡਬਲ ਟੈਚ ਕਰਕੇ ਰੱਖਦਾ ਲੋ ਜੀ ਚੱਲਿਆ ਬਲਬੀਰ ਬਿੱਟੂ ਜਸਪਾਲ ਬਾਂਗਰ ਵਾਲਾ ਰੇਡ ਤੇ ਇੰਡੀਅਨ ਟੀਮ ਦਾ ਬਹੁਤ ਹੀ ਐਕਸਪੀਰੀਅੰਸ ਰੇਡਰ ਸਾਹਮਣੇ ਵਾਲੇ ਸਟਾਪਰ ਦੇ ਪੈਰਾਂ ਦੀ ਮੂਵਮੈਂਟ ਤਾੜਦਿਆਂ ਹੋਇਆ ਬਲਬੀਰ ਬਿੱਟੂ ਦੀ ਕਬੱਡੀ ਦਾ ਨਿਰਾਲਾ ਅੰਦਾਜ਼ ਹਮਾਰੇ ਜੀਵਨ ਨੇ ਟੱਚ ਤੇ ਹੋ ਗਏ ਦੋਨੋਂ ਥੋੜੋ ਥੋੜੀ ਦੋ ਸਾਨ ਫਿੜ ਰਹੇ ਨੇ ਯੂਕੇ ਦੇ ਮੈਦਾਨ ਦੇ ਵਿੱਚ ਦੋਨੋਂ ਹੀ ਆਪਣੇ ਪਨ ਦੇ ਮਾਹਰ ਦੇਖਦੇ ਆ ਪੁਆਇੰਟ ਕਿਹੜੀ ਹੀ ਮਿਲਦਾ ਕੈਚੀ ਮਾਰਨ ਦੀ ਕੋਸ਼ਿਸ਼ ਦੋਨੋਂ ਖਿਡਾਰੀ ਨਿਕਲੇ ਹੈ ਮੈਦਾਨ ਦੇ ਵਿੱਚ ਪੁੱਤਰ ਪੁੱਤਾ ਹੋ ਰਹੇ ਨੇ ਬਿੱਟੂ ਦੀ ਆਊਟਰ ਲਾਈਨ ਟੱਚ ਕਰਾਉਣ ਦੀ ਕੋਸ਼ਿਸ਼ ਆਜੀਵਨ ਫਿਰ ਵਾਪਸ ਲੈ ਗਿਆ ਪਰ ਬਿੱਟੂ ਨੇ ਪੂਰੀ ਸਟ੍ਰੈਂਥ ਨਾਲ ਬੈਟ ਟ੍ਰਾਈ ਕੀਤਾ ਤੇ ਆਰ ਕੋਸ਼ਿਸ਼ ਕਾਮਯਾਬ ਪੁਆਇੰਟ ਮਿਲਿਆ ਇੰਡੀਅਨ ਟੀਮ ਭਾਵੇਂ ਪੁਆਇੰਟ ਬਿੱਟੂ ਨੇ ਲੈ ਲਿਆ ਪਰ ਹਲੇ ਵੀ ਇੰਡੀਅਨ ਟੀਮ 15 ਪੁਆਇੰਟ ਪਿੱਛੇ ਉਹਨਾਂ ਨੇ ਮੈਚ ਜਿੱਤਣ ਲਈ ਬਹੁਤ ਤਕੜੀ ਕੋਸ਼ਿਸ਼ ਕਰਨੀ ਪਏਗੀ ਅੱਜ ਲਿਆ ਕੁਲਵਿੰਦਰ ਕਿੰਦਾ ਕੈਨੇਡਾ ਦੀ ਟੀਮ ਤੋਂ ਰੇਡ ਦੇ ਲਈ ਇੰਡੀਅਨ ਜਾਫਿਆਂ ਨੂੰ ਡਰਾਵਾ ਦਿੰਦਾ ਹੋਇਆ ਪੈ ਗਿਆ ਪੇਚਾ ਪਿੰਡੇ ਦੇ ਨਾਲ ਪਿੰਡੇ ਦੇ ਕਿੰਦੇ ਦੀ ਆਪਸ ਜਦੋਂ ਸਟਰਗਲ ਸੁਣੋ ਹੋ ਗਏ ਤੋਲੋ ਤੋਲੀ ਦੇਖਦੇ ਹਾਂ ਕਿਹੜਾ ਆਪਣੇ ਪੈਰਾਂ ਦੇ ਉੱਤੇ ਖੜਾ ਰਹਿੰਦਾ ਦੋਨਾਂ ਦੀ ਬਹੁਤ ਹੀ ਤਕੜੀ ਸਟਰਗਲ ਇੱਕ ਦੂਜੇ ਨੂੰ ਟਾਲ ਲਈ ਹੱਥ ਵਾਟੀਆਂ ਲੋਟੀਆਂ ਪਾਲ ਸਾਹਿਬ ਇੰਡੀਅਨ ਟੀਮ ਦਾ ਕੈਪਟਨ ਸਿੰਗਾਰਾ ਸਿੰਘ ਆ ਗਿਆ ਹੈ ਰੇਡ ਪੌਂਡ ਇੰਡੀਅਨ ਟੀਮ ਦੇ ਕੈਪਟਨ ਵੱਲੋਂ ਪੂਰੀ ਕੋਸ਼ਿਸ਼ ਮੈਚ ਨੂੰ ਬਚਾਉਣ ਦੀ ਦੁਬਾਰਾ ਪੰਗਾ ਲੈ ਰਿਹਾ ਜੀਵਨ ਦੇ ਸਿੰਗਾਰੇ ਦੇ ਨਾਲ ਦੋਨੋਂ ਹੋ ਗਏ ਆਪਸ ਵਿੱਚ ਤੋੜੋ ਤੋੜੀ ਮਹਿੰਦੀਆਂ ਨੇ ਤੋੜਾ ਜੋਰ ਅਜਮਾਈ ਹੋ ਰਹੀ ਹੈ ਦੋਨੋਂ ਜਵਾਨਾਂ ਦੀ ਆਪ ਪੈ ਰਹੀਆਂ ਇੱਕਾਂ ਨੇ ਚੱਲੀਆਂ ਲੱਗਦਾ ਹੈ ਵੀ ਸਿੰਗਾਰਾ ਸਿੰਘ ਕੋਈ ਮੁਕਤ ਨਹੀਂ ਹੈ ਪੁਆਇੰਟ ਦੇ ਆਪ ਸਾਰੇ ਜੀਵਨ ਦੇ ਹੱਥ ਰੱਖ ਚੁੱਕਾ ਇੰਡੀਅਨ ਟੀਮ ਦਾ ਕੈਪਟਨ ਜੀਵਨ ਦੇ ਸਿਖੰਡੇ ਦੇ ਵਿੱਚ ਹੁਣ ਅਗਲੀ ਰੇਡ ਪਾਉਣ ਜਾ ਰਿਹਾ ਕੈਨੇਡਾ ਦਾ ਖਿਲਾੜੀ ਛਿੰਦਾ ਪਿੰਡਾਂ ਬਾਲਾਂ ਨੂੰ ਚਟਕ ਕੇ ਕੰਪਟੀਸ਼ਨ ਦੇ ਵਿੱਚ ਘੁੰਮਦਾ ਹੋਇਆ ਦੇਖਦੇ ਹਾਂ ਕੌਣ ਹੱਥ ਪਾਉਂਦਾ ਕੈਨੇਡਾ ਦੇ ਖਿਲਾੜੀ ਛਿੰਦੇ ਨੂੰ ਦਰਸ਼ਕਾਂ ਦੇ ਵਿੱਚ ਕਬੱਡੀ ਨੂੰ ਦੇਖ ਕੇ ਰੋਮਾਂਚ ਕਬੱਡੀ ਦਰਸ਼ਕ
ਹੋਇਆ ਰੇਡੀਓ ਟਾਈਮ ਬਾਕੀ ਦੇਖਦੇ ਆ ਪੁਆਇੰਟ ਕਿਹਦੇ ਵੱਲ ਜਾਂਦਾ ਚਿੰਗਾਰਾ ਪੂਰੇ ਜ਼ੋਰ ਦੇ ਨਾਲ ਹੱਥਿਆ ਹੋਰ ਵੱਧਦਾ ਹੋਇਆ ਜੀਵਨ ਨੂੰ ਕੇ ਪਿੱਛੇ ਨੂੰ ਮਿਲਦਾ ਹੋਇਆ ਚਿੰਗਾਰੇ ਨੇ ਪੂਰੀ ਕਿਉਂ ਕੈਪਟਨ ਕਿੱਦਾਂ ਰਿਹਾ ਯੂ ਆਰ ਲੂਜ਼ਰ ਬੋਥ ਦਾ ਵੇਜ਼ ਮੈਚ ਵੀ ਗਿਆ ਪੈਸਾ ਵੀ ਗਿਆ ਤੁਸੀਂ ਮੈਨੂੰ ਧੋਖੇ ਨਾਲ ਹਰਾਇਆ ਮੈਂ ਆਪਣਾ ਇਮਾਨ ਨਹੀਂ ਵੇਚਿਆ ਆਪਣੀ ਮਾਂ ਦਾ ਸੌਦਾ ਨਹੀਂ ਕੀਤਾ ਅਸੀਂ ਮੈਚ ਤਾਂ ਨਹੀਂ ਖੇਲਦੇ ਪਰ ਗੇਮ ਖੇਲਦੇ ਹੁੰਦੇ ਹਾਂ ਗੇਮ ਨਾਟ ਵਿਦ ਮਸਲ ਬਟ ਵਿਦ ਬ੍ਰੇਨਸ ਮਿਸਟਰ ਲੂਜ਼ਰ ਤੁਸੀਂ ਆਪਣਾ ਸਮਾਨ ਪੈਕ ਸੰਧੂ ਸਾਹਿਬ ਉਹ ਕੀ ਕਹਿੰਦੇ ਹੁੰਦੇ ਨੇ ਪੰਜਾਬ 'ਚ ਆਪਣਾ ਬੋਰੀਆ ਬਿਸਤਰਾ ਨੋ ਨੋ ਇਹ ਪੁਰਾਣਾ ਹੋ ਗਿਆ ਡਾਇਲੌਗ ਹਾਂਜੀ ਉਹ ਕਹਿੰਦੇ ਨੇ ਵੀ ਚੱਕੋ ਆਪਣੀ ਟਿੰਡ ਫੋੜੀ ਨਹੀਂ ਨਹੀਂ ਉਹ ਕਹਿੰਦੇ ਨੇ ਚੱਕੋ ਭੰਗ ਉਹ ਨੋ 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 ਉਹਦਾ ਨਾਂ ਨਹੀਂ ਲੈਣਾ ਉਹ ਡਰੱਗ ਹੁੰਦੀ ਆ ਬੜੇ ਛੇਤੀ ਛਾਲਾ ਮਾਰ ਕੇ ਜਹਾਜ਼ ਚੜੇ ਸੀ ਬੰਦੇ ਬਣ ਕੇ ਸਮਾਨ ਚੱਕੋ ਆਪਦਾ ਅਸੀਂ ਨਹੀਂ ਜਾਂਦੇ ਜੋ ਕਰਨਾ ਕਰ ਲੈ ਤੁਹਾਡਾ ਤਾਂ ਬੜਾ ਵੀ ਜਾਊਗਾ ਪਾਸਪੋਰਟ ਸਾਰਿਆਂ ਦੇ ਮੇਰੇ ਕੋਲੇ ਨੇ 25-25 ਲੱਖ ਰੁਪਇਆ ਦਿੱਤਾ ਯੂਕੇ ਆਉਣ ਦਾ ਅਸੀਂ ਨਹੀਂ ਜਾਂਦੇ ਜੁੰਦੇ ਤੇ ਪਾਸਪੋਰਟ ਦੀ ਬਣਾ ਲੈ ਪੱਤੀ ਕੀ ਪ੍ਰੋਬਲਮ ਆ ਕੀ ਪ੍ਰੋਬਲਮ ਆ ਤੈਨੂੰ ਪਹਿਲਾਂ ਹੀ ਮੈਚ ਹਰਵਾ ਕੇ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ ਤੇ ਹੁਣ ਕਬੂਤਰਬਾਜ਼ੀ ਦਾ ਕਲੰਕ ਲਵਾਉਣ ਲੱਗੇ ਮੇਰੇ ਮੱਥੇ ਤੇ ਉਹ ਕਲੱਚ ਚੱਕੋ ਸਾਲਿਆਂ ਨੂੰ ਤੁਹਾਡਾ ਦਿਮਾਗ ਖਰਾਬ ਹੋਇਆ ਪਿੱਛੇ ਤੋਂ ਕੋਈ ਸ਼ਰਮਿਆ ਹੈ ਨਾਲੇ ਤੂੰ ਕੀ ਲੱਗਿਆ ਉਹ ਜਲੂਸ ਕਢਾਉਣ ਇਹ ਯੂਕੇ ਆ ਇੱਥੇ ਦੀ ਪੁਲਿਸ ਵੀ ਹੱਥਕੜੀ ਹੱਥ ਪਿੱਛੇ ਕਰਕੇ ਲਾਉਂਦੀ ਆ ਸਾਰੇ ਖੁਰਕਣ ਨੂੰ ਤਰਸੋਗੇ ਫਿਰ ਸੜਦੇ ਜੋ ਬੈਠੇ ਜੇਲ੍ਹਾਂ 'ਚ ਤੇਰੀ ਬੱਲੇ ਓ ਤੇਰੇ ਕਬੂਤਰਬਾਜ਼ੀਆਂ ਕਰੇ ਤੂੰ ਤੇ ਜੇਲ੍ਹਾਂ 'ਚ ਸੜੀਏ ਅਸੀਂ ਆਈ ਐਮ ਸੋਰੀ ਟੂ ਸੇ ਮਿਸਟਰ ਸੰਧੂ ਤੂੰ ਕੋਚ ਨਹੀਂ ਕੋਚਾਂ ਦੇ ਨਾਂ 'ਤੇ ਕਲੰਕ ਹੈ ਕਲੰਕ ਤੇ ਮੈਂ ਤੇਰੇ ਵਰਗੇ ਘਟੀਆ ਕੋਚ 'ਤੇ ਹੱਥ ਚੱਕਣਾ ਵੀ ਕਬੱਡੀ ਦੀ ਤੋਹੀਨ ਸਮਝਦਾ ਪਰ ਇੰਨਾ ਜ਼ਰੂਰ ਹੈ ਜਿਵੇਂ ਤੂੰ ਮੈਨੂੰ ਡੋਬਿਆ ਨਾ ਮੈਂ ਤੈਨੂੰ ਤੇ ਤੇਰੇ ਕਬੂਤਰਾਂ ਨੂੰ ਨਾਲ ਹੀ ਲੈ ਕੇ ਡੁੱਬੂ ਪਚਦਾ ਕੋਈ ਵੀ ਨਹੀਂ ਕਲੱਚ ਸੱਟੋ ਸਾਲਿਆਂ ਨੂੰ ਫੜ ਕੇ ਹੈਲੋ ਯੈਸ ਯੈਸ ਪਲੀਜ਼ ਕਨੈਕਟ ਮੀ ਟੂ ਦ ਪੁਲਿਸ ਯੈਸ ਯੈਸ ਦੇਰ ਇਜ਼ ਅ ਫਾਈਟ ਗੋਇੰਗ ਔਨ ਡਾਊਨ ਹੇਅਰ
ਬ੍ਰੇਕਿੰਗ ਨਿਊਜ਼, ਯੂਕੇ ਵਿੱਚ ਕਬੱਡੀ ਦੀ ਆੜ ਚ ਕਬੂਤਰਬਾਜ਼ੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼। ਪੁਲਿਸ ਨੇ ਪਲੇਅਰਸ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਪੈਸੇ ਦੀ ਵੰਡ ਨੂੰ ਲੈ ਕੇ ਲੜ ਰਹੇ ਸਨ। ਪੰਜਾਬ ਦਾ ਉੱਚ ਕੋਟੀ ਦਾ ਖਿਡਾਰੀ ਸ਼ਿੰਗਾਰਾ ਸਿੰਘ ਤੇ ਸ਼ਾਨੀ ਪੰਜਾਬ ਕਬੱਡੀ ਫੈਡਰੇਸ਼ਨ ਦਾ ਕੋਚ ਲੰਡਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਟੀਮ ਦੇ 3 ਨਕਲੀ ਖਿਡਾਰੀਆਂ ਨੇ ਕਬੂਲ ਕੀਤਾ ਕਿ ਉਹਨਾਂ ਨੂੰ ਯੂਕੇ ਲਿਆਉਣ ਲਈ 25-25 ਲੱਖ ਰੁਪਇਆ ਲਿਆ ਗਿਆ ਸੀ। ਯੂਕੇ ਪੁਲਿਸ ਨੇ ਬਾਕੀ ਪੂਰੀ ਟੀਮ ਨੂੰ ਇੰਡੀਆ ਵਾਪਸ ਰਿਪੋਰਟ ਕਰ ਦਿੱਤਾ ਹੈ, ਪਰ ਟੀਮ ਦੇ ਕੋਚ ਸੁਚਾ ਸਿੰਘ ਸੰਧੂ ਤੇ ਟੀਮ ਦਾ ਕਪਤਾਨ ਸ਼ਿੰਗਾਰਾ ਸਿੰਘ ਇਸ ਵੇਲੇ ਯੂਕੇ ਜੇਲ੍ਹ ਦੀ ਹਵਾ ਖਾ ਰਹੇ ਨੇ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਇਹਨਾਂ ਦੇ ਤਾਰ ਉਹਨਾਂ ਖਿਡਾਰੀਆਂ ਨਾਲ ਵੀ ਜੁੜੇ ਹੋ ਸਕਦੇ ਨੇ ਜਿਹੜੇ ਪਿਛਲੇ ਦਿਨੀ ਯੂਕੇ ਏਅਰਪੋਰਟ ਤੇ ਕਰੋੜਾਂ ਰੁਪਏ ਦੀ ਹੀਰੋਇਨ ਸਮੇਤ ਫੜੇ ਗਏ ਸੀ। ਮੁੰਡੇ ਦੇ ਤੁਰਨ ਵੇਲੇ ਮੂੰਹ ਸਜਾਈ ਬੈਠੇ ਸੀ, ਪਰ ਸ਼ਗਨੀ ਦਾ ਮੂੰਹ ਤਾਂ ਕਾਲਾ ਹੋਣਾ ਹੀ ਸੀ। ਮੂੰਹ ਕਾਲਾ ਤਾਂ ਮੇਰਾ ਹੋ ਗਿਆ, ਘਰੋਂ ਬਾਹਰ ਨਿਕਲਣ ਜੋਗਾ ਨਹੀਂ ਰਿਹਾ ਮੈਂ। ਮਿਸਟਰ ਸਿੰਗਾਰਾ, ਸਮਵਨ ਵਾਂਟਸ ਟੂ ਸੀ ਯੂ। ਕਿਰਨ ਤੂੰ ਇੱਥੇ ਕਿਸ ਤਰ੍ਹਾਂ? ਹਾਂ ਸੱਚ, ਹਨੀਮੂਨ ਤੇ ਆਈ ਹੋਏਗੀ ਸੰਦੀਪ ਨਾਲ। ਹਾਂ ਬਈ, ਕਰੋੜਪਤੀ ਬਾਪ ਦੀ ਬੇਟੀ ਹੈ, ਉੱਤੋਂ ਕ੍ਰਿਕੇਟਰ ਦੇ ਨਾਲ ਵਿਆਹ। ਜੋ ਤੂੰ ਸੋਚ ਰਿਹਾ ਨਾ ਸ਼ਿੰਗਾਰੇ, ਐਸਾ ਕੁਛ ਵੀ ਨਹੀਂ ਹੈ। ਮਤਲਬ ਸੰਦੀਪ ਇੰਡੀਅਨ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋਣ ਲਈ ਉਹਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਾ ਲਿਆ। ਪਰ ਕਿਉਂ? ਕਿਉਂਕਿ ਇੱਕ ਮਿਨਿਸਟਰ ਦੀ ਬੇਟੀ ਸੀ, ਸਪੋਰਟਸ ਮਿਨਿਸਟਰ ਦੀ ਬੇਟੀ। ਉਸਦੇ ਫਾਦਰ ਨੇ ਸ਼ਰਤ ਰੱਖੀ ਸੀ ਕਿ ਜੇ ਸੰਦੀਪ ਇੰਡੀਅਨ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਉਹਨੂੰ ਉਸਦੀ ਮੈਂਟਲੀ ਰਿਟਾਰਡਡ ਲੜਕੀ ਨਾਲ ਵਿਆਹ ਕਰਾਉਣਾ ਪਏਗਾ। ਅਤੇ ਸੰਦੀਪ, ਉਹਦੇ ਮਨ ਵਿੱਚ ਮੇਰੇ ਬਾਰੇ ਇੱਕ ਵਾਰ ਵੀ ਖਿਆਲ ਨਹੀਂ ਆਇਆ ਅਤੇ ਉਹਨੇ ਵਿਆਹ ਲਈ ਹਾਂ ਕਹਿਤੀ। ਸ਼ਿੰਗਾਰੇ, ਮੈਨੂੰ ਪਤਾ ਹੈ ਕਿ ਮੈਂ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਹੋ ਗਈ ਸੀ, ਪਰ ਸੰਦੀਪ ਤਾਂ ਮੇਰੇ ਨਾਲੋਂ ਵੀ ਵੱਧ ਕੇ ਮਟੀਰੀਅਲਿਸਟਿਕ ਨਿਕਲਿਆ। ਕਿਰਨ, ਜੋ ਲੋਕ ਪੈਸੇ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਕਿਸੇ ਰਿਸ਼ਤੇ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਹਾਂ ਸੱਚ, ਤੂੰ ਇੱਥੇ ਕਿਸ ਤਰ੍ਹਾਂ? ਮੈਂ ਆਪਣੀਆਂ ਪੁਰਾਣੀਆਂ ਯਾਦਾਂ ਨਾਲ ਕੋਈ ਨਾਤਾ ਨਹੀਂ ਸੀ ਰੱਖਣਾ ਚਾਹੁੰਦੀ, ਇਸ ਲਈ ਇੱਥੇ ਯੂਕੇ ਵਿੱਚ ਸ਼ਿਫਟ ਹੋ ਗਏ। ਇੱਥੇ ਇੱਕ ਫੇਮਸ ਲੋਇਰ ਨੇ, ਮਿਸਟਰ ਡੈਨੀਅਲ, ਉਹਨਾਂ ਨੂੰ ਅਸਿਸਟ ਕਰ ਰਹੀ ਹਾਂ। ਅੱਜ ਜਦ ਨਿਊਜ਼ ਪੇਪਰ 'ਚ ਤੇਰੇ ਬਾਰੇ ਪੜ੍ਹਿਆ ਕਿ ਤੈਨੂੰ ਅਰੈਸਟ ਕਰ ਲਿਆ, ਅਤੇ ਬਸ ਮੇਰੇ ਕੋਲ ਰਿਹਾ ਨਹੀਂ ਗਿਆ ਅਤੇ ਤੈਨੂੰ ਮਿਲਣ ਆ ਗਏ। ਕਿਰਨ, ਤੈਨੂੰ ਇੱਥੇ ਦੇਖ ਕੇ ਇੰਝ ਲੱਗਦਾ ਕਿ ਰੱਬ ਸਦਾ ਸੱਚਿਆਂ ਬੰਦਿਆਂ ਦੇ ਨਾਲ ਹੁੰਦਾ, ਪਰ ਤੀਸਾਂ ਵਿੱਚ ਤਾਂ ਰੱਬ ਬਣ ਕੇ ਬਹੁਣੀ ਹੈ ਤੂੰ ਮੇਰੇ ਲਈ। ਤੂੰ ਫਿਕਰ ਨਾ ਕਰ ਸ਼ਿੰਗਾਰੇ, ਸਭ ਕੁਛ ਠੀਕ ਹੋ ਜਾਣਾ। ਮੈਂ ਮਿਸਟਰ ਡੈਨੀਅਲ ਨਾਲ ਸਾਰੀ ਗੱਲ ਕਰ ਲਈ ਹੈ ਐਂਡ ਹੀ ਇਜ਼ ਅ ਫੇਮਸ ਲਾਇਰ, ਹੀ ਵਿਲ ਫਾਈਟ ਯੋਰ ਕੇਸ। ਆਪਣਾ ਸ਼ਿੰਗਾਰਾ ਤਾਂ ਹੀਰਾ ਹੈ ਹੀਰਾ, ਜੇ ਸ਼ਿੰਗਾਰੇ ਥਾਵੇਂ ਕੋਈ ਹੋਰ ਹੁੰਦਾ ਤੰਦੂ ਵਰਗਿਆਂ ਤੋਂ ਪੈਸੇ ਫੜ ਕੇ ਪਾਏ ਹੋਣੇ ਸੀ ਉਹਨੇ ਜੇਬ 'ਚ। ਇਹ ਸਭ ਸੰਧੂ ਅਤੇ ਉਹ ਪ੍ਰਮੋਟਰ ਦੀ ਮਿਲੀ ਭੁੱਖ ਸੀ ਅਤੇ ਫਸ ਗਿਆ ਆਪਣੇ ਵਾਲਾ ਬੇਕਸੂਰ। ਕਿਹੜਾ ਬੇਕਸੂਰ? ਜਿਹੜਾ ਇੰਗਲੈਂਡ ਦੀ ਜੇਲ੍ਹ 'ਚ ਬੈਠਾ।
ਸਤਿ ਸ਼੍ਰੀ ਅਕਾਲ ਗੁਰਦਿਆਲ ਸਿੰਘ, ਬੈਠੋ। ਅਸੀਂ ਇੱਥੇ ਬੈਠਣ ਨਹੀਂ ਆਏ ਸਰਦਾਰ ਸਾਹਿਬ, ਦੋ ਟੁੱਕ ਗੱਲ ਕਰਨ ਆਏ ਹਾਂ। ਚੰਦ ਸਿੰਘ, ਕੀ ਗੱਲ ਹੈ? ਸਰਦਾਰ ਸਾਹਿਬ, ਅਸਲ 'ਚ ਓਏ ਤੂੰ ਹੁਣ ਕੀ ਇਹ ਕਰੀ ਜਾਂਦਾ? ਜੇ ਤਾਂ ਇੱਥੋਂ ਬੋਲ ਕੇ ਦੱਸ ਹੁੰਦਾ ਤਾਂ ਮੈਂ ਕਹਿ ਦਿੰਦਾ। ਜਿਵੇਂ ਤੇਰੀ ਮਰਜ਼ੀ। ਦੇਖੋ ਜੀ, ਸਿੱਧੀ ਗੱਲ ਇਹ ਹੈ, ਸਾਨੂੰ ਇਸ ਘਰ ਨਾਲ ਰਿਸ਼ਤਾ ਬਿਲਕੁਲ ਮਨਜ਼ੂਰ ਨਹੀਂ। ਕਿਉਂ ਗੁਰਦਿਆਲ ਸਿੰਘ? ਕਿਉਂ? ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਬਈ ਤੇਰਾ ਪੁੱਤ ਕਬੱਡੀ ਦੀ ਯਾਰ ਥੱਲੇ ਕੀ ਕਰਦਾ ਹੈ। ਲੋਕਾਂ ਨੇ ਟੈਲੀਵਿਜ਼ਨ ਤੇ ਦੇਖ ਲਿਆ, ਅਖਬਾਰਾਂ 'ਚ ਖਬਰਾਂ ਛਪ ਗਈਆਂ, ਤੂੰ ਮੈਨੂੰ ਪੁੱਛਦਾ ਕਿਉਂ? ਉਹ ਇਹਦੇ 'ਚ ਉਹਦਾ ਕੋਈ ਕਸੂਰ ਨਹੀਂ ਸਰਦਾਰ ਸਾਹਿਬ। ਆਹ ਮੁੰਡਾ ਕਿਰਪਾਲ ਸਿੰਘ ਉਹਦੇ ਨਾਲ ਹੀ ਅਸੀਂ ਇੰਗਲੈਂਡ, ਇਹਨੂੰ ਪੁੱਛ ਲਓ ਬੇਕਸੂਰ ਹੈ ਉਹ। ਅਸੀਂ ਕਿਹਨੂੰ ਕਿਹਨੂੰ ਦੱਸਦੇ ਫਿਰਾਂਗੇ? ਅੱਜ ਉਹ ਕਬੂਤਰਬਾਜ਼ੀ 'ਚ ਫੜਿਆ ਗਿਆ, ਹੋ ਸਕਦਾ ਕੱਲ੍ਹ ਨੂੰ ਡਰੱਗ ਸਮਗਲਰ ਨਿਕਲਿਆ ਵੇ। ਅਸੀਂ ਇਹੋ ਜਿਹੀ ਰਿਸ਼ਤੇਦਾਰੀ ਤੋਂ ਉਈ ਚੰਗੇ ਹਾਂ। ਚੰਦ ਸਿਆ, ਚੱਲ ਇਹਨਾਂ ਦਾ ਟੂਮ ਛੱਲਾ, ਕੱਲ੍ਹ ਨੂੰ ਮੋੜ ਜੀ ਆ ਕੇ ਆ ਜਾ। ਮਾਫ਼ ਕਰਨਾ ਨਛੱਤਰ ਸਿਆ, ਗੱਲ ਵਸੋਂ ਬਾਹਰ ਹੋ ਗਈ। According to the investigation, it is clear that Mr. Sandhu and Mr. Paul are mastermind behind illegal human trafficking. Mr. Nika Singh from India is also a culprit. I will refer this case to Government of India to take action against travel agent Nika Singh. Mr. Sandhu and Mr. Paul are sentenced to 2 years imprisonment. Mr. Shingara Singh, you are acquitted from further investigation. Thank you very much, sir. Thank you very much, Mr. Daniel. Thanks. It was not possible without you. It's my pleasure, sir. Thanks. Sorry, Sandhu Saab. ਮੇਰੇ ਨਾਲ ਤੁਹਾਨੂੰ ਵੀ ਜੇਲ੍ਹ ਜਾਣਾ ਪੈ ਰਿਹਾ, ਵੈਸੇ ਬਚਾਉਣ 'ਚ ਵੀ ਕੋਈ ਕਸਰ ਨਹੀਂ ਛੱਡੀ। ਪਾਲ ਸਾਹਿਬ, ਮੈਂ ਵੀ ਇਹੀ ਸੋਚ ਰਿਹਾ ਸੀ ਬਈ ਹੋਰ ਥੋੜ੍ਹੇ ਨਾਂ ਸੀ ਰੱਖਣ ਨੂੰ। ਬੁੜੀ ਨੇ ਐਵੇਂ ਨਾਂ ਰੱਖਤਾ ਸੁੱਚਾ ਸਿੰਘ ਕੋਚ ਕਬੱਡੀ। ਮੈਂ ਤੇਰਾ ਇਹ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਕਮਾਨ ਸ਼ਿੰਦਾ, ਆਪਣੇ ਹੱਥ ਵੀ ਕਦੇ ਅਹਿਸਾਨ ਕਰੀ ਤੇ? ਇਟਸ ਓਕੇ ਸ਼ਿੰਗਾਰੀ।
ਯਾਦ ਰੱਖੀ ਪਿੰਦਿਆ, ਉਹਨੂੰ ਮਾਰਨਾ ਨਹੀਂ ਫੱਟੜ ਕਰਨਾ, ਫੱਟੜ, ਤਾਂ ਕਿ ਸਾਰੀ ਉਮਰ ਸਾਲਾ ਕਬੱਡੀ ਖੇਡਣ ਨੂੰ ਤਰਸਦਾ ਰਹੇ। ਓਏ, ਉਹਨੇ ਆਪਾਂ ਨੂੰ ਯੂਕੇ 'ਚ ਨਹੀਂ ਰਹਿਣ ਦਿੱਤਾ, ਆਪਾਂ ਉਹਨੂੰ ਸਾਲੇ ਨੂੰ ਕਬੱਡੀ 'ਚ ਨਹੀਂ ਰਹਿਣ ਦੇਣਾ। ਭਾਈ, ਤੁਸੀਂ ਫਿਕਰ ਨਾ ਕਰੋ, ਉਹ ਏਅਰਪੋਰਟ ਤੋਂ ਕਰਨੀ ਸਿੱਧਾ ਹਸਪਤਾਲ ਜਾਊ। ਆ ਗਿਆ ਓਏ, ਚੱਲ ਖਿੱਚ ਦੇ ਗੱਡੀ। ਸ਼ਿੰਗਾਰਾ ਤੂੰ ਕਿੱਥੇ? ਉਹ ਸਾਹਮਣੇ ਕਮਰੇ 'ਚ। ਉਹ ਤੋ ਚੇਤੀ ਸ਼ਿੰਗਾਰੇ ਪੁੱਤ, ਬੀਜੀ ਆ ਦਿਨ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਈ? ਮਰ ਤਾਂ ਮੈਂ ਜਾਂਦਾ ਬੀਜੀ, ਕੀ ਕਰਨਾ ਮੈਂ ਹੁਣ? ਜਿਉਂ ਕੇ ਕੋਈ ਹੱਜ ਨਹੀਂ ਤੇਰੇ ਜਿਉਣ ਦਾ। ਕੀ ਦਿੱਤਾ ਉਹ ਤੇਰੀ ਕੌਡੀ ਨੇ ਤੈਨੂੰ? ਬੇਇੱਜ਼ਤੀ, ਬਦਨਾਮੀ, ਆ ਪਿਆ ਹੁਣ ਲੰਗੜਾ ਹੋਇਆ। ਤੂੰ ਨਹੀਂ ਕਰ ਸਕਦੇ ਆ ਕੋਈ ਵੇਲੇ ਉਹ ਜੀ ਗੱਲ ਕਰਨ ਦਾ? ਇਹਦੇ ਨਾਲੋਂ ਤਾਂ ਚੰਗਾ ਸੀ ਮੈਂ ਆਪ ਇਹਦੀਆਂ ਲੱਤਾਂ ਤੋੜ ਕੇ ਇਹਨੂੰ ਘਰੇ ਬਿਠਾ ਦਿੰਦਾ। ਵੀਰ ਜੀ, ਤੁਸੀਂ ਬੋਲਣ ਲੱਗਿਆ ਵਕਤ ਬੇਵਕਤਾ ਦੇਖ ਲਿਆ ਕਰੋ। ਕੁੜੇ ਅਗਲਿਆਂ ਨੇ ਵਕਤ ਦੇਖਿਆ ਸੀ? ਕਿਹੜੇ ਹਾਲੀ ਬੈਠੇ ਸੀ ਘਰ ਜਦੋਂ ਗੁਰਦਿਆਲ ਸਿੰਘ ਆ ਕੇ ਟੱਕੇ ਵਰਗਾ ਜਵਾਬ ਦੇ ਗਿਆ? ਇਹਦੇ ਕਰਕੇ ਮੇਰੀ ਧੀ ਦਾ ਰਿਸ਼ਤਾ ਟੁੱਟ ਗਿਆ। ਰਾਣੋ ਦਾ ਰਿਸ਼ਤਾ? ਹਾਂ ਬਾਪੂ ਜੀ, ਤੁਸੀਂ ਵੀਰ ਨੂੰ ਹੌਸਲਾ ਦੇਣ ਆਇਓ ਕਿ ਲੜਨ? ਲੜਾ ਨਾ, ਇਸ ਕੌਡੀ ਨੇ ਪਹਿਲਾਂ ਮੇਰਾ ਕੜੀ ਵਰਗਾ ਭਰਾ ਖਾ ਲਿਆ ਤੇ ਹੁਣ ਇਹ ਪਿਆ ਆਵਾਜ਼ ਬਣਿਆ। ਜਨਾਬ ਮੇਰੀ ਗੱਲ ਤਾਂ ਸੁਣੋ ਤੁਸੀਂ। ਜਨਾਬ ਦੇਖੋ, ਇਸ ਤਰ੍ਹਾਂ ਬੇਰੁਜ਼ਗਾਰ ਬੰਦਿਆਂ ਨੂੰ ਬਾਹਰ ਭੇਜਦੇ ਆ। ਦੇਖੋ, ਬਾਹਰ ਭੇਜਣਾ ਕੋਈ ਗੁਨਾਹ ਥੋੜੀ ਹੈ। ਕੋਈ ਗੁਨਾਹ ਨਹੀਂ, ਪਰ ਗਲਤ ਤਰੀਕੇ ਨਾਲ ਬਾਹਰ ਭੇਜਣਾ ਗੁਨਾਹ ਹੈ। ਗਲਤ ਤਰੀਕੇ ਨੂੰ ਮੈਂ ਕਿਹੜਾ ਸਾਈਕਲ 'ਤੇ ਚੜਾ ਕੇ ਭੇਜਤਾ ਜੀ? 25-25 ਲੱਖ ਲੈ ਕੇ ਕਬੱਡੀ ਟੀਮ 'ਚ 3 ਕਬੂਤਰ ਫਿੱਟ ਕੀਤੇ ਨੇ ਨਾ ਤੂੰ? ਇੰਟਰਪੋਲ ਵੱਲੋਂ ਇਨਕੁਆਇਰੀ ਆਈ ਆ ਤੇਰੀ? ਜਨਾਬ ਲੈ ਦੇ ਕੇ ਇੱਥੇ ਨਵੇੜ ਲੈਣੇ ਆ। ਸਾਲਾ ਨਵੇੜਨ ਦਾ, 6 ਸਾਲਾਂ ਨੂੰ ਗੱਡੀ 'ਚ। ਜਨਾਬ ਮੇਰੀ ਗੱਲ ਤਾਂ ਸੁਣੋ ਤੁਸੀਂ। ਨਿਕਾ ਸਿੰਘ ਲੰਮਟੀ, ਤੈਨੂੰ ਕੋਈ ਗਲਤ ਫਹਿਮੀ ਹੋ ਗਈ? ਅੱਛਾ ਸੀ ਕਰਦੇ ਆ ਤੈਨੂੰ। ਉਹ ਮੈਂ ਸੀ ਯਾਰ, ਕਿਹਨਾਂ ਦਾ ਮਗਰ ਵੀ ਅੱਜ ਫੇਰ ਪੀ ਕੇ ਆ ਗਿਆ। ਸ਼ਿੰਗਾਰੇ, ਇਹ ਤੂੰ ਕੀ ਰਾਹ ਫੜ ਲਿਆ? ਰੋਜ਼ ਪੀ ਕੇ ਆ ਜਾਂਦਾ ਵੇ, ਮਾੜੀਆਂ ਮੋਟੀਆਂ ਹੱਡੀਆਂ ਜੁੜੀਆਂ ਨੇ, ਡੇਕੇ ਫੇਰ ਤੁੜਾਉਣੀਆਂ ਨੇ। ਹੌਲੀ ਬੋਲੋ ਭੈਣ ਜੀ, ਜੇ ਵੀਰ ਜੀ ਉੱਠ ਗਏ ਨਾ ਤਾਂ ਹੋਰ ਕਲੇਸ਼ ਖੜਾ ਹੋ ਜੂਗਾ। ਸ਼ਿੰਗਾਰੇ ਪੁੱਤ, ਤੂੰ ਕਿਉਂ ਦੁਖੀ ਕਰਦਾ ਮਾਵਾਂ ਨੂੰ? ਹੁਣ ਤਾਂ ਕੌਡੀ ਨਹੀਂ ਖੇਡਦਾ, ਅਜੇ ਵੀ ਦੁਖੀ ਹੋ? ਵਿਆਹੇ ਸ਼ਰਾਬਾਂ ਪੀ ਕੇ ਤਾਂ ਨਹੀਂ ਕੌਡੀਆਂ ਖੇਡੀਆਂ ਜਾਣੀਆਂ। ਤੂੰ ਦਵਾਈ ਬੁੱਟੀ ਖਾ, ਦੁੱਧ ਘਿਓ ਖਾ,
ਵੀਰੇ ਤੂੰ ਤਾਂ ਨਸ਼ਿਆਂ ਦੇ ਖਿਲਾਫ ਮੁੰਡਿਆਂ ਨੂੰ ਲੈਕਚਰ ਦਿੰਦਾ ਹੁੰਦਾ ਸੀ, ਹੁਣ ਆ ਵੀ ਨਹੀਂ ਵੀਰੇ, ਤੂੰ ਮੇਰਾ ਉਹ ਵੀਰਾ ਨਹੀਂ ਰਿਹਾ। ਮੈਂ ਹੁਣ ਉਹ ਨਹੀਂ ਰਿਹਾ, ਮੈਂ ਤਾਂ ਪਾਜਿਆ ਲੰਗੜਾ, ਮੇਰੇ ਕਰਕੇ ਮੇਰੀ ਭੈਣ ਦਾ ਘਰ ਵਸਣ ਤੋਂ ਪਹਿਲਾਂ ਹੀ ਚਿੜ ਗਿਆ, ਮੇਰੇ ਕਰਕੇ ਮੇਰੇ ਬਾਪ ਨੂੰ ਲੋਕਾਂ ਦੇ ਤਾਨੇ ਮਿਹਣੇ ਸੁਣਨੇ ਪੈਂਦੇ ਨੇ, ਲੱਤ ਤੜਵਾ ਕੇ ਭਾਰ ਬਣ ਗਿਆ ਤੁਹਾਡੇ ਤੇ ਭਾਰ। ਵੇਖੇ ਤੇ ਪੁੱਤ ਵੀ ਮਾਪਿਆਂ ਤੇ ਭਾਰ ਹੁੰਦੇ ਨੇ। ਭਾਰੀਆਂ ਮੈਂ ਤੁਹਾਡੇ ਤੇ ਅਪਾਹਜ ਲੰਗੜਾ ਅਪਾਹਜ ਅਪਾਹਜ। ਮੇਰੇ ਕਿੱਥਣ ਦਾ ਸੁਪਨਾ ਮੇਰਾ ਚਾਚਾ ਰਣਜੀਤ। ਇੰਗਲੈਂਡ ਦੇ ਮੈਦਾਨ ਚ ਤੂੰ ਜਿੱਤ ਕੇ ਲਿਆਉਣਾ ਇੰਗਲੈਂਡ ਤੋਂ ਵਰਲਡ ਕੱਪ। ਲੂਜ਼ਰ ਨਹੀਂ ਹੋਣਾ ਤੂੰ, ਲੜ ਦੇ ਤੇਰੇ ਲੜ ਦੇ ਤੇਰੇ। ਲੂਜ਼ਰ ਲੜ ਦੇ ਤੇਰੇ ਲੜ ਦੇ ਤੇਰੇ। ਰਣਜੀਤ ਸਿੰਘ ਦੇਖ ਲੈ ਤੇਰੇ ਵੱਡੇ ਭਰਾ ਨੂੰ ਕੀ ਦੇਖਣਾ ਪੈ ਰਿਹਾ। ਤੈਨੂੰ ਤਾਂ ਧੋਖੇ ਨਾਲ ਡਰੱਗ ਦਿੱਤੀ ਸੀ ਨਾ, ਪਰ ਤੇਰਾ ਭਤੀਜ ਉਹ ਤਾਂ ਆਪਣੇ ਹੱਥੀਂ ਜ਼ਹਿਰ ਪੀ ਰਿਹਾ। ਵੀਰ ਜੀ ਆ ਜਾਓ ਰੋਟੀ ਖਾ ਲਓ। ਲਿਆ ਵੀਰੇ ਮੈਂ ਮੂੰਹ ਹੱਥ ਧੋ ਦਿੰਦੀ ਹਾਂ। ਲੱਤੀ ਟੁੱਟੀ ਹੈ, ਹੱਥ ਹੈਗੇ ਨੇ ਅਜੇ ਮੇਰੇ। ਸ਼ਿੰਗਾਰੇ ਛੋਟੀ ਭੈਣ ਨਾਲ ਏਦਾਂ ਗੱਲ ਕਰੀ ਦੀ ਆ। ਆ ਪੁੱਤ ਬੈਠ, ਮੈਂ ਤੈਨੂੰ ਰੋਟੀ ਪਾ ਦਿਆਂ। ਤੂੰ ਰਾਤੀ ਵੀ ਨੀ ਕੁਛ ਖਾਧਾ? ਭੁੱਖ ਨੀ ਮੈਨੂੰ। ਭੁੱਖ ਕਿਉਂ ਨੀ ਆ ਪੁੱਤ, ਇਉਂ ਖਾਲੀ ਪੇਟ ਸ਼ਰਾਬ ਪੀਣ ਨਾਲ ਮੇਦੇ ਚ ਗਰਮੀ ਪੈ ਗਈ ਹੋ। ਲੈ ਆ ਲੱਸੀ ਦਾ ਗਲਾਸ ਪੀ ਲੈ। ਲੱਸੀ ਕਿਤੇ ਚੰਗੀ ਲੱਗਦੀ ਹੈ ਇਹਨੂੰ, ਠੇਕਾ ਖੁੱਲ ਗਿਆ ਹੋਣਾ। ਇਹ ਆਪਣਾ ਸ਼ਿੰਗਾਰਾ ਕਿਹੜੇ ਰਾਹ ਤੁਰ ਪਿਆ ਨਛੱਤਰ ਸਿਆਂ, ਸਾਰਾ ਦਿਨ ਸ਼ਰਾਬ ਦੀ ਬੋਤਲ ਖੋਲ ਕੇ ਠੇਕੇ ਦੇ ਬਾਹਰ ਬੈਠਾ ਰਹਿੰਦਾ ਹੈ। ਓਏ ਮੈਂ ਕੀ ਕਹਾਂ ਦੇਸ ਰਾਮਾ, ਮੇਰੇ ਨਾਲ ਤਾਂ ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਉਹ ਗੱਲ ਨਹੀਂ ਕਰਦਾ ਨਾ, ਤੂੰ ਤੇ ਗੱਲ ਕਰ ਸਕਦਾ ਨਾ, ਪਿਓ ਏ ਉਹਦਾ। ਨਛੱਤਰ ਸਿਆਂ ਸੰਭਾਲ ਲੈ ਮੁੰਡੇ ਨੂੰ, ਨਹੀਂ ਤਾਂ ਬਹੁਤ ਪਛਤਾਏਗਾ, ਬਹੁਤ ਪਛਤਾਏਗਾ। ਮੈਂ ਚੱਲਦਾ ਚੱਲਦਾ।
ਹੁਣ ਤਾਂ ਪਿੰਡ ਵਾਲੇ ਵੀ ਗੱਲਾਂ ਕਰਨ ਲੱਗ ਗਏ। ਜੇ ਤੁਸੀਂ ਉਹਦੇ ਨਾਲ ਪਿਆਰ ਨਾਲ ਬੋਲੋ ਤਾਂ ਕੀ ਮਤਲਬ ਹੈ ਤੇਰਾ? ਮੈਂ ਉਹਨੂੰ ਪਿਆਰ ਨਹੀਂ ਕਰਦਾ, ਉਹਦੀ ਲੱਤ ਨਹੀਂ ਟੁੱਟੀ, ਮੈਂ ਟੁੱਟ ਗਿਆ ਅੰਦਰੋਂ। ਮੇਰਾ ਪੁੱਤ ਸ਼ਰਾਬੀ ਹੋ ਗਿਆ, ਮੈਨੂੰ ਚੱਲਿਆ ਨਹੀਂ ਜਾਂਦਾ। ਵੀਰ ਜੀ, ਤੁਸੀਂ ਇੱਕ ਵਾਰੀ ਉਹਦੇ ਸਿਰ ਤੇ ਪਿਆਰ ਨਾਲ ਹੱਥ ਤਾਂ ਰੱਖੋ। ਇਹਨਾਂ ਨੇ ਤਾਂ ਐਵੇਂ ਖਾਮ ਖਾ ਦੀ ਜ਼ਿੰਦ ਫੜੀ ਹੋਈ ਹੈ। ਮੈਂ ਕਹਿੰਦੀ ਹਾਂ ਤੁਸੀਂ ਮੁੰਡੇ ਨੂੰ ਕੌਡੀ ਤਾਂ ਖੇਡਣ ਦਿਓ, ਤੁਸੀਂ ਵੇਖਿਓ ਉਹਨੇ ਦਿਨਾਂ 'ਚ ਨਾ ਵਰਨਾ ਹੋ ਜਾਣਾ। ਵੀਰ ਜੀ, ਸ਼ਿੰਗਾਰੇ ਦਾ ਕਬੱਡੀ ਤੋਂ ਬਿਨਾਂ ਇੱਕ ਇੱਕ ਸਾਹ ਲੈਣਾ ਔਖਾ ਹੋਇਆ ਪਿਆ। ਤੁਹਾਨੂੰ ਉਹਦੇ ਕਬੱਡੀ ਖੇਡਣ ਤੋਂ ਇਸੇ ਕਰਕੇ ਇਤਰਾਜ਼ ਹੈ ਨਾ ਕਿ ਕਬੱਡੀ ਕਰਕੇ ਤੁਹਾਡੇ ਭਰਾ ਦੀ ਜਾਨ ਚਲੇ ਗਈ ਸੀ। ਜੇ ਉਹ ਤੁਹਾਡਾ ਭਰਾ ਸੀ ਤਾਂ ਮੇਰੇ ਵੀ ਤਾਂ ਸਿਰ ਦਾ ਸਾਈ ਸੀ। ਮੇਰੇ ਨਾਲੋਂ ਜ਼ਿਆਦਾ ਦੁੱਖ ਕਿਹਨੂੰ ਹੋ ਸਕਦਾ ਹੈ? ਜਦੋਂ ਮੈਨੂੰ ਉਹਦੇ ਕਬੱਡੀ ਖੇਡਣ ਤੇ ਕੋਈ ਇਤਰਾਜ਼ ਨਹੀਂ। ਮੁੰਡੇ ਮੈਨੂੰ ਕਿਹੜਾ ਪੁੱਤ ਚਾਹੀਦਾ ਨਹੀਂ, ਕੋਈ ਮੇਰੇ ਦਿਲ ਤੋਂ ਵੀ ਪੁੱਛ ਕੇ ਦੇਖ ਲੈ ਕੀ ਬੀਤਦੀ ਹੈ। ਮੈਂ ਤਾਂ ਆਪ ਰੋਜ਼ ਖੂਨ ਦੇ ਹੰਝੂ ਪੀ ਰਿਹਾ। ਐ ਖੂਨ ਦੇ ਹੰਝੂ ਪੀਣ ਨਾਲ ਤਾਂ ਕੁਛ ਨਹੀਂ ਹੋਣਾ। ਵੀਰ ਜੀ, ਤੁਸੀਂ ਜਾਓ, ਉਹਨੂੰ ਪਿਆਰ ਨਾਲ ਘਰ ਲੈ ਕੇ ਆਓ। ਭਈਆ ਚੰਗੀ ਗੱਲ ਨਹੀਂ, ਕਿਉਂ ਰੋਜ਼ ਰੋਜ਼ ਸ਼ਰਾਬ ਪੀ ਕੇ ਆਪਦੇ ਆਪ ਨੂੰ ਮਾਰੀ ਜਾਂਦਾ ਤੂੰ? ਓਏ ਛੱਡ ਯਾਰ, ਮੈਂ ਤੈਨੂੰ ਕਹੀ ਜਾਣਾ ਫੇਰ ਉਹੀ ਗੱਲਾਂ। ਵੈਸੇ ਵੀ ਕਬੱਡੀ ਤੋਂ ਬਿਨਾਂ ਕੀ ਚਾਹੁੰਦਾ ਮੇਰਾ? ਤੈਨੂੰ ਪਤਾ ਮੈਂ ਰੋਜ਼ ਕਿੰਨੀ ਵਾਰੀ ਮਰਦਾ ਜਦ ਮੇਰੀਆਂ ਅੱਖਾਂ ਸਾਹਮਣੇ ਮੇਰੀ ਹਾਰ ਘੁੰਮਦੀ ਆ। ਚੱਲ ਬਹੁਤ ਹੋ ਗਈ, ਚੱਲ ਉੱਠ, ਤੈਨੂੰ ਮੈਂ ਘਰੇ ਛੱਡ ਕੇ ਆਉਣਾ, ਫੜ ਚੱਲ। ਕਿਹੜੇ ਘਰ ਦੀ ਗੱਲ ਕਰਦਾ ਕਲਾਚੇ, ਜਿੱਥੇ ਮੇਰਾ ਬਾਪ ਰੋਜ਼ ਮੈਨੂੰ ਪਾਜ ਹੋਣ ਦੇ ਥੰਨੇ ਮਾਰਦਾ। ਮੈਂ ਤਾਂ ਆਪਣੇ ਬਾਪ ਨੂੰ ਵਿਆਹ ਵਰਗਾ ਲੱਗਦਾ। ਨਾ ਹੋਰ ਕੀ, ਸ਼ਾਇਦ ਵਰਗਾ ਲੱਗੇਗਾ, ਉਹ ਜੇ ਸ਼ਰਾਬ ਪੀਏਗਾ ਤਾਂ ਵਿਆਹ ਵਰਗਾ ਹੀ ਲੱਗੇਗਾ। ਉਹ ਕਬੱਡੀ ਖੇਡਦਾ ਕਿਹੜਾ ਚੰਗਾ ਲੱਗਦਾ ਸੀ? ਦਾਰੂ ਪੀ ਕੇ ਮੈਂ ਆਪਣੀ ਹਾਰ ਭੁੱਲਣ ਦੀ ਕੋਸ਼ਿਸ਼ ਕਰਦਾ। ਜਦ ਤੱਕ ਮੈਂ ਉਸ ਮੈਦਾਨ 'ਚ ਜਾ ਕੇ ਜਿੱਤ ਨਹੀਂ ਨਾ ਲੈਂਦਾ, ਮੇਰੇ ਜਿੱਤ ਨੂੰ ਚੈਨ ਨਹੀਂ ਮਿਲਣੀ ਕਲੱਚ। ਤੇ ਮੇਰੇ ਬਾਪ ਨੇ ਮੈਨੂੰ ਕਬੱਡੀ ਖੇਡਣ ਨਹੀਂ ਦੇਣੀ। ਉਹ ਕਿਉਂ ਨਹੀਂ ਖੇਡਣ ਦੇਣੀ? ਮੈਂ ਚਾਚੇ ਨਾਲ ਆਪੇ ਗੱਲ ਕਰ ਲੂੰਗਾ, ਬਸ ਤੂੰ ਇੱਕ ਵਾਰੀ ਠੀਕ ਹੋ ਜਾ। ਹੈ ਠੀਕ ਹੋ ਜਾਂਦਾ ਕੀ ਮਤਲਬ ਹੈ? ਮੈਂ ਹੁਣ ਵੀ ਕਬੱਡੀ ਖੇਡ ਸਕਦਾ। ਅੱਛਾ, ਮੈਂ ਰੇਡ ਪਾਉਣਾ, ਤੂੰ ਫੜ ਕੇ ਦਿਖਾ ਮੈਨੂੰ ਵੱਡਾ ਜਾਫੀ। ਉਹ ਤੂੰ ਦੂਜੀ ਲੱਤ ਨਾ ਤੜਾ ਲਈ। ਤੂੰ ਆ ਓਏ ਚੰਗਾ ਬਾਬਾ ਗੁਰੂ, ਜਿੱਤ ਗਿਆ ਤੂੰ, ਰੇਡ ਰਹਿ, ਤੂੰ ਮੈਨੂੰ ਲੱਗ ਗਿਆ ਪਤਾ। ਬਾਪੂ ਜੀ ਤੁਸੀਂ ਮਾਰੋ ਮੈਨੂੰ, ਬਾਪੂ ਜੀ ਮਾਰੋ, ਮੈਂ ਫੇਰ ਕਬੱਡੀ ਖੇਡਣ ਲੱਗ ਗਿਆ। ਬਾਪੂ ਜੀ ਲਓ ਮੇਰੀਆਂ ਲੱਤਾਂ ਵੱਢ ਕੇ ਮੈਨੂੰ ਘਰੇ ਬਿਠਾ ਦਿਓ, ਨਹੀਂ ਤਾਂ ਮੈਂ ਨਹੀਂ ਕਬੱਡੀ ਖੇਡਣ ਤੋਂ ਹਟਣਾ। ਬਾਪੂ ਉਹ ਕਲੱਚ ਆ ਬੋਤਲ ਭੰਨ ਕੇ ਮਾਰ ਮੇਰੇ ਢਿੱਡ 'ਚ।
ਮੈਂ ਨਹੀਂ ਜੋ ਸਕਦਾ ਆਪਣੇ ਬਾਪ ਦੇ ਸਿਰ ਤੇ ਭਾਰ ਬਣ ਕੇ। ਓ ਸ਼ੀਰਾ, ਮੈਂ ਕਦ ਕਿਹਾ ਤੂੰ ਮੇਰੇ ਸਿਰ ਤੇ ਬੋਝ ਹੈ, ਬਸ ਆ ਵੀ ਨਹੀਂ ਛੱਡ ਦੇ, ਐਵੇਂ ਤਾਂ ਦੇਖਿਆ ਨਹੀਂ ਜਾਂਦਾ। ਕਦੇ ਕਹਿੰਦਾ ਕਬੱਡੀ ਛੱਡ ਦੇ, ਕਦੇ ਕਹਿੰਦਾ ਦਾਰੂ ਛੱਡ ਦੇ, ਔਰ ਮੈਂ ਦੁਨੀਆ ਹੀ ਛੱਡ ਦਿੰਦਾ ਬਾਪੂ, ਸਾਰਾ ਟੈਂਟਾ ਹੀ ਮੁੱਕ ਜੂ। ਤੂੰ ਕਿਉਂ ਛੱਡਿਆ ਦੁਨੀਆ ਪੁੱਤ, ਮੈਂ ਹੀ ਮਰ ਜਾਂਦਾ ਫਿਰ ਸੌਖਾ ਹੋ ਲਈ ਤੂੰ। ਪਹਿਲਾਂ ਮੇਰਾ ਭਰਾ ਮੈਨੂੰ ਛੱਡ ਕੇ ਤੁਰ ਗਿਆ, ਹੁਣ ਇਹ ਮਰਨੀਆਂ ਗੱਲਾਂ ਕਰਦਾ। ਹੋਰ ਦੱਸੋ ਕੀ ਕਰਾਂ ਮੈਂ ਬਾਪੂ ਜੀ। ਤੂੰ ਪੁੱਤ ਜੋ ਮਰਜ਼ੀ ਕਰਨਾ ਕਰ, ਬਸ ਅਭੀਵਾ ਬਣ ਕੇ ਦਾਰੀ ਛੱਡ ਦੇ। ਫਿਰ ਮੈਨੂੰ ਕਬੱਡੀ ਖੇਡ ਲੈਣ ਦਿਓ ਬਾਪੂ ਜੀ, ਹਾਰ ਮੈਨੂੰ ਮਨਜ਼ੂਰ ਨਹੀਂ, ਮੈਂ ਜਿੱਤਣਾ ਤੇ ਸਿਰਫ ਜਿੱਤਣਾ। ਮੈਂ ਉਸ ਮੈਦਾਨ 'ਚ ਜਾ ਕੇ ਜਦ ਤੱਕ ਆਪਣੇ ਮੱਥੇ ਦਾ ਕਲੰਕ ਨਹੀਂ ਧੋ ਲੈਂਦਾ ਨਾ, ਮੇਰੇ ਚਿੱਤ ਨੂੰ ਚੈਨ ਨਹੀਂ ਮਿਲਣਾ ਬਾਪੂ, ਮੇਰੇ ਚਿੱਤ ਨੂੰ ਚੈਨ ਨਹੀਂ ਮਿਲਣਾ। ਚਾਚਾ ਜੀ, ਸ਼ਿੰਗਾਰਾ ਅੱਜ ਤੋਂ ਬਾਅਦ ਦਾਰੂ ਨੂੰ ਹੱਥ ਨਹੀਂ ਲਾਓ, ਬਸ ਤੁਸੀਂ ਨਾ ਇਹਨੂੰ ਕਬੱਡੀ ਖੇਡਣ ਦੀ ਇਜਾਜ਼ਤ ਦੇ ਦਿਓ। ਤੁਸੀਂ ਜੰਮ ਜੰਮ ਖੇਡੋ ਮੇਰੇ ਸ਼ੇਰੋ, ਜੰਮ ਜੰਮ ਖੇਡੋ, ਮੈਂ ਤੁਹਾਡੇ ਨਾਲ। ਦਿਸ਼ੇ ਬਾਈ, ਸ਼ਿੰਗਾਰੇ ਬਾਈ, ਤੂੰ ਅੱਜ ਇਸ ਗਰੀਬ ਦੀ ਯਾਦ ਕਿਵੇਂ ਆ ਗਈ? ਤੈਨੂੰ ਭੁੱਲੇ ਕਾਹਦੇ ਯਾਰ, ਤੂੰ ਤਾਂ ਭਰਾ ਆ ਸਾਡਾ ਭਰਾ, ਤੂੰ ਪਤੰਦਰਾ ਕੀ ਕੰਮ ਕਰਨ ਲੱਗ ਗਿਆ? ਕੌਡੀ ਦੇ ਸ਼ੌਕ ਨੇ ਹੋਰ ਕੁਝ ਸਿੱਖਣ ਦਾ ਮੌਕਾ ਹੀ ਨਹੀਂ ਦਿੱਤਾ। ਡੰਗਰ ਹੋ ਗਈ ਸੀ ਕੌਡੀ ਖੇਡਦੇ ਖੇਡਦੇ ਡੰਗਰ, ਤੇ ਡੰਗਰਾਂ ਨੇ ਭਾਰ ਤਾਂ ਢੋਣਾ ਹੀ ਹੋਇਆ। ਨਾਲੇ ਬਾਈ ਜੀ, ਤੁਸੀਂ ਤਾਂ ਸਾਥ ਛੱਡ ਗਏ ਸੀ ਅਧ ਵਚਾਲੇ, ਕੁਝ ਤਾਂ ਕਰਨਾ ਹੀ ਸੀ। ਸੋ ਦਿਸ਼ੇ ਵੀਰ, ਇਹਦੇ ਸ਼ਿੰਗਾਰੇ ਦਾ ਕੋਈ ਕਸੂਰ ਨਹੀਂ, ਤੂੰ ਐਂ ਕਰ ਸਾਡੇ ਨਾਲ ਚੱਲ, ਤੈਨੂੰ ਸਾਰੀ ਅਸਲੀਅਤ ਦਾ ਵੀ ਪਤਾ ਲੱਗ ਜੂ। ਬਾਈ ਜੀ, ਤੁਸੀਂ ਕਿਹਾ ਸੀ ਤਾਂ ਮੈਂ ਮੰਨ ਲਈ, ਨਾਲੇ ਯਾਰਾਂ ਨੂੰ ਜ਼ਿਆਦਾ ਸਫਾਈਆਂ ਨਹੀਂ ਦੇ ਦੀਆਂ। ਜੋ ਮਰਜ਼ੀ ਹੋਵੇ ਦਿਸ਼ੇ, ਅਸੀਂ ਤੈਨੂੰ ਇਹ ਕੰਮ ਨਹੀਂ ਕਰਨ ਦੇਣਾ। ਮੈਂ ਆਪਣੇ ਪੁਰਾਣੇ ਯਾਰਾਂ ਨੂੰ ਇਕੱਠਾ ਕਰਕੇ ਫਿਰ ਕਬੱਡੀ ਦੀ ਟੀਮ ਤਿਆਰ ਕਰ ਰਿਹਾ। ਤੈਨੂੰ ਪਤਾ ਤੇਰੇ ਬਿਨਾਂ ਤੇਰਾ ਵੀਰ ਵੀ UK ਜਾ ਕੇ ਜਿੱਤ ਨਹੀਂ ਸਕਿਆ। ਚੱਲ ਤੁਰ, ਅਸੀਂ ਸਾਰਿਆਂ ਨੇ ਇੱਕ ਵਾਰੀ ਫਿਰ ਉਸੇ ਗਰਾਊਂਡ 'ਚ ਖੇਡਣਾ ਜਿੱਥੇ ਤੇਰਾ ਵੀਰ ਹਾਰਿਆ ਸੀ। ਸਾਰਿਆਂ ਨੇ ਮਿਲ ਕੇ ਉਸੇ ਗਰਾਊਂਡ 'ਚ ਜਿੱਤ ਦਾ ਝੰਡਾ ਗੱਡਣਾ ਹੈ। ਸੱਚ ਪੁੱਛੇ ਸ਼ਿੰਗਾਰਿਆ, ਹੁਣ ਕੋਟੀ ਤੋਂ ਮਨ ਹੀ ਮੁੜ ਗਿਆ। ਕਿਉਂ ਮੁੜ ਗਿਆ ਮਨ? ਉਹ ਬੇਬੇ ਦੀਆਂ ਖਵਾਈਆਂ ਖੁਰਾਕਾਂ ਦਾ ਮੁੱਲ ਨਹੀਂ ਮੋੜਨਾ? ਉਹੀ ਤਾਂ ਮੋੜ ਰਿਹਾ ਪੱਲੇਦਾਰੀ ਕਰਕੇ। ਦਿਨੇ ਇੱਥੇ ਬੋਰੀਆਂ ਢੋਣਾ ਤੇ ਘਰ ਜਾ ਕੇ ਮਾਂ ਨੂੰ ਪਿੱਠ ਤੇ ਢੋਣਾ। ਕਿਉਂ, ਕੀ ਹੋਇਆ ਬੇਬੇ ਨੂੰ? ਗਠੀਆ ਹੋ ਗਿਆ, ਗੋਟੇ ਜਮਾ ਹੀ ਜੁੜ ਗਏ ਤੇ ਜਾਨ ਬੋਰੀ ਦੀ ਤਰ੍ਹਾਂ ਪਈ ਰਹਿੰਦੀ ਹੈ। ਮੇਰੀ ਕਿਸਮਤ ਤਾਂ ਸ਼ਾਇਦ ਢੋਣਾ ਹੀ ਲਿਖਿਆ। ਹੁਣ ਤੂੰ ਦੱਸ, ਤੇਰੀ ਕੌਡੀ ਖੇਡਾਂ ਕੇ ਮਾਂ ਦਾ ਇਲਾਜ ਕਰਾਵਾਂ? ਕੀ ਗੱਲ ਕਰਦਾ ਯਾਰ, ਅਸੀਂ ਇੰਟਰਨੈਸ਼ਨਲ ਟੂਰਨਾਮੈਂਟ ਖੇਡਣਾ, ਕੋਈ ਪਿੰਡ ਦਾ ਟੂਰਨਾਮੈਂਟ ਥੋੜ੍ਹੀ ਨਾ ਖੇਡਣਾ। ਨਾਲੇ ਲੱਖਾਂ ਰੁਪਈਏ ਕਮਾਉਣੇ ਨੇ,
ਅੱਜ ਪੈਸੇ ਨਾਲ ਕੀ ਨਹੀਂ ਹੁੰਦਾ, ਆਪਾਂ ਬੇਬੇ ਦੇ ਗੋਡੇ ਨਵੇਂ ਪਵਾ ਦਿਆਂਗੇ। ਅਜੇ ਤੇਰੇ ਪੱਟਾਂ 'ਚ ਬਹੁਤ ਜਾਨ ਹੈ ਤੇ ਮੈਨੂੰ ਤੇਰੇ ਵਰਗੇ ਰੇਡਰ ਦੀ ਲੋੜ। ਸਾਡੀ ਕਿਸੇ ਨੂੰ ਲੋੜ ਨਹੀਂ, ਸਾਨੂੰ ਕਿਸੇ ਦੀ ਨਹੀਂ। ਉਹ ਸਾਨੂੰ ਭੁੱਲ ਕੇ ਅਸੀਂ ਆ ਟੀਕਾ ਜਿਹਾ ਲਾ ਕੇ ਸਭ ਨੂੰ ਭੁੱਲ ਜਾਈਦਾ। ਕਬੱਡੀ ਦਾ ਚੋਟੀ ਦਾ ਖਿਡਾਰੀ ਨਸ਼ਿਆਂ ਦੇ ਟੀਕੇ ਲਾਵੇ, ਇਹ ਚੰਗੀ ਗੱਲ ਨਹੀਂ ਬਾਈ। ਸ਼ਿੰਗਾਰੇ ਤੂੰ ਸ਼ੁਕਰ ਹੈ ਪਛਾਣ ਤਾਂ ਲਿਆ ਇੰਗਲੈਂਡ ਵਾਲੇ ਖਿਡਾਰੀਆ। ਸੁਣਿਆ ਸੀ ਲੱਤ ਟੁੱਟ ਗਈ, ਹੁਣ ਠੀਕ ਹਾਂ। ਸੁਣ ਕੇ ਬੜਾ ਦੁੱਖ ਹੋਇਆ। ਵਾਹ ਵੀ ਵਾਹ, ਜੇ ਸੱਤੇ ਬਾਈ ਤੈਨੂੰ ਇੰਨਾ ਹੀ ਦੁੱਖ ਹੋਇਆ ਸੀ ਫਿਰ ਘਰੇ ਆ ਜਾਣਾ ਸੀ ਪਤਾ ਲੈਣਾ ਹੈ। ਤੁਸੀਂ ਬਾਹਰਲੇ ਦੇਸ਼ਾਂ 'ਚ ਖੇਡਣ ਵਾਲੇ ਵੱਡੇ ਖਿਡਾਰੀ, ਪਤਾ ਨਹੀਂ ਘਰ ਗਏ ਨੂੰ ਪਹਿਚਾਣਦੇ ਵੀ ਕਿ ਨਾ। ਤੂੰ ਤਾਂ ਮੇਣੇ ਮਰਨ ਲੱਗ ਪਿਆ ਬਾਈ, ਸਾਰੀ ਦੁਨੀਆ ਜਾਣਦੀ ਹੈ ਸੰਧੂ ਦੀ ਗੇਮ ਸੀ। ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਨਾਲ ਲੱਗ ਕੇ ਜਾਣਾ ਚਾਹੁੰਦਾ ਸੀ। ਸੰਧੂ ਵਰਗਿਆਂ ਨੇ ਤਾਂ ਗੇਮ ਨੂੰ ਬਦਨਾਮ ਕੀਤਾ ਹੀ ਹੈ, ਤੂੰ ਖਿਡਾਰੀ ਹੋ ਗਿਆ ਕਿਹੜੇ ਕੰਮ ਫੜ ਲਿਓ। ਤੂੰ ਇੰਗਲੈਂਡ ਲੈ ਕੇ ਨਹੀਂ ਗਿਆ, ਪਿੰਡ ਵਾਲਿਆਂ ਨੇ ਤਾਨੇ ਮਾਰ ਮਾਰ ਕੇ ਜਿਉਣਾ ਦੁੱਬਰ ਕਰਤਾ। ਬਸ ਹੁਣ ਟੀਕਾ ਲਾ ਲਈਦਾ, ਸਾਰੇ ਤਾਨੇ ਭੁੱਲ ਜਾਂਦੇ ਨੇ। ਸੱਤੇ ਬਾਈ, ਆਪਾਂ ਆਪਣੇ ਮੱਥੇ 'ਤੇ ਲੱਗਿਆ ਕਲੰਕ ਧੋਣਾ ਹੈ। ਕੀ ਇਹ ਹੋ ਸਕਦਾ? ਕਿਉਂ ਨਹੀਂ, ਮੇਰੀ ਲੱਤ ਟੁੱਟੀ ਹੈ, ਹਿੰਮਤ ਨਹੀਂ। ਆਪਾਂ ਰਣਜੀਤ ਕਬੱਡੀ ਅਕੈਡਮੀ ਬਣਾਉਣ ਲੱਗੇ ਹਾਂ ਚਾਚੇ ਦੀ ਯਾਦ 'ਚ, ਅਤੇ ਸ਼ਿੰਗਾਰਾ ਚਾਹੁੰਦਾ ਵੀ ਆਪਾਂ ਸਾਰੇ ਮਿਲ ਕੇ ਖੇਡੀਏ ਅਤੇ ਕਬੱਡੀ ਦੀ ਨੰਬਰ 1 ਟੀਮ ਬਣਾਈਏ। ਜੇ ਯਾਰ ਇੰਨੇ ਮਾਣ ਨਾਲ ਕਹਿ ਰਹੇ ਨੇ, ਸੱਤਾ ਨਾ ਕਿਵੇਂ ਕਰ ਸਕਦਾ? ਤੈਨੂੰ ਕਿਹਾ ਸੀ ਨਾ ਆਪਣੀ ਜ਼ਮੀਨ ਮੇਰੇ ਨਾਂ ਕਰ ਦੇ, ਹੁਣ ਤੇਰਾ ਕੱਟਾ ਵੱਛਾ ਜ਼ਮੀਨ ਸਭ ਜਾਉ ਤੇ ਤੈਨੂੰ ਪੈਸੇ ਵੀ ਨਹੀਂ ਮਿਲਣੇ। ਚੱਲ ਗੁੱਠਾ ਲਾ ਨਾ ਕਾਗਜ਼ਾਂ ਤੇ। ਗੁੱਠਾ ਕਿਵੇਂ ਲਾ ਦਿਆ, ਮੇਰੇ ਤਾਂ ਜਵਾਕ ਰੁਲ ਜਾਣ ਗਏ। ਓਏ ਜਵਾਕ ਤਾਂ ਤੇਰੇ ਉਦੋਂ ਰੁਲਣਗੇ ਜਦੋਂ ਤੇਰੇ ਹੱਡ ਪੈਰ ਤੋੜ ਕੇ ਤੈਨੂੰ ਘਰੇ ਬਿਠਾ ਤਾ। ਸ਼ਾਬਾਸ਼, ਕੀ ਅੰਤ ਹੈ ਹਰਜੀਤ ਸਿੰਘ ਤੂਫਾਨ ਦਾ? ਉਹ ਯਾਦ ਹੈ ਪਿੰਡ ਦੀ ਪੰਚਾਇਤ ਨੇ ਤੈਨੂੰ ਘਿਓ ਇਕੱਠਾ ਕਰਕੇ ਦਿੱਤਾ ਸੀ ਤੇ ਪਹਿਲਾਂ ਮੈਚ ਜਿੱਤਣ 'ਤੇ ਲੰਬੜਦਾਰ ਨੇ ਤੈਨੂੰ ਮੱਝ ਦਿੱਤੀ ਸੀ? ਉਹ ਕਬੱਡੀ ਦੀ ਗਰਾਊਂਡ ਵਿੱਚ ਵੱਡੇ ਵੱਡੇ ਜਾਫੀਆਂ ਦੇ ਛੱਕੇ ਛੁਡਾਉਣ ਵਾਲਾ ਖਿਡਾਰੀ ਹੁਣ ਬਦਮਾਸ਼ ਬਣ ਕੇ ਲੋਕਾਂ ਦੇ ਹੱਥ ਪੈਰ ਤੋੜਨ ਲੱਗ ਗਿਆ? ਵਾਹ, ਨਹੀਂ ਰੀਸਾਂ ਤੇਰੀਆਂ। ਔਰ ਰੀਸਾਂ ਤਾਂ ਤੇਰੀਆਂ ਵੀ ਕੋਈ ਨਹੀਂ ਸ਼ਿੰਗਾਰਿਆ, ਆ ਮਿੱਤਰਾਂ ਨੂੰ ਜਹਾਜ਼ਾਂ ਵਾਲੇ ਅੱਡੇ 'ਤੇ ਖੜਾ ਹੀ ਛੱਡ ਗਿਆ ਸੀ, ਯਾਦ ਹੈ? ਧੋਖਾ ਦੇਣਾ ਕੋਈ ਤੇਰੇ ਤੋਂ ਸਿੱਖੇ। ਧੋਖਾ? ਓਏ ਧੋਖਾ ਤਾਂ ਮੇਰੇ ਨਾਲ ਕੀਤਾ ਸੰਧੂ ਨੇ, ਮੇਰੇ ਜਿੱਤਣ ਦਾ ਸੁਪਨਾ ਟੁੱਟ ਗਿਆ। ਮੈਂ UK ਜਾ ਕੇ ਜੇਲ੍ਹ ਕੱਟੀ, ਮੇਰੇ 'ਤੇ ਏਡੇ ਏਡੇ ਇਲਜ਼ਾਮ ਲੱਗੇ, ਮੈਂ ਆਪਣੀ ਲੱਤ ਤੜਵਾਈ, ਮੈਂ ਵੀ ਉਹਨਾਂ ਦੀਆਂ ਲੱਤਾਂ ਤੜਵਾ ਸਕਦਾ ਸੀ। ਤੂਫਾਨ ਬਾਈ, ਇਹ ਖਿਡਾਰੀ ਦਾ ਕੰਮ ਨਹੀਂ। ਓਏ ਤੇਰੇ ਨਾਲ ਤਾਂ ਦਿਸ਼ਾ ਹੀ ਵਧੀਆ, ਔਖੇ ਵੇਲੇ ਮਜ਼ਦੂਰੀ ਕਰ ਲਈ ਪਰ ਗਲਤ ਰਾਹ ਨਹੀਂ ਪਿਆ। ਚਲੋ ਛੱਡੋ ਪੁਰਾਣੀਆਂ ਗੱਲਾਂ, ਦੇਖ ਅਸੀਂ ਤੈਨੂੰ ਲੈਣ ਆਏ ਹਾਂ, ਨਾਲੇ ਸ਼ਿੰਗਾਰਾ ਬਾਈ ਚਾਹੁੰਦਾ ਹੈ ਕਿ ਅਸੀਂ ਸਾਰੇ ਰਲ ਕੇ ਖੇਡੀਏ। ਓ ਚੁੱਪ ਕਰੋ ਤੂੰ ਸ਼ਿੰਗਾਰੇ ਦਾ ਚਮਚਾ, ਨਾਲੇ ਬਾਈ ਕਬੱਡੀ 'ਚ ਹੱਟ ਤੜਾ ਕੇ ਤੁਸੀਂ ਕੀ ਖੱਟਿਆ? ਓਏ ਮੇਰੇ ਵੱਲ ਦੇਖੋ, ਸਾਰਾ ਇਲਾਕਾ ਡਰਦਾ ਮੇਰੇ ਤੋਂ। ਓਏ ਵੋਟਾਂ ਵੇਲੇ ਤਾਂ ਮੰਤਰੀ ਮੂੰਹ ਮੰਗੇ ਪੈਸੇ ਦਿੰਦੇ ਆ, ਉਹ ਬਾਈ ਕਬੱਡੀ 'ਚ ਤਾਂ ਹੱਟ ਤੜਾਉਂਦੇ ਹੁੰਦੇ ਸੀ, ਅੱਜ ਕੱਲ੍ਹ ਹੱਟ ਤੋੜੀ ਦੇ ਆ ਅਤੇ ਹੱਟ ਤੋੜਨ ਦੇ ਮਿਲਦੇ ਆ ਪੈਸੇ, ਬਿਜ਼ਨਸ। ਬਦਮਾਸ਼ੀ ਦਾ ਅੰਤ ਬਹੁਤ ਬੁਰਾ ਹੁੰਦਾ ਤੂਫਾਨ। ਕਬੱਡੀ ਦੇ ਮੈਦਾਨ 'ਚ ਜੋ ਲੱਖਾਂ ਲੋਕ ਕਦੇ ਤੇਰੀਆਂ ਰੇਡਾਂ ਦੇ ਤਾੜੀਆਂ ਮਾਰਦੇ ਸੀ, ਉਹ ਤੈਨੂੰ ਬਦਦੁਆਵਾਂ ਦਿੰਦੇ ਹੋਣਗੇ। ਠੀਕ ਹੈ, ਮੇਰੀ ਟੀਮ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਨੇ,
ਜੇ ਤੇਰੇ ਅੰਦਰ ਦਾ ਖਿਡਾਰੀ ਕਦੇ ਜਾਗ ਪਵੇ ਨਾ ਤਾਂ ਝਿਜਕੀਨਾ ਨਿਸ਼ਾਂਗਾ ਜੀ। ਸਾਡੀ ਟੀਮ ਨੇ ਪੂਰੇ ਪੰਜਾਬ ਨੂੰ ਜਿੱਤ ਕੇ ਦਿਖਾਤਾ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ। ਪਰ ਇੱਕ ਗੱਲ ਜਿਹੜੀ ਮੈਨੂੰ ਹਮੇਸ਼ਾ ਖਟਕਦੀ ਹੈ ਕਿ ਅਸੀਂ ਤੂਫਾਨ ਵਰਗੇ ਖਿਡਾਰੀ ਨੂੰ ਵਾਪਸ ਨਹੀਂ ਲਿਆ ਸਕੇ। ਯਾਰ ਕਬੱਡੀ ਦਾ ਖਿਡਾਰੀ ਬਦਮਾਸ਼, ਇਹ ਸਾਡੇ ਸਾਰਿਆਂ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ। ਸ਼ਰਮ ਦੀ ਗੱਲ ਤਾਂ ਮੇਰੇ ਲਈ ਹੈ ਬਾਈ, ਤੂੰ ਕਿਹਾ ਸੀ ਨਾ ਇਕੱਲਾ ਬਹਿ ਕੇ ਸੋਚੀ, ਸੋਚ ਲਿਆ ਯਾਰਾ, ਮੈਂ ਪਟਕ ਗਿਆ ਸੀ। ਮੇਰੇ ਅੰਦਰ ਦਾ ਖਿਡਾਰੀ ਜਾਗ ਪਿਆ ਸ਼ਿੰਗਾਰਿਆ ਕਿ ਰਣਜੀਤ ਅਕੈਡਮੀ ਇਸ ਬਦਮਾਸ਼ ਖਿਡਾਰੀ ਨੂੰ ਕਬੂਲ ਕਰੂ। ਓ ਵੈਲਕਮ ਯਾਰਾ, ਪਰ ਇਹ ਤਾਂ ਦੱਸ ਅਚਾਨਕ ਤੇਰਾ ਮਨ ਬਦਲ ਕਿਵੇਂ ਗਿਆ? ਬਸ ਬਾਈ, ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦਾ ਸੀ ਕਿ ਅੱਜ ਫਲਾਨੀ ਥਾਂ 'ਤੇ ਰਣਜੀਤ ਅਕੈਡਮੀ ਨੇ ਮੈਚ ਜਿੱਤ ਲਿਆ, ਸ਼ਿੰਗਾਰਾ ਸਿੰਘ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਪੜ੍ਹ ਕੇ ਮਨ ਬੜਾ ਝੁਰਦਾ ਸੀ ਕਿ ਮੈਂ ਵੀ ਕਦੇ ਇਸ ਟੀਮ ਦਾ ਹਿੱਸਾ ਹੁੰਦਾ ਸੀ। ਬਸ ਅੱਜ ਰਿਹਾ ਨਹੀਂ ਗਿਆ, ਆ ਗਿਆ। ਲਓ ਬਈ, ਅੱਜ ਆਪਣੀ ਟੀਮ ਪੂਰੀ ਹੋ ਗਈ, ਬਸ ਹੁਣ ਤਾਂ ਦਿਲ 'ਚ ਕੋਈ ਤਮੰਨਾ ਹੈ, ਇੰਗਲੈਂਡ ਜਾ ਕੇ ਉਸੇ ਮੈਦਾਨ ਵਿੱਚ ਜਿੱਤ ਹਾਸਲ ਕਰਨੀ ਹੈ ਜਿੱਥੇ ਅੱਜ ਤੱਕ ਸਾਡੀ ਹਾਰ ਦਰਜ ਹੈ। ਉਹ ਬਾਈ ਗੱਲ ਕਿਹੜੀ ਆ, ਜਿੱਥੇ ਮਰਜ਼ੀ ਲੈ ਚੱਲੋ, ਤੁਹਾਡੇ ਨਾਲ ਹਾਂ। ਉਹ ਤਾਂ ਠੀਕ ਹੈ ਤੂਫਾਨ, ਪਰ ਯੂਕੇ 'ਚ ਸਾਨੂੰ ਸਪੋਂਸਰ ਕੌਣ ਕਰੂ? ਸਾਡੇ 'ਤੇ ਤਾਂ ਪਹਿਲਾਂ ਹੀ ਕਬੂਤਰਬਾਜ਼ੀ ਦਾ ਕਲੰਕ ਲੱਗ ਚੁੱਕਾ ਹੋਇਆ। ਇੰਗਲੈਂਡ ਮੈਸੇਜ ਦਾ ਅਸੀਂ ਪਹਿਲਾਂ ਹੀ ਬਲੈਕਲਿਸਟ ਹੋ ਚੁੱਕੇ ਹਾਂ। ਹਿੰਮਤ ਮਰਦਾ ਮਦ ਤੇ ਖੁਦਾ। ਬੜੀ ਸਾਹਿਬ, ਤੁਸੀਂ? ਬੜੀ ਸਾਹਿਬ ਨੀ, ਚਾਚਾ ਜੀ ਆਖ ਭਤੀ, ਚਾਚਾ ਜੀ ਭੁੱਲ ਗਿਆ ਆਪਣਾ ਪਹਿਲਾ ਮੈਚ? ਉਹ ਕਿਵੇਂ ਭੁੱਲ ਸਕਦਾ ਚਾਚਾ ਜੀ, ਪਰ ਅੱਜ ਤੁਸੀਂ ਅਚਾਨਕ ਕਿਵੇਂ ਦਰਸ਼ਨ ਦਿੱਤੇ? ਦੇਖ ਵੀ ਸ਼ਿੰਗਾਰੇ, ਮੈਂ ਖੇਡ ਮੇਲਿਆਂ ਦੀ ਕਮੈਂਟਰੀ ਕਰਨੀ ਤਾਂ ਬੰਦ ਕਰ ਦਿੱਤੀ ਹੈ, ਅੱਜ ਕੱਲ੍ਹ ਮੈਂ ਕਬੱਡੀ 'ਤੇ ਕਿਤਾਬ ਲਿਖ ਰਿਹਾ। ਮੈਂ ਚਾਹੁੰਦਾ ਤੇਰੇ ਔਰ ਤੇਰੀ ਟੀਮ ਦੇ ਨਾਲ ਜੋ ਯੂਕੇ 'ਚ ਵਾਪਰਿਆ ਸਭ ਕੁਝ ਕਿਤਾਬ 'ਚ ਲਿਖਾਂ, ਤਾਂ ਹੀ ਤਾਂ ਲੋਕਾਂ ਦੇ ਸਾਹਮਣੇ ਅਸਲੀਅਤ ਆਊਗੀ। ਜ਼ਰੂਰ ਲਿਖੋ ਚਾਚਾ ਜੀ, ਤਾਂ ਕਿ ਉਹਨਾਂ ਲੋਕਾਂ ਦੇ ਚਿਹਰੇ ਤੋਂ ਨਕਾਬ ਉਤਰ ਸਕੇ ਜੋ ਕਬੱਡੀ ਦੀ ਆੜ ਵਿੱਚ ਧੰਦਾ ਕਰਦੇ ਨੇ। ਮੇਰੀ ਕਹਾਣੀ ਤਾਂ ਬਹੁਤ ਦਰਦ ਭਰੀ ਹੈ,
ਇਹੋ ਹੀ ਤਮੰਨਾ ਚਾਚਾ ਜੀ ਕਿ ਆਪਣੇ ਮੱਥੇ 'ਤੇ ਲੱਗਿਆ ਕਲੰਕ ਧੋਣਾ ਹੈ। ਪਰ ਮੈਨੂੰ ਇਹ ਵੀ ਪਤਾ ਕਿ ਮੇਰੀ ਟੀਮ ਹੁਣ ਯੂਕੇ ਨਹੀਂ ਜਾ ਸਕਦੀ। ਤੂੰ ਤਾਂ ਐਵੇਂ ਢੇਰੀ ਢਾਈ ਬੈਠਾ ਸ਼ਿੰਗਾਰੇ, ਤੇਰੀ ਟੀਮ ਕਿਉਂ ਨਹੀਂ ਜਾ ਸਕਦੀ? ਸਪੌਂਸਰ ਤਕੜਾ ਚਾਹੀਦਾ, ਸਭ ਕੁਝ ਹੋ ਜਾਂਦਾ। ਕੀ ਤੁਸੀਂ ਸਮਝਦੇ ਹੋ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕੋਈ ਸਾਡੀ ਟੀਮ ਨੂੰ ਸਪੌਂਸਰ ਕਰੇਗਾ? ਸੱਚੀ ਗੱਲ ਤਾਂ ਇਹ ਹੈ, ਚੰਗੇ ਬੰਦਿਆਂ ਦੇ ਆਸਰੇ ਧਰਤੀ ਖੜੀ ਹੈ। ਮੈਂ ਇੱਕ ਇਹੋ ਜਿਹੇ ਸਪੌਂਸਰ ਨੂੰ ਜਾਣਦਾ ਜੋ ਸੱਚੀ ਸੁੱਚੀ ਕਬੱਡੀ ਕਰਾਉਂਦਾ, ਨਾ ਕੋਈ ਕਬੂਤਰਬਾਜ਼ੀ ਨਾ ਕੋਈ ਨਸ਼ਾ ਪੱਤਾ। ਕੌਣ ਹੈ ਉਹ? ਪਰਸਰਾਮਪੁਰ ਵਾਲਾ ਹਰਜਿੰਦਰ ਸਿੰਘ ਧਨੋਆ। ਉਹਨਾਂ ਨੂੰ ਕੌਣ ਨਹੀਂ ਜਾਣਦਾ ਚਾਚਾ ਜੀ? ਪਰ ਕੀ ਉਹ ਸਾਡੀ ਟੀਮ ਨੂੰ ਸਪੌਂਸਰ ਕਰਨਗੇ? ਕਿਉਂ ਨਹੀਂ ਕਰਨਗੇ, ਮੇਰਾ ਯਾਰ ਬੇਲੀ ਹੈ, ਮੇਰਾ ਕਿਹਾ ਕਦੇ ਮੋੜਦਾ ਹੀ ਨਹੀਂ। ਡਰਦੇ ਨੇ ਪੰਜਾਬੀ ਗੱਭਰੂ, ਪੰਜਾਬੀ ਗੱਭਰੂ ਕਿਸੇ ਕੋਲੋਂ ਨਾ ਡਰਦੇ, ਇਹ ਪੰਜਾਬੀ ਗੱਭਰੂ, ਪੰਜਾਬੀ ਗੱਭਰੂ। ਮਨ ਮੱਖਣੀ ਖਾਣਿਓ ਏ, ਅੱਜ ਮੋੜੋ ਮੁੱਲ ਪਿਆਰ ਦਾ। ਕਹਿਮ ਕਰੋ ਸਰਦਾਰੀਆਂ, ਵਕਤ ਪਿਆ ਵੰਗਾਰ ਦਾ। ਕਹਿਮ ਕਰੋ ਸਰਦਾਰੀਆਂ, ਵਕਤ ਪਿਆ ਵੰਗਾਰ ਦਾ। ਬੇਲੀ ਪੂਲਾ ਦੇ ਥੱਲੋਂ ਪਾਣੀ ਨੀ, ਕੁੰਡੀਆਂ ਦੇ ਸਿੰਘ ਫਸ ਗਏ।
ਕੋਈ ਨਿੱਤਰ ਬੜੇ ਵੇ ਖਾਣੀ ਨੀ ਕੁੰਡੀਆਂ ਦੇ ਸਿੰਘ ਫਸ ਗਏ ਅੱਜ ਲੰਗਣਾ ਪੁਰਾ ਦੇ ਤਲੋ ਪਾਣੀ ਚੀਤੇ ਵਾਂਗ ਮਾਰਦੇ ਸਿਰਾਂ ਦੇ ਉੱਤੋਂ ਛਾਲ ਹਰ ਹਾਲ ਚ ਕਬੱਡੀ ਸਾਰੇ ਸਾਲ ਚ ਕਬੱਡੀ ਵੱਜੇ ਮੇਲੇ ਵਿੱਚ ਢੋਲ ਵੱਜੇ ਮੇਲੇ ਵਿੱਚ ਢੋਲ ਹੋ ਗਈ ਤਾਲ ਚ ਕਬੱਡੀ ਸਾਨੂੰ ਮਿਲੇ ਸ਼ਿੰਗਾਰਾ ਸਿੰਘ ਜੀ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਤੁਸੀਂ ਲਗਾਤਾਰ ਮੈਚ ਜਿੱਤਦੇ ਆ ਰਹੇ ਤੇ ਅੱਜ ਫਾਈਨਲ ਮੈਚ ਵਿੱਚ ਪਹੁੰਚ ਗਏ ਹੋ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਫੀਲ ਕਰ ਰਹੇ ਹਾਂ ਜੀ ਫਾਈਨਲ ਮੈਚ ਤੱਕ ਪਹੁੰਚਣ ਲਈ ਮੇਰੇ ਖਿਡਾਰੀਆਂ ਨੇ ਬੜੀ ਜੀਤੋੜ ਮਿਹਨਤ ਕੀਤੀ ਹੈ ਜ਼ਬਰਦਸਤ ਟੱਕਰ ਹੋਵੇਗੀ ਕੱਲ ਸਾਡੀ ਪਾਕਿਸਤਾਨ ਦੇ ਨਾਲ ਜੀ ਹਾਂ ਬਿਲਕੁਲ ਸ਼ਿੰਗਾਰਾ ਸਿੰਘ ਜੀ ਲੇਕਿਨ ਪਾਕਿਸਤਾਨ ਦੀ ਟੀਮ ਵੀ ਕੋਈ ਮੈਚ ਨਹੀਂ ਹਾਰੀ ਤੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਮੈਚ ਜਿੱਤੋਗੇ ਕੱਲ ਨੂੰ ਇੱਕ ਕਬੱਡੀ ਦਾ ਮੈਦਾਨ ਨਹੀਂ ਜੰਗ ਦਾ ਮੈਦਾਨ ਹੋਵੇਗਾ ਤੇਰੀ ਰਾਜ ਖੜੀ ਆ ਤੇ ਤੂੰ ਮੇਰੇ ਵੱਲ ਵੇਖਿਆ ਵੀ ਨਹੀਂ ਕਿਰਨ ਇਸ ਵੇਲੇ ਮੈਨੂੰ ਕਬੱਡੀ ਤੋਂ ਇਲਾਵਾ ਕੁਛ ਵੀ ਵਿਖਾਈ ਨਹੀਂ ਦੇ ਰਿਹਾ ਅੱਜ ਮੈਨੂੰ ਅਹਿਸਾਸ ਹੋਇਆ ਕਿ ਤੂੰ ਤਾਂ ਹੀਰਾ ਸੀ ਹੀਰਾ ਬਸ ਬਸ ਮੈਂ ਹੀ ਤੇਰੀ ਕਦਰ ਨਹੀਂ ਪਾਈ ਆਮ ਸੋਰੀ ਸ਼ਿੰਗਾਰੇ ਆਮ ਰੀਲੀ ਸੋਰੀ ਕਿ ਸਾਡਾ ਕਾਲਜ ਦਾ ਰਿਸ਼ਤਾ ਵਾਪਸ ਨਹੀਂ ਜੁੜ ਸਕਦਾ ਕਿਰਨ ਇਸ ਵੇਲੇ ਮੇਰਾ ਇਸ਼ਕ ਸਿਰਫ ਕਬੱਡੀ ਹੈ ਅਤੇ ਕਬੱਡੀ ਨੂੰ ਮੈਂ ਆਪਣੀ ਦੁਲਹਨ ਦੀ ਤਰ੍ਹਾਂ ਸੱਜੀ ਹੋਈ ਦੇਖ ਰਿਹਾ ਕੱਲ੍ਹ ਨੂੰ ਕੋਈ ਧਾੜਵੀ ਮੇਰੀ ਮਹਿਬੂਬਾ ਨੂੰ ਮੇਰੇ ਕੋਲੋਂ ਖੋ ਕੇ ਲੈ ਜਾਵੇ ਇਸ ਲਈ ਮੈਨੂੰ ਕੱਲ੍ਹ ਨੂੰ ਮਰਨਾ ਮਨਜ਼ੂਰ ਹੈ ਪਰ ਹਾਰਨਾ ਨਹੀਂ ਕਿਰਨ ਤੇਰਾ ਮੇਰਾ ਕੀ ਰਿਸ਼ਤਾ ਹੈ ਇਸ ਦਾ ਫੈਸਲਾ ਕੱਲ੍ਹ ਦੇ ਮੈਚ ਤੋਂ ਬਾਅਦ ਕਰਾਂਗੇ ਜੇ ਮੈਂ ਜਿਉਂਦਾ ਰਿਹਾ ਤਾਂ ਐਸੀ ਸਪਿਰਿਟ ਵਾਲਾ ਖਿਡਾਰੀ ਤਾਂ ਕਦੀ ਹਾਰ ਹੀ ਨਹੀਂ ਸਕਦਾ ਤੂੰ ਜਿੱਤੇਗਾ ਸ਼ਿੰਗਾਰੇ ਤੂੰ ਜ਼ਰੂਰ ਜਿੱਤੇਗਾ ਰਾਤ ਨੂੰ ਕਬੱਡੀ ਦਾ ਫਾਈਨਲ ਮੈਚ ਹੋਵੇ ਤੇ ਕੈਪਟਨ ਗਾਇਬ ਹੋਵੇ ਗੱਲ ਜੀ ਬਣਦੀ ਨਹੀਂ ਬਾਈ ਕਿਰਨ ਆਈ ਸੀ ਨਾ ਮੈਚ ਦੇਖਣਾ ਅਗਲਾ ਲੰਚ ਲੁੰਚ ਕਰਨ ਚਲਾ ਗਿਆ ਹੋਣਾ ਲੰਚ ਤਾਂ ਮੈਂ ਕਰਾਊਂ ਤੁਹਾਨੂੰ ਸਾਰਿਆਂ ਨੂੰ ਸਮਝੋ ਕਿਸਮਤ ਦੇ ਦਰਵਾਜ਼ੇ ਖੁੱਲ ਗਏ ਕੁਛ ਸਮਝੇ ਨਹੀਂ ਬਾਈ ਐਤਕੀ ਆਪਾਂ ਪਿਛਲੀ ਵਾਰ ਵਾਂਗੂ ਗਲਤੀ ਨਹੀਂ ਕਰਨੀ ਪੂਰੇ 2 ਲੱਖ ਪਾਉਣ ਨੇ ਇਸ ਬੈਗ 'ਚ ਆਪਣੇ ਸਾਰਿਆਂ ਲਈ ਬਹੁਤ ਨੇ ਆਪਾਂ ਇਹ ਮੈਚ ਹਾਰਨਾ ਹੈ ਤੂੰ ਸਾਲਿਆ ਫੇਰ ਲੱਤਾਂ ਤੜਾਉਣੀਆਂ ਨਾ ਸਾਨੂੰ ਇੱਥੇ ਮੈਚ ਹਰਾਉਣ ਲਈ ਲੈ ਗਏ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਸ਼ਿੰਗਾਰਿਆ ਓਏ ਤੂੰ ਤਾਂ ਸਾਡੀ ਮਾਂ ਖੇਡ ਕਬੱਡੀ ਦਾ ਮੂੰਹ ਹੀ ਕਾਲਾ ਕਰਤਾ ਅਸੀਂ ਇੱਥੇ ਆਏ ਹਾਂ ਆਪਣੇ ਮੱਥੇ 'ਤੇ ਲੱਗਿਆ ਕਲੰਕ ਧੋਣ ਲਈ ਅਤੇ ਤੂੰ
ਤੇ ਤੂੰ ਸਾਨੂੰ ਵਿਕਣ ਲਈ ਕਹਿ ਰਿਹਾ? ਤੁਰ ਫਿਟੇ ਮੂੰਹ ਤੇਰੇ, ਫਟਾਫਟ ਕਰ ਓਏ ਆ ਬੈਗ ਚੱਕ ਤੇ ਦਫਾ ਹੋ ਜਾ ਇੱਥੋਂ। ਅਸੀਂ ਅੱਜ ਦਾ ਮੈਚ ਤੇਰੇ ਤੋਂ ਬਗੈਰ ਖੇਡਾਂਗੇ ਤੇ ਤੈਨੂੰ ਜਿੱਤ ਕੇ ਦਿਖਾਵਾਂਗੇ। ਗਰਮੀ ਨਾ ਖਾ ਬਈ, ਪਹਿਲਾਂ ਬੈਗ ਤਾਂ ਖੋਲ ਕੇ ਦੇਖ। ਓਏ ਤੁਸੀਂ ਕੀ ਸਮਝਿਆ ਕਿ ਸ਼ਿੰਗਾਰਾ ਵਿਕ ਜਾਊਗਾ? ਇਹ ਡਰਾਮਾ ਤਾਂ ਮੈਂ ਤੁਹਾਡੀ ਸਪਿਰਿਟ ਦੇਖਣ ਲਈ ਕੀਤਾ ਸੀ ਤੇ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਕੱਲ੍ਹ ਸਾਨੂੰ ਕੋਈ ਨਹੀਂ ਹਰਾ ਸਕਦਾ। ਕੱਲ੍ਹ ਇਹ ਕਬੱਡੀ ਦਾ ਨਹੀਂ ਜੰਗ ਦਾ ਮੈਦਾਨ ਹੋਵੇਗਾ। ਮਿੱਤਰੋ, ਕੱਲ੍ਹ ਸਾਡੇ ਕੋਲ ਸਿਰਫ 40 ਮਿੰਟ ਨੇ, 40, ਤੇ ਇਹਨਾਂ 40 ਮਿੰਟਾਂ ਵਿੱਚ ਅਸੀਂ ਪੂਰੀ ਜਾਨ ਲੜਾ ਦੇਣੀ ਹੈ। ਪਾਕਿਸਤਾਨ ਦਾ ਜਵਾਨ ਬੜੇ ਜੋਸ਼ ਦੇ ਨਾਲ ਕਰਕੇ ਅਲਾਂ ਨੂੰ ਯਾਦ ਹੁਣ ਆ ਗਿਆ ਜੀ। ਇੰਡੀਆ ਦੇ ਪਾਲੇ ਦੇ ਦੇਖਦੇ ਹਾਂ ਇੰਡੀਆ ਦੀ ਚਾਲ ਹੁੰਦੇ ਦੀ ਸ਼ਮਾ ਸਹੀ ਆ ਦੇਖ ਲੈਂਦੇ ਹਾਂ। ਕਿਹੜਾ ਦਬਾਅ ਪੈ ਗਿਆ ਜੀ ਪੰਗਾ ਕਲੱਬ ਦੇ ਨਾਲ ਹੋ ਕੇ ਧੌਲਾ ਪਾਲੀ ਮਾਰ ਮਾਰ ਕੇ ਨਾਲ ਦੇ ਧੌਲਾ ਲੱਗਦੇ ਲਾਲ ਕਰਨ ਦੇਖਦੇ ਹਾਂ ਵੀ ਕਿਹੜਾ ਨਿਕਲਦਾ।
ਮਾਰ ਕੇ ਪੱਟ ਤੇ ਖਾਪੀ ਚੱਲਿਆ ਰੇ ਸ਼ੇਰ ਸ਼ਿੰਗਾਰੇ ਦਾ ਕੁਝ ਕਰਨਾ ਪੈਣਾ। ਮੈਨੂੰ ਪਤਾ ਹੈ ਇਹਦੀ ਸੱਜੀ ਲੱਤ ਟੁੱਟੀ ਹੈ। ਮਾਰ ਸਾਲੇ ਦੇ ਹੱਥ ਛੱਡਵੀਂ ਕੈਂਚੀ, ਇਹਦੀ ਤੋੜ ਦੇ ਸੱਜੀ ਲੱਤ।
ਹੌਸਲਾ ਰੱਖ ਬਾਈ, ਢਿੱਡੂ ਸਿਰ ਕਰਦੀ ਬਾਜੀ ਲਾ ਦੇ, ਮੈਚ ਨਹੀਂ ਜਾਣਾ ਚਾਹੀਦਾ। ਚਿੰਤਾ ਨਾ ਕਰ, ਪੁਆਇੰਟ ਲੈ ਕੇ ਆਉਂਦਾ। ਸ਼ੇਰੀ ਦੇ ਕੇ ਭੇਜਿਆ ਬਲਬੀਰ ਬੁੱਟੂ ਨੂੰ। ਪਾਕਿਸਤਾਨੀ ਟੀਮ ਭਾਰਤੀ ਸਕੋਰ ਦੇ ਬਹੁਤ ਹੀ ਕਰੀਬ ਆ ਗਈ ਹੈ। ਬਲਬੀਰ ਬੁੱਟੂ ਭਾਰਤੀ ਟੀਮ ਦਾ ਬਹੁਤ ਹੀ ਸੁਲਝਾ ਹੋਇਆ ਖਿਡਾਰੀ ਬਈ, ਹੁਣ ਭਾਰਤੀ ਟੀਮ ਨੂੰ ਹਰ ਪੁਆਇੰਟ ਲੈਣਾ ਪਏਗਾ। ਦੇਖਦੇ ਹਾਂ ਬਈ ਇਹ ਬਲਬੀਰ ਸਿੰਘ
ਕਬੱਡੀ ਹਵਾ ਚ ਕਬੱਡੀ ਸਾਡੇ ਦੂਰ ਕਬੱਡੀ ਦਾ ਪ੍ਰਦਰਸ਼ਨ ਹੋਇਆ ਦਰਸ਼ਕ ਇਹਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਤੇ ਇੰਡੀਅਨ ਕਪਤਾਨ ਸ਼ਿੰਗਾਰਾ ਸਿੰਘ ਵਰਲਡ ਕੱਪ ਦੀ ਟਰਾਫੀ ਲੈਂਦੇ ਹੋਏ ਇਹ ਜਿੱਤ ਸਿਰਫ ਮੇਰੀ ਨਹੀਂ ਇਸ ਜਿੱਤ ਤੇ ਹਰ ਉਸ ਖਿਡਾਰੀ ਦਾ ਹੱਕ ਹੈ ਜੋ ਸੱਚੀ ਤੇ ਸੱਚੀ ਕਬੱਡੀ ਦੀ ਹਾਮੀ ਭਰ ਗਿਆ ਕਬੱਡੀ ਸਾਡੀ ਮਾਂ ਖੇਡ ਹੈ ਹਜੇ ਤੱਕਰ ਵਰਲਡ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਹਨੂੰ ਰਾਸ਼ਟਰੀ ਮਾਨਤਾ ਨਹੀਂ ਦਿੱਤੀ ਮੈਂ ਇਹ ਅਪੀਲ ਕਰਨੀ ਚਾਹੁੰਦਾ ਕਿ ਸਾਰੇ ਵਰਲਡ ਦੇ ਵਿੱਚ ਕਬੱਡੀ ਨੂੰ ਰਾਸ਼ਟਰੀ ਮਾਨਤਾ ਹੋਣੀ ਚਾਹੀਦੀ ਹੈ ਜੋ ਖਿਡਾਰੀ ਹੈਗੇ ਆ ਇਹਨਾਂ ਨੂੰ ਨੌਕਰੀਆਂ ਮਿਲਣ ਤਾਂ ਕਿ ਇਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਭਵਿੱਖ ਵਧੀਆ ਬਣਾਉਣ ਅਤੇ ਇਸ ਖੇਡ ਨੂੰ ਓਲੰਪਿਕ ਦੇ ਵਿੱਚ ਖਿਚਾਇਆ ਜਾਵੇ ਕਬੱਡੀ 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 ਕਬੱਡੀ